ਸਾਸ ਸਾਸ ਸੀ।
ਸਰਕਾਰ ਨਾਨਕ ਗੁਰ ਪੂਰੇ ਨਮਸਕਾਰ ਸਾਸ ਸਾਸ ਸਿਮਰੋ ਗੋਬਿੰਦ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੈ ਚਿੰਤਾ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਦਾਤਾ ਜੀ ਦੇ ਪਵਿੱਤਰ ਚਰਨਾਂ ਵਿੱਚ ਬਹਿ ਕੇ ਬੰਦਗੀ ਕਰ ਰਹੀ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਆਪਣੇ ਸਾਰਿਆਂ ਦੇ ਬਹੁਤ ਵੱਡੇ ਭਾਗ ਹਨ ਆਪਾਂ ਨੂੰ ਗੁਰੂ ਦਰਬਾਰ ਦੀ ਸੰਗਤ ਵਿੱਚ ਬਹਿਣ ਦਾ, ਸੰਗਤ ਦਾ ਹਿੱਸਾ ਬਣਨ ਦਾ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਸਮਾਂ ਪ੍ਰਦਾਨ ਕੀਤਾ ਹੈ। ਜਾ ਕੇ ਮਸਤਕ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ, ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗਦੇ ਆ ਉਹੀ ਬੰਦੇ ਸੰਗਤ ਵਿੱਚ ਬਹਿੰਦੇ ਆ। ਆਓ, ਜਿੱਥੇ ਆਪਾਂ ਸੰਗਤ ਵਿੱਚ ਬੈਠੇ ਹਾਂ ਉੱਥੇ ਮਨ ਨੂੰ ਗੁਰੂ ਦਾਤਾ ਜੀ ਦੇ ਚਰਨਾਂ ਨਾਲ ਜੋੜਨ ਵਾਸਤੇ ਸਭ ਤੋਂ ਪਹਿਲਾਂ ਦੋ ਵਾਰੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੀਏ। ਫਤਿਹ ਇੱਕ ਸਿਮਰਨ ਹੈ, ਇਹਨੂੰ ਸਿਮਰਨ ਦੀ ਤਰ੍ਹਾਂ ਜਪਣਾ ਚਾਹੀਦਾ ਹੈ। ਭਾਵਨਾ ਬਣਾ ਕੇ ਸਾਰੀ ਸੰਗਤ ਢਾਡੀ ਜੱਥੇ ਨਾਲ ਫਤਿਹ ਦੀ ਸਾਂਝ ਪਾਓ। ਇੱਕੋ ਵਾਰ ਕਹਿਣ 'ਤੇ ਸਾਰੀ ਸੰਗਤ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦਾ ਕੋਟਨ ਕੋਟ ਸ਼ੁਕਰ ਹੈ ਜੋ ਆਪ ਰੱਬ ਵਰਗੀ ਸਰਬੱਤ ਸੰਗਤ ਦੇ ਹਰ ਰੋਜ਼ ਦਰਸ਼ਨ ਦੀਦਾਰ ਦਾਤਾ ਜੀ ਬਖਸ਼ਿਸ਼ ਕਰਦੇ ਹੈ। ਇੱਕ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰ ਵੀ ਆਪ ਸੰਗਤ ਦੇ ਚਰਨਾਂ ਦਾ ਨਿੱਘ ਮਾਣਨ ਦਾ ਸੁਭਾਗਾ ਸਮਾਂ ਮਿਲਦਾ ਹੈ। ਮੈਂ ਆਪਣੇ ਆਪ ਨੂੰ ਬੜਭਾਗਾ ਸਮਝਦਾ ਅਤੇ ਆਪ ਸਾਰੀ ਸੰਗਤ ਦੀ ਗਰੀਬ ਨਵਾਜੀ ਦਾ ਵੀ ਮੈਂ ਕਰਜ਼ਦਾਰ ਹਾਂ। ਇਤਿਹਾਸ ਦੀ ਵੰਨਗੀ ਆਪ ਜੀ ਦੀ ਸੇਵਾ ਵਿੱਚ ਕਹਿਣ ਲੱਗਾ। ਸਤਿਕਾਰਯੋਗ ਗਿਆਨੀ ਜੀ ਉਹਨਾਂ ਨੇ ਬਹੁਤ ਪ੍ਰੇਮ ਦੇ ਨਾਲ ਧੰਨ ਧੰਨ ਬਾਬਾ ਸੱਚਣ ਸਾਹਿਬ ਜੀ ਉਹਨਾਂ ਦੇ ਇਤਿਹਾਸ ਤੋਂ ਵਾਕਵੀ ਆਪ ਜੀ ਨੂੰ ਪਵਾਈ ਹੈ। ਉਹ ਜਿਸ ਭਾਵਨਾ ਵਿੱਚ ਬਹਿ ਕੇ ਸੁਣਾ ਰਹੇ ਸਨ ਉਹ ਭਾਵਨਾ ਕਿਤੇ ਆਪਣੀ ਸੁਣਨ ਵਾਲਿਆਂ ਦੀ ਵੀ ਬਣ ਆਵੇ, ਤਾਂ ਕਿ ਆਪਾਂ ਗੁਰੂਆਂ ਦੀਆਂ ਸਾਖੀਆਂ ਸੁਣ ਕੇ ਆਪਣੇ ਮਨ ਅੰਦਰ ਗੁਰਮਤਿ ਦੀ ਰੋਸ਼ਨੀ ਲਿਆ ਸਕੀਏ। ਰੱਬ ਦੀ ਜੋਤ ਸਾਰਿਆਂ ਦੇ ਸਰੀਰ ਵਿੱਚ ਹੁੰਦੀ ਹੈ ਪਰ ਸਾਰਿਆਂ ਦੀ ਜਗਦੀ ਨਹੀਂ ਹੁੰਦੀ, ਕਈਆਂ ਦੀ ਬੁਝੀ ਹੁੰਦੀ, ਕਈਆਂ ਦੀ ਮੱਧਮ ਪੈ ਚੁੱਕੀ ਹੁੰਦੀ ਹੈ। ਬਾਬੇ ਦੀ ਬਾਣੀ ਦਾ ਬਚਨ ਹੈ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਾਖੀ ਸੁਣਨ ਦੇ ਨਾਲ ਅੰਦਰ ਬੁਝੀਆਂ ਜੋਤਾਂ ਵੀ ਜਗ ਪੈਣਗੀਆਂ। ਆਪ ਸਾਰੀ ਸੰਗਤ ਬਹੁਤ ਪਿਆਰ ਕਰਦੇ ਹੋ, ਦਾਤਾ ਜੀ ਤੁਹਾਡੇ ਨਾਲ ਇਹ ਗੁਰਮਤਿ ਦੀ ਸਾਂਝ ਸੁਆਮੀ ਜੀ ਬਣਾਈ ਰੱਖਣ। ਟਾਈਮ ਆਪ ਜੀ ਨੇ ਸ਼ਰਵਣ ਕਰ ਲਿਆ ਵੀ ਡੇਢ ਘੰਟਾ ਮੈਂ ਆਪ ਜੀ ਦੇ ਚਰਨਾਂ ਦਾ ਨਿੱਘ ਮਾਨਣਾ, ਜਿਹਦੇ ਵਿੱਚੋਂ 10 ਮਿੰਟ ਲਗਭਗ ਬਤੀਤ ਹੋ ਚੁੱਕੇ ਹੈ। ਇੱਕ ਇੱਕ ਪਲ ਨੂੰ ਵਾਪਸ ਸੰਭਾਲਣਾ ਹੈ। ਗੁਰੂ ਕਿਰਪਾ ਕਰਨ ਤੁਹਾਡਾ ਇੱਥੇ ਆਉਣਾ ਅਤੇ ਸਾਡਾ ਇੱਥੇ ਗਾਉਣਾ ਦਾਤਾ ਜੀ ਸਫਲਾ ਕਰਨ। ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਉਹਨਾਂ ਤੋਂ ਵਰੋਸਾਇਆ ਹੋਇਆ ਇਹ ਦਰਬਾਰ, ਉਹਨਾਂ ਤੋਂ ਵਰੋਸਾਇਆ ਹੋਇਆ ਇਹ ਪਰਿਵਾਰ, ਮੱਲ ਪਰਿਵਾਰ 14ਵੀਂ 15ਵੀਂ ਪੀੜ੍ਹੀ ਚੱਲ ਰਹੀ ਹੈ। ਪੀੜ੍ਹੀ ਦਰ ਪੀੜ੍ਹੀ ਤੁਸੀਂ ਗੁਰੂ ਸਾਹਿਬ ਜੀ ਦੀਆਂ ਵਿਰਾਸਤੀ ਨਿਸ਼ਾਨੀਆਂ ਦੀ ਸੇਵਾ ਟਹਿਲ ਕਰਦੇ ਹੋ, ਸੰਗਤ ਨੂੰ ਦਰਸ਼ਨ ਦੀਦਾਰ ਕਰਵਾਉਂਦੇ ਹੋ। ਮੈਂ ਆਪ ਸਾਰੇ ਪਰਿਵਾਰਾਂ ਦੀ ਚੜ੍ਹਦੀ ਕਲਾ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ। ਬਹੁਤ ਹੀ ਸਨਮਾਨਯੋਗ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਗਿੱਲ ਸਾਹਿਬ, ਐ ਸਤਿਕਾਰਯੋਗ ਸਰਦਾਰ ਲਖਵੀਰ ਸਿੰਘ ਜੀ ਗਿੱਲ ਸਾਹਿਬ ਦਾ ਸਾਰਾ ਪਰਿਵਾਰ ਸੈਦੇ ਵਾਲਾ ਨਗਰ, ਉਹਨਾਂ ਵੱਲੋਂ ਢਾਡੀ ਜੱਥੇ ਨੂੰ 1100 ਦਮੜੇ ਦੇ ਨਾਲ ਉੱਚੇ ਤੌਰ ਦੇ ਉੱਤੇ ਨਵਾਜਿਆ। ਮੈਂ ਆਪ ਸਾਰੀ ਸੰਗਤ ਦੀ ਗਰੀਬ ਨਵਾਜੀ ਦੇ ਮੂਹਰੇ ਸਿਰ ਝੁਕਾਉਂਦਾ ਹੋਇਆ ਗਾਥਾ ਆਪ ਜੀ ਦੀ ਸੇਵਾ 'ਚ ਕਹਿਣ ਲੱਗਾ। ਇਹ ਵੱਡੇ ਵੱਡੇ ਗੁਰਮਤਿ ਸਮਾਗਮ ਕਰਵਾਉਣ ਦੇ ਪਿੱਛੇ ਮਕਸਦ ਇੱਕੋ ਹੁੰਦਾ ਹੈ ਕਿ ਅਸੀਂ ਬਾਣੀ ਨਾਲ ਜੁੜ ਜਾਈਏ, ਅਸੀਂ ਬਾਣੇ ਨਾਲ ਜੁੜ ਜਾਈਏ।
ਅਸੀਂ ਸਿਮਰਨ ਨਾਲ ਜੁੜ ਜਾਈਏ, ਨਿਤਨੇਮ ਨਾਲ ਜੁੜ ਜਾਈਏ, ਅੰਮ੍ਰਿਤ ਵੇਲੇ ਨਾਲ ਜੁੜ ਜਾਈਏ। ਪਿੱਛੇ ਭਾਵਨਾ ਇਹੋ ਹੀ ਹੁੰਦੀ ਹੈ, ਜਿੰਨੇ ਮਰਜ਼ੀ ਜੱਥੇ ਸੱਦ ਲਓ, ਜਿੰਨੀ ਮਰਜ਼ੀ ਆਪਾਂ ਕਥਾ ਸੁਣ ਲਈਏ, ਜਿੰਨੇ ਮਰਜ਼ੀ ਇਤਿਹਾਸ ਸੁਣ ਲਈਏ, ਅਖੀਰ 'ਤੇ ਨਤੀਜਾ ਇੱਕੋ ਨਿਕਲਣਾ ਕਿ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ। ਪ੍ਰਭ ਕਾ ਸਿਮਰਨ ਸਭ ਤੋਂ ਉੱਚਾ, ਸਿਮਰਨ ਦੀ ਦਾਤ ਸਭ ਤੋਂ ਉੱਤਮ ਦਾਤ ਹੈ। ਜਿਹੜੇ ਲੋਕ ਸਿਮਰਨ ਦੇ ਨਾਲ ਜੁੜ ਜਾਂਦੇ ਨੇ, ਉਹਨਾਂ ਦੀਆਂ ਵਾਰਾਂ ਢਾਡੀ ਗਾਉਂਦੇ ਨੇ, ਉਹਨਾਂ ਦੀਆਂ ਸਿਫਤਾਂ ਇਹਨਾਂ ਸਟੇਜਾਂ ਦੇ ਉੱਤੇ ਹੁੰਦੀਆਂ। ਹਰ ਹਰਜਨ ਦੂਈ ਏਕ ਹੈ, ਬਿਬ ਵਿਚਾਰ ਕਿਸ ਨਾਹੀਂ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੇ ਸਮਾਹੀ। ਗੁਰੂ ਅਤੇ ਗੁਰੂ ਦੇ ਸਿੱਖ ਇੱਕ ਇੱਦਾਂ ਦੀ ਸਟੇਜ ਬਣ ਜਾਂਦੀ ਕਿ ਇੱਕ ਮਿਕ ਹੋ ਜਾਂਦੇ ਆ। ਜਿੱਦਾਂ ਦੇ ਗੁਰਦੁਆਰੇ ਗੁਰੂ ਨਾਨਕ ਸਾਹਿਬ ਜੀ ਦੇ, ਉਦਾਂ ਦੇ ਗੁਰਦੁਆਰੇ ਭਾਈ ਸਾਹਿਬ ਭਾਈ ਲਾਲੋ ਜੀ ਦੇ, ਉਦਾਂ ਦੇ ਗੁਰਦੁਆਰੇ ਭਾਈ ਮਰਦਾਨਾ ਜੀ ਦੇ, ਜਿੱਦਾਂ ਦਾ ਗੁਰਦੁਆਰਾ ਗੁਰੂ ਅੰਗਦ ਦੇਵ ਮਹਾਰਾਜ ਦਾ, ਉਦਾਂ ਦਾ ਗੁਰਦੁਆਰਾ ਬੀਬੀ ਬਰਾਈ ਦਾ, ਜਿੱਦਾਂ ਦਾ ਗੁਰਦੁਆਰਾ ਗੁਰੂ ਅਮਰਦਾਸ ਮਹਾਰਾਜ ਦਾ, ਉਦਾਂ ਦਾ ਹੀ ਗੁਰਦੁਆਰਾ ਬਾਬਾ ਸਾਬਣ ਮੱਲ ਜੀ ਦਾ, ਉਦਾਂ ਦਾ ਹੀ ਗੁਰਦੁਆਰਾ ਸਾਹਿਬ ਬਾਬਾ ਸੱਚਣ ਸੱਤ ਜੀ ਦਾ। ਸਤਸੰਗਤ, ਇੱਥੇ ਗੁਰੂ ਅਤੇ ਸਿੱਖ ਦਾ ਆਪਸ ਵਿੱਚ ਜਿਹੜਾ ਪਾੜ ਹੈ ਉਹ ਖਤਮ ਹੋ ਜਾਂਦਾ ਹੈ। ਇਹ ਕਿਸ ਅਵਸਥਾ 'ਤੇ ਜਾ ਕੇ ਇਹ ਭਾਵਨਾ ਬਣਦੀ ਹੈ, ਬਸ ਇਹ ਕਹਾਣੀ ਮੈਂ ਆਪ ਜੀ ਦੀ ਸੇਵਾ 'ਚ ਕਹਿਣ ਲੱਗਾ। ਮੈਨੂੰ ਪ੍ਰਬੰਧਕ ਸਾਹਿਬਾਨਾਂ ਨੇ ਜਿਹੜਾ ਪ੍ਰਸੰਗ ਸੁਣਾਉਣ ਦਾ ਸਵੇਰੇ ਹੁਕਮ ਲਾਇਆ ਸੀ, ਮੈਂ ਉਹਨਾਂ ਦਾ ਹੁਕਮ ਵਜਾਉਂਦਿਆਂ ਸਵੇਰੇ ਵੀ ਉਹ ਪ੍ਰਸੰਗ ਦਸਵੇਂ ਪਾਤਸ਼ਾਹ ਦੀਆਂ ਜੰਗਾਂ ਦੇ ਵਿੱਚੋਂ ਦੂਸਰਾ ਜੰਗ ਆਪ ਜੀ ਨੂੰ ਸਰਵਣ ਕਰਵਾਇਆ, ਤੁਸੀਂ ਬਹੁਤ ਪਿਆਰ ਨਾਲ ਸੁਣਿਆ, ਮੈਂ ਤੁਹਾਡਾ ਧੰਨਵਾਦੀ ਹਾਂ। ਅਤੇ ਹੁਣ ਜਿਹੜਾ ਪ੍ਰਸੰਗ ਮੈਨੂੰ ਸੁਣਾਉਣ ਦਾ ਹੁਕਮ ਹੈ, ਮੈਂ ਉਹ ਗਾਥਾ ਆਪ ਜੀ ਦੀ ਸੇਵਾ 'ਚ ਕਹਿਣ ਲੱਗਾ। ਮੇਰਾ ਮਜ਼ਮੂਨ ਹੈ ਕਿ ਨਾਮ ਜਪਣ ਦੇ ਨਾਲ ਬੰਦੇ ਦਾ ਦੁਨੀਆਂ ਦੇ ਉੱਤੇ ਨਾਮ ਰਹਿ ਜਾਂਦਾ ਹੈ, ਜਿਹੜਾ ਨਾਮ ਨਹੀਂ ਜਪਦਾ ਉਹਦਾ ਨਾਮ ਰਹਿੰਦਾ ਨਹੀਂ। ਬੜੇ ਬੜੇ ਅਮੀਰ ਅਮੀਰ ਲੋਕ ਹੋਏ, ਧਨੀ ਪੁਰਸ਼ ਹੋਏ, ਜ਼ਮੀਨਾਂ ਜਾਇਦਾਦਾਂ ਵਾਲੇ ਹੋਏ, ਪੜ੍ਹੇ ਲਿਖੇ ਹੋਏ, ਉਚੇਰੀ ਵਿੱਦਿਆ ਹਾਸਲ ਕਰਨ ਵਾਲੇ, ਵੱਡੀਆਂ ਡਿਗਰੀਆਂ ਲੈਣ ਵਾਲੇ, ਉੱਚੀਆਂ ਕੁਰਸੀਆਂ ਦੇ ਉੱਤੇ ਅਫਸਰੀ ਭੋਗਣ ਵਾਲੇ ਬੜੇ ਬੜੇ ਬੰਦੇ ਹੋਏ, ਪਰ ਉਹ ਚਲੇ ਗਏ, ਉਹਨਾਂ ਦਾ ਨਾਮ ਨਹੀਂ ਰਿਹਾ। ਅਤੇ ਨਾਮ ਜੇ ਰਹਿੰਦਾ ਤਾਂ ਕੇਵਲ ਅਤੇ ਕੇਵਲ ਰੱਬ ਦਾ ਨਾਮ ਜਪਣ ਵਾਲਿਆਂ ਦਾ ਰਹਿੰਦਾ। ਜਿਹੜਾ ਨਾਮ ਜਪਦਾ ਨਹੀਂ ਉਹਦਾ ਨਾਮ ਰਹਿੰਦਾ ਨਹੀਂ। ਇਸ ਸੰਸਾਰ ਦੇ ਉੱਤੇ ਜੋ ਵੀ ਪੈਦਾ ਹੋਇਆ ਉਹ ਸਾਰੇ ਚਲੇ ਗਏ ਸੰਸਾਰ ਤੋਂ, ਚਾਹੇ ਦਰਖਤ ਹਨ, ਚਾਹੇ ਕਾਇਨਾਤ, ਜਾਨਵਰ, ਪਸ਼ੂ, ਪੰਛੀ, ਪਰਿੰਦੇ, ਮਨੁੱਖ ਹਨ, ਰੁੱਖ ਹਨ, ਜੋ ਉਪਜੋ ਸੋ ਬਿਨਸ ਹੈ, ਪਰ ਉਹ ਆਜ ਕੇ ਕਾਲ ਸਾਰੇ ਚਲੇ ਗਏ। ਗੁਰੂ ਤੇਗ ਬਹਾਦਰ ਮਹਾਰਾਜ ਨੇ ਤਾਂ ਅਨੋਖੀ ਜੀ ਗੱਲ ਕੀਤੀ ਹੈ, ਉਹ ਕਹਿੰਦੇ ਜਿਹਨਾਂ ਨੂੰ ਲੋਕੀ ਭਗਵਾਨ ਕਹਿੰਦੇ ਨੇ, ਜਿਹਨਾਂ ਦੇ ਨਾਂ ਦੇ ਲੋਕੀ ਮੰਦਿਰ ਬਣਾਉਂਦੇ ਨੇ, ਨੌਵੇਂ ਪਾਤਸ਼ਾਹ ਕਹਿੰਦੇ ਉਹ ਵੀ ਚਲੇ ਗਏ। ਰਾਮ ਗਇਓ ਰਾਵਣ ਗਇਓ, ਕੋਈ ਵੀ ਨਹੀਂ ਰਿਹਾ ਇੱਥੇ, ਤੇ ਰਿਹਾ ਪਤਾ ਕੌਣ? ਬਾਪੂ ਜੀ ਕਹਿੰਦੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ। ਨਾਮ ਨਹੀਂ ਮਰਦਾ ਅਤੇ ਨਾਮ ਜਪਣ ਵਾਲੇ ਨਹੀਂ ਮਰਦੇ। ਮੈਂ ਤੁਹਾਨੂੰ ਨਾਮ ਦੀ ਮਹਿਮਾ ਸੁਣਾਉਣ ਲੱਗਾ, ਇਸ ਮਕਸਦ ਨਾਲ ਸੁਣਾਉਣ ਲੱਗਾ ਕਿ ਇੱਥੇ ਆਏ ਹੋ ਗੁਰੂ ਸਾਹਿਬ ਦੇ ਕੋਲੋਂ ਬੜਾ ਕੁਝ ਮੰਗਣਾ ਆਪਾਂ, ਤੰਦਰੁਸਤੀਆਂ ਮੰਗਣੀਆਂ, ਨੌਕਰੀਆਂ ਮੰਗਣੀਆਂ, ਉੱਚੇ ਰੁਤਬੇ ਮੰਗਣੇ ਆ, ਧਨ ਦੌਲਤ ਮੰਗਣੀ ਆ, ਜ਼ਮੀਨਾਂ ਮੰਗਣੀਆਂ, ਕਾਰਾਂ ਕੋਠੀਆਂ ਮੰਗਣੀਆਂ, ਬਾਹਰਲੇ ਮੁਲਕਾਂ ਦੇ ਵੀਜ਼ੇ ਮੰਗਣੇ, ਪਰ ਇੱਕ ਚੀਜ਼ ਜ਼ਰੂਰ ਮੰਗ ਕੇ ਜਾਇਓ ਕਿ ਬਾਬਾ ਸਾਨੂੰ ਨਾਮ ਦੀ ਦਾਤ ਬਖਸ਼ੇ, ਸਾਨੂੰ ਜਪਜੀ ਸਾਹਿਬ ਦਾ ਪਿਆਰ ਮਿਲੇ, ਸਾਨੂੰ ਬਾਣੀ ਕੰਠ ਹੋਵੇ, ਸਾਡਾ ਨਿਤਨੇਮ ਦਾ ਪਹਿਰਾ ਪੱਕਾ ਹੋਵੇ। ਇੱਕ ਪਰਿਵਾਰ, ਜਿਸ ਪਰਿਵਾਰ ਦੇ ਵਿੱਚ ਨਿਤਨੇਮ ਦਾ ਪਹਿਰਾ ਤਕੜਾ ਅਤੇ ਸਾਰਾ ਪਰਿਵਾਰ ਗੁਰੂ ਗੁਰੂ ਜਪਦਾ, ਪਰਿਵਾਰ ਦੇ ਸਾਰੇ ਮੈਂਬਰ ਅੰਮ੍ਰਿਤਧਾਰੀ ਅਤੇ ਉਹਨਾਂ ਦੇ ਘਰ ਨਿੱਕੇ ਨਿੱਕੇ ਬੱਚੇ ਵੀ ਵਾਹਿਗੁਰੂ ਕਰਦੇ ਫਿਰਦੇ ਆ, ਬੀਬੀਆਂ ਭੈਣਾਂ ਪ੍ਰਸ਼ਾਦੇ ਲਾਉਂਦੀਆਂ, ਵਾਹਿਗੁਰੂ ਕਰਦੀਆਂ, ਉਹ ਆਪਸ ਵਿੱਚ ਲੜਦੇ ਨਹੀਂ। ਜਦੋਂ ਕਿਤੇ ਕੋਈ ਮਾੜੀ ਉੱਪਰ ਥੱਲੇ ਗੱਲ ਹੁੰਦੀ ਹੈ ਤਾਂ ਉੱਥੇ ਵੀ ਸਿਮਰਨ ਸ਼ੁਰੂ ਹੋ ਜਾਂਦਾ ਹੈ। ਨਾਮ ਜਪਣ ਵਾਲਾ ਪਰਿਵਾਰ, ਇਸ ਪਰਿਵਾਰ ਦੇ ਘਰ ਇੱਕ ਬੱਚੇ ਨੇ ਜਨਮ ਲੈਣਾ, ਆਸਾਰ ਬਣੇ ਕਿ ਅੱਜ ਬੱਚਾ ਪੈਦਾ ਹੋਣਾ, ਦਾਈ ਆ ਗਈ,
ਡਾਕਟਰ ਆ ਗਏ ਤੇ ਸਤਿਕਾਰਯੋਗ ਬੀਬੀ ਨਰਿੰਦਰ ਕੌਰ ਉਹਦੀ ਗੋਦ ਨੂੰ ਭਾਗ ਲੱਗਣਾ ਤੇ ਅਖੰਡ ਕੀਰਤਨੀ ਜਥੇ ਨਾਲ ਜੁੜਿਆ ਪਰਿਵਾਰ ਹੈ। ਇਧਰੋਂ ਸਮਾਂ ਹੋਣ ਜਾ ਰਿਹਾ ਕਿ ਬੱਚਾ ਪੈਦਾ ਹੋਣਾ। ਹੈਰਾਨੀ ਦੀ ਗੱਲ ਹੈ ਕਿ ਇਧਰੋਂ ਜਥੇ ਵਾਲੇ ਸਿੰਘਾਂ ਨੇ ਰੱਬੀ ਬਾਣੀ ਦਾ ਕੀਰਤਨ ਸ਼ੁਰੂ ਕਰ ਦਿੱਤਾ। ਲਗਾਤਾਰ ਘੰਟਿਆਂ ਵੱਧੀ ਕੀਰਤਨ ਹੋਇਆ। ਕੀਰਤਨ ਦੀ ਆਵਾਜ਼ ਵਿੱਚ ਬੱਚੇ ਨੇ ਪਹਿਲਾ ਸਾਹ ਲਿਆ। ਕਿੱਡਾ ਕਰਮਾਂ ਵਾਲਾ ਬੱਚਾ ਹੋਊਗਾ, ਬੱਚੇ ਨੇ ਕੀਰਤਨ ਦੀ ਆਵਾਜ਼ ਵਿੱਚ ਪਹਿਲਾ ਸਾਹ ਲਿਆ, ਪਰਿਵਾਰ ਨੂੰ ਵਧਾਈਆਂ ਮਿਲ ਗਈਆਂ, ਲੜਕਾ ਹੋਇਆ। ਸਤ ਸੰਗਤ ਤੇ ਲੜਕੇ ਵਾਸਤੇ 21 ਦਿਨ ਦੀ ਜਦੋਂ ਉਮਰ ਹੋ ਗਈ, ਪੰਜ ਪਿਆਰੇ ਸਾਹਿਬਾਨ ਆਏ ਘਰੇ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ, ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਬੱਚੇ ਦੇ ਮੂੰਹ ਵਿੱਚ ਚੂਲੇ ਪਾਏ ਅੰਮ੍ਰਿਤ ਦੇ ਤੇ ਹੁਕਮਨਾਮਾ ਸਾਹਿਬ ਅਰਦਾਸ ਬੇਨਤੀ ਕਰਕੇ ਲਿਆ ਕੇ ਬੱਚੇ ਦਾ ਨਾਮ ਕੀ ਰੱਖਿਆ ਜਾਵੇ। ਬੱਚੇ ਦਾ ਨਾਮ ਰੱਖਣ ਵਾਸਤੇ ਅੱਖਰ ਆਇਆ ਸੱਸਾ, ਸੱਸਾ ਅੱਖਰ ਆਇਆ ਤੇ ਪਰਿਵਾਰ ਨੇ ਨਾਮ ਰੱਖ ਲਿਆ ਸੁਰਿੰਦਰ ਸਿੰਘ। ਧਿਆਨ ਦੇ ਕੇ ਸੁਣਿਓ, ਇਹ ਸਾਖੀ ਜਿਹੜੀ ਆ ਨਾ ਤੁਸੀਂ ਸੁਣੀ ਹੋਣੀ ਆ ਇੰਟਰਨੈਟ ਦੇ ਉੱਤੇ, ਬਹੁਤ ਤੁਸੀਂ ਪਿਆਰ ਦਿੱਤਾ ਇਸ ਪ੍ਰਸੰਗ ਨੂੰ। ਤਕਰੀਬਨ ਜਿੰਨੇ ਵੀ ਪ੍ਰਸੰਗ ਇੰਟਰਨੈਟ ਦੇ ਉੱਤੇ ਹੈ, ਲਗਭਗ 700 ਪ੍ਰਸੰਗ ਇੰਟਰਨੈਟ ਦੇ ਉੱਤੇ ਉਪਲਬਧ ਹੈ। ਬਾਹਰਲੇ ਮੁਲਕਾਂ ਦੀਆਂ ਰਿਕਾਰਡਿੰਗਾਂ, ਪੰਜਾਬ ਦੀਆਂ ਰਿਕਾਰਡਿੰਗਾਂ, ਇੰਡੀਆ ਦੀਆਂ ਬਹੁਤੀਆਂ ਸਟੇਟਾਂ ਦੀਆਂ ਰਿਕਾਰਡਿੰਗਾਂ, ਇਹ ਪ੍ਰਸੰਗ ਨੂੰ ਵੀ ਤੁਸੀਂ ਬਹੁਤ ਪਿਆਰ ਦਿੱਤਾ। ਸ਼ਾਇਦ ਇਹੀ ਕਾਰਨ ਹੈ ਕਿ ਮੈਨੂੰ ਉਚੇਚਾ ਹੁਕਮ ਹੋਇਆ ਕਿ ਅੱਜ ਆ ਅਸੀਂ ਸੁਣਨਾ। ਸੁਰਿੰਦਰ ਸਿੰਘ ਸੋਹਣਾ ਬਹੁਤ ਹੈ ਤੇ ਪਿੰਡ ਵਾਲੇ ਉਹਨੂੰ ਗੋਰਾ ਕਹਿੰਦੇ ਹੈ, ਪਰਿਵਾਰ ਵਾਲਿਆਂ ਨੇ ਛੋਟਾ ਨਾਮ ਗੁੱਡੂ ਰੱਖ ਲਿਆ। ਹੁਣ ਗੁੱਡੂ ਵੀ ਗੱਗੇ ਤੇ ਪੈਂਦਾ ਤੇ ਗੋਰਾ ਵੀ ਗੱਗੇ ਤੇ ਪੈਂਦਾ। ਦਾਦੀ ਮਾਂ ਬੀਬੀ ਚਰਨ ਕੌਰ ਕਹਿੰਦੀ ਹੈ, ਜੇ ਗੁਰੂ ਗ੍ਰੰਥ ਸਾਹਿਬ ਨੇ ਅੱਖਰ ਸੱਸਾ ਦਿੱਤਾ ਤੇ ਆਪਾਂ ਸੁਰਿੰਦਰ ਸਿੰਘ ਨਾਮ ਰੱਖਿਆ, ਤੁਸੀਂ ਛੋਟਾ ਨਾਮ ਕਿਉਂ ਰੱਖਦੇ ਹੋ? ਉਹ ਕਹਿੰਦੇ ਸੁਰਿੰਦਰ ਸਿੰਘ ਕਹਿਣਾ ਔਖਾ। ਦਾਦੀ ਕਹਿੰਦੀ ਫਿਰ ਜੇ ਛੋਟਾ ਨਾਮ ਵੀ ਰੱਖਣਾ ਹੀ ਆ ਨਾ ਤੇ ਛੋਟਾ ਨਾਮ ਵੀ ਸੱਸੇ ਉੱਤੇ ਹੀ ਹੋਣਾ ਚਾਹੀਦਾ। ਜਿਹੜਾ ਅੱਖਰ ਮਹਾਰਾਜ ਨੇ ਦਿੱਤਾ ਅਸੀਂ ਉਹੀ ਅੱਖਰ ਵਰਤਣਾ। ਲਓ ਜੀ, ਦਾਦੀ ਮਾਂ ਨੇ ਛੋਟਾ ਨਾਮ ਰੱਖ ਲਿਆ ਸੋਢੀ। ਸੁਰਿੰਦਰ ਸਿੰਘ ਤੇ ਸੋਢੀ, ਇਹ ਦੋਨਾਂ ਅੱਖਰਾਂ ਨੂੰ ਜੋੜ ਕੇ ਪੜੋਗੇ ਤੇ ਤੁਹਾਨੂੰ ਇੱਕ 25 ਸਾਲਾਂ ਦੇ ਨੌਜਵਾਨ ਦੀ ਤਸਵੀਰ ਅੱਖਾਂ ਸਾਹਮਣੇ ਆਉਣੀ ਹੈ, ਜਿਹਦੇ ਗਲ ਵਿੱਚ ਗਾਤਰਾ ਤੇ ਗਾਤਰੇ ਵਿੱਚ ਰਿਵਾਲਵਰ ਤੇ ਰੌਂਦ ਪਾਏ ਹੋਏ ਹੈ। ਸਤ ਸੰਗਤ, ਬੜੇ ਨਾਮ ਨੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਇਹ ਸਿੱਖ ਦੇ, ਕਿਉਂਕਿ ਨਾਮ ਜਪਦਾ ਹੀ ਬਹੁਤ ਸੀ। ਜਿਹੜਾ ਨਾਮ ਜਪਦਾ ਉਹਦਾ ਦੁਨੀਆਂ ਦੇ ਉੱਤੇ ਨਾਮ ਰਹਿੰਦਾ। ਕਰਨੀ ਕਰਤਾਰ ਦੀ, ਸੁਰਿੰਦਰ ਸਿੰਘ ਦੀ ਉਮਰ 250 ਕੁ ਸਾਲਾਂ ਦੀ ਹੈ ਤੇ ਉਹ ਫਤਿਹ ਬੁਲਾਉਣੀ ਸਿੱਖ ਗਿਆ। ਸਤ ਸੰਗਤ, ਪੰਜਵੀਂ ਜਮਾਤ ਵਿੱਚ ਪੜ੍ਹਦਾ ਨਿਤਨੇਮ ਦੀਆਂ 7 ਬਾਣੀਆਂ ਜਵਾਨੀ ਕੰਠ ਕਰ ਗਿਆ। ਕਰਮਾਂ ਵਾਲੇ ਪਰਿਵਾਰ ਹੁੰਦੇ ਆ ਜਿਹਨਾਂ ਦੇ ਬੱਚੇ ਨਿਤਨੇਮ ਕਰਦੇ ਆ। ਇਹ ਸਮਾਗਮ ਜਿਹੜੇ ਤੁਸੀਂ ਕਰਵਾਉਂਦੇ ਹੋ ਨਾ, ਮੈਂ ਜੇ ਅੰਦਾਜ਼ੇ ਦੇ ਨਾਲ ਗੱਲ ਕਰਾਂ ਤੇ ਲਗਭਗ 50-60 ਲੱਖ ਰੁਪਈਆ ਲੱਗ ਜਾਂਦਾ ਵੱਡੇ ਸਮਾਗਮ ਕਰਵਾਉਣ 'ਤੇ। 50-60 ਲੱਖ ਲਾ ਕੇ ਜੇ ਅਸੀਂ 50-60 ਪਰਿਵਾਰਾਂ ਨੂੰ ਵੀ ਨਿਤਨੇਮੀ ਨਾ ਬਣਾ ਸਕੇ ਤਾਂ ਫਿਰ ਕਿਤੇ ਨਾ ਕਿਤੇ ਗੌਰ ਕਰਨਾ ਵੀ ਅਸੀਂ ਜੋ ਕਰ ਰਹੇ ਹਾਂ ਇਹ ਕਿਤੇ ਬੇਨਤੀਜਾ ਤਾਂ ਨਹੀਂ ਨਿਕਲ ਰਿਹਾ। ਨਤੀਜਾ ਕਿੱਦਾਂ ਦਾ ਨਿਕਲਦਾ? ਨਿਤਨੇਮ ਦਾ ਪਹਿਰਾ ਪੱਕਾ ਹੋਵੇ, ਇਸ ਭਾਵਨਾ ਨਾਲ ਮੈਂ ਸਾਖੀ ਕਹਿਣ ਲੱਗਾ। ਸਤ ਸੰਗਤ, ਇਹ ਸੁਰਿੰਦਰ ਸਿੰਘ ਦੀ ਉਮਰ ਬੜੀ ਛੋਟੀ, ਕਰਨੀ ਕਰਤਾਰ ਦੀ ਕਿ ਇਹਦੀ ਮਾਂ ਅਕਾਲ ਚਲਾਣਾ ਕਰ ਗਈ। 50 ਕੁ ਸਾਲਾਂ ਦੀ ਇਹਦੀ ਭੈਣ ਗੁਰਬਿੰਦਰ ਕੌਰ ਆਪਣੇ ਛੋਟੇ ਵੀਰ ਨੂੰ ਗੱਲ ਨਾਲ ਲਾ ਕੇ ਕਹਿੰਦੀ ਹੈ, ਸੋਢੀ ਰੋ ਨਾ ਸਗੋਂ ਸਿਮਰਨ ਕਰ। ਜਾਣੀ ਬੱਚਾ ਬੱਚਾ ਬੰਦਗੀ ਨਾਲ ਜੁੜਿਆ ਹੋਇਆ। ਹੁਣ ਸਤ ਸੰਗਤ, ਸਕੂਲੇ ਪੜ੍ਹਨ ਜਾਂਦਾ, ਮੈਡਮ ਰੇਸ਼ਮ ਕੌਰ ਕਹਿੰਦੀ ਆ, ਸੁਰਿੰਦਰ ਸਿੰਘ ਲਗਨ ਲਾ ਕੇ ਪੜ੍ਹਦਾ ਰਹੀਂ ਤੇਰਾ ਨਾਮ ਹੋਊਗਾ। ਤੇ ਸੁਰਿੰਦਰ ਸਿੰਘ ਅੱਗੋਂ ਉਹੀ ਜਵਾਬ ਦਿੰਦਾ, ਕਹਿੰਦਾ ਮੈਡਮ ਪੜ੍ਹਾਈ ਕਰਨ ਨਾਲ ਨਾਮ ਨਹੀਂ ਬਣਦਾ, ਨਾਮ ਤਾਂ ਨਾਮ ਜਪਣ ਨਾਲ ਬਣਦਾ। ਸੱਚਮੁੱਚ ਨਾਮ ਕੈਸਾ ਬਣਿਆ, ਬਸ ਆਹ ਤਸਵੀਰ ਤੁਹਾਡੀ ਸੇਵਾ ਵਿੱਚ ਤੁਹਾਡੀ ਕਲਾ ਦੀ ਸੁੰਦਰ ਬੰਦਗੀ 'ਚ ਕਹਾਉਣ ਲੱਗਾ।
ਸਾਧ ਸੰਗਤ 9 ਕੁ ਸਾਲਾਂ ਦਾ ਸੀ ਸੁਰਿੰਦਰ ਸਿੰਘ, ਜਿੱਦਣ ਟਰੈਕਟਰ ਪਲਟ ਗਿਆ ਤੇ ਇਹਦੇ ਬਾਪ ਦਾ ਵੀ ਅਕਾਲ ਚਲਾਣਾ ਹੋ ਗਿਆ, ਨਾ ਮਾਂ ਰਹੀ ਨਾ ਬਾਪ ਰਿਹਾ। ਹੁਣ ਤਾਈ ਤਾਇਆ ਤੇ ਦਾਦੀ ਮਾਂ ਆਪਣੇ ਪੋਤਰੇ ਨਾਲ ਪਿਆਰ ਕਰਦੀ ਹੈ ਤੇ ਲਾਡ ਕਰਦੀ ਹੈ, ਮੁਹੱਬਤਾਂ ਵੰਡਦੀ ਹੈ, ਬੜਾ ਗੁਰਸਿੱਖ ਪਰਿਵਾਰ ਹੈ। ਇਹਦੇ ਦਾਦੇ ਦਾ ਨਾਂ ਸਾਬਕਾ ਲੰਬੜਦਾਰ ਬੇਅੰਤ ਸਿੰਘ ਬੈਂਸ ਹੈ, ਸਾਬਕਾ ਲੰਬੜਦਾਰ। ਲੰਬੜਦਾਰ ਸਾਬਕਾ ਹੁੰਦੇ ਨਹੀਂ ਵੈਸੇ, ਯਾਦ ਰੱਖਿਓ, ਲੰਬੜਦਾਰ ਤਾਂ ਜਦੋਂ ਮਰ ਜਾਂਦਾ ਨਵਾਂ ਤਾਂ ਚੁਣਿਆ ਜਾਂਦਾ ਹੈ, ਅਤੇ ਇੱਥੇ ਤਾਂ ਇਹ ਜਿਉਂਦੇ ਜੀ ਸਾਬਕਾ ਲੰਬੜਦਾਰ ਹੋ ਗਿਆ ਸੀ। ਕਿਉਂ ਹੋਇਆ ਸੀ ਇਹ ਵੀ ਇੱਕ ਲੰਬੀ ਕਹਾਣੀ ਆ, ਇਹ ਵੀ ਵਕਤ ਬਚਿਆ ਅਤੇ ਮੈਂ ਆਪ ਜੀ ਦੀ ਸੇਵਾ 'ਚ ਕਹਾਂਗਾ। ਲੰਬੜਦਾਰ ਬੇਅੰਤ ਸਿੰਘ ਬੈਂਸ ਦਾ ਪੋਤਰਾ, ਬੀਬੀ ਚਰਨ ਕੌਰ ਦਾ ਪੋਤਰਾ, ਬੀਬੀ ਨਰਿੰਦਰ ਕੌਰ ਦਾ ਲਾਡਲਾ, ਜਥੇਦਾਰ ਦਲਜੀਤ ਸਿੰਘ ਬੈਂਸ ਦਾ ਪੁੱਤ ਸਕੂਲ ਪੜ੍ਹਨ ਜਾਂਦਾ ਹੈ, ਐਨਫੀਲਡ ਮੋਟਰਸਾਈਕਲ ਲਿਆ ਆਪਣੇ ਦਾਦੀ ਦੇ ਗਲ ਪੈ ਕੇ, ਤਾਈ ਤਾਏ ਨੂੰ ਬਹੁਤ ਵਾਰ ਕਹਿ ਕੇ ਵੀ ਬੁਲਟ ਮੋਟਰਸਾਈਕਲ ਲੈਣਾ। ਬੁਲਟ ਮੋਟਰਸਾਈਕਲ ਦੇ ਉੱਤੇ ਸਕੂਲੇ ਪੜ੍ਹਨ ਜਾਂਦਾ, ਸੈਣੀ ਬਾਰ ਪਬਲਿਕ ਸਕੂਲ ਹੈ ਬੁੱਲੋਵਾਲ ਦੇ ਵਿੱਚ, ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਹ ਬੁੱਲੋਵਾਲ ਪਰਗਣਾ ਪੈਂਦਾ ਹੈ। ਅੱਧੀ ਛੁੱਟੀ ਦੇ ਮੌਕੇ ਮੋਟਰਸਾਈਕਲ ਦੇ ਉੱਤੇ ਕਰਤੱਬ ਦਿਖਾਉਂਦਾ ਹੈ, ਚਲਦੇ ਮੋਟਰਸਾਈਕਲ ਦੇ ਉੱਤੇ ਖੜ੍ਹਾ ਹੋ ਜਾਂਦਾ ਹੈ, ਚਲਦੇ ਮੋਟਰਸਾਈਕਲ 'ਤੇ ਦੁੱਧ ਪੀ ਲੈਂਦਾ, ਕੱਪੜੇ ਖੋਲ੍ਹ ਲੈਂਦਾ, ਕੱਪੜੇ ਪਾ ਲੈਂਦਾ, ਤਾਂ ਲੋਕ ਵੇਖ ਕੇ ਕਹਿਣ ਲੱਗੇ ਵੀ ਯਾਰ ਸਰਕਸ ਵਿੱਚ ਕੰਮ ਕਰਨ ਵਾਲਾ ਬੱਚਾ ਇਹ ਸਕੂਲੇ ਪੜ੍ਹਨ ਆ ਗਿਆ, ਇਹ ਤਾਂ ਸਰਕਸ ਵਿੱਚ ਲੱਗਣਾ ਚਾਹੀਦਾ ਸੀ। ਜਿੱਧਰ ਨੂੰ ਜਾਂਦਾ ਦੁੱਗ ਦੁੱਗ ਕਰਦਾ ਬੁਲਟ ਲੰਘਦਾ, ਲੋਕ ਗੱਲਾਂ ਕਰਦੇ, ਆ ਗਿਆ ਸੋਢੀ, ਚਲਾ ਗਿਆ ਸੋਢੀ, ਆ ਗਿਆ ਸੋਢੀ, ਛਾ ਗਿਆ ਸੋਢੀ, ਚਾਰੇ ਪਾਸੇ ਸੋਢੀ ਸੋਢੀ। ਕਿਵੇਂ ਨਿੱਕੀ ਉਮਰ ਦੇ ਅੰਦਰ ਇਹ ਨਾਮ ਕਮਾਉਣ ਲੱਗਾ, ਇਹ ਜਦੋਂ ਕਿਤੇ ਗਰਾਊਂਡ ਵਿੱਚ ਖੇਡਾਂ 'ਚ ਵੜਦਾ ਤਾਂ ਨਾਲਦਿਆਂ ਨੂੰ ਸਾਰਿਆਂ ਨੂੰ ਮਾਤ ਪਾ ਦਿੰਦਾ, ਇਹਦੇ ਜਿੰਨਾ ਦੌੜਦਾ ਕੋਈ ਨਹੀਂ, ਇਹ ਬਿਨਾਂ ਸਿੱਖਣ ਤੋਂ ਬਹੁਤੇ ਕੰਮ ਕਰਦਾ। ਅਕਾਲ ਪੁਰਖ ਦੀ ਕਿਆਸੀ ਇਹਦੇ ਉੱਤੇ ਕਿਰਪਾ ਆ। ਇੱਕ ਸ਼ਬਦ ਕਹਾਂ, ਜਿਹੜਾ ਬੰਦਾ ਬਾਣੀ ਨਾਲ ਜੁੜਿਆ ਨਾ, ਉਹਦੇ ਬਾਰੇ ਨਾਮ ਜਪਣ ਵਾਲੇ ਕਹਿੰਦੇ ਕਿ ਮਿੱਟੀ ਨੂੰ ਹੱਥ ਪਾਵੇ ਤਾਂ ਸੋਨਾ ਬਣ ਜਾਂਦਾ, ਮਿੱਟੀ ਨੂੰ ਹੱਥ ਪਾਵੇ ਤਾਂ ਸੋਨਾ ਬਣ ਜਾਂਦਾ ਜਿਹੜਾ ਬੰਦਾ ਸਿਮਰਨ ਦੇ ਨਾਲ ਜੁੜਿਆ। ਇਹ ਸਿਮਰਨ ਦੀ ਬਦੌਲਤ ਆ, ਨਾ ਖੇਡਾਂ ਵਿੱਚ ਮਾਰ ਖਾਵੇ, ਨਾ ਬਾਣੀ ਪੜ੍ਹਨ ਵਿੱਚ ਇਹਦਾ ਕੋਈ ਸਾਨੀ, ਅਤੇ ਨਾ ਸਾਧ ਸੰਗਤ ਪੜ੍ਹਾਈ ਵਿੱਚ ਇਹਦਾ ਕੋਈ ਸਾਨੀ। ਚਾਰੇ ਪਾਸੇ ਸੋਢੀ ਸੋਢੀ ਕਿਵੇਂ ਚਰਚਾ ਹੋ ਗਈ, ਲੋਕ ਕਹਿੰਦੇ ਉੱਡਣਾ ਪੰਛੀ ਹੈ, ਅੰਬਰਾਂ ਵਿੱਚ ਉਡਾਰੀਆਂ ਲਾਉਣ ਵਾਲਾ ਧਰਤੀ ਦੇ ਉੱਤੇ ਆ ਗਿਆ। ਲੋਕਾਂ ਦੇ ਮਨਾਂ ਵਿੱਚ ਜਿਹੜੀ ਚਰਚਾ ਛਿੜੀ, ਉਸ ਚਰਚਾ ਨੂੰ ਕਵਿਤਾ ਦੇ ਰੂਪ ਵਿੱਚ ਪਰੋ ਕੇ ਕੜਿਆਣੇ ਵਾਲਾ ਢਾਡੀ ਜੱਥਾ ਆਪ ਜੀ ਦੀ ਸੇਵਾ 'ਚ ਹੇ ਇਹੋ ਪੇਸ਼। ਉੱਡਣਾ ਪੰਛੀ ਅੰਬਰ ਵਾਲਾ ਧਰਤੀ ਉੱਤੇ ਆਇਆ, ਉੱਡਣਾ ਪੰਛੀ ਅੰਬਰ ਵਾਲਾ ਧਰਤੀ ਉੱਤੇ ਆਇਆ। ਛੋਟੀ ਉਮਰ ਚ ਵੱਡਿਆਂ ਦਾ ਵੀ ਜਾਪ ਰਿਹਾ ਜੋ ਮੋਟੀ, ਉਸ ਵੱਲ ਖਿੱਚਿਆ ਜਾਵੇ ਜਿਸਨੇ ਦਰਸ਼ਨ ਪਾਇਆ। ਉੱਡਣਾ ਪੰਛੀ ਅੰਬਰ ਵਾਲਾ ਧਰਤੀ ਉੱਤੇ ਆਇਆ, ਉੱਡਣਾ ਪੰਛੀ ਅੰਬਰ ਵਾਲਾ ਧਰਤੀ ਉੱਤੇ ਆਇਆ।
ਜੰਗਲ ਜਦੋਂ ਚਲਾਉਂਦਾ ਸਰਕਸ ਜਾਪੇ ਖੇਡੇ ਬਿਨਾਂ ਝਿਜਕਿਓ ਰਸਤੇ ਲੰਘੇ ਸਾਰੇ ਵਿੰਗੇ ਟੇਡੇ ਬਿਨਾਂ ਝਿਜਕਿਓ ਰਸਤੇ ਲੰਘੇ ਸਾਰੇ ਵਿੰਗੇ ਟੇਡੇ ਮੋਟਰਸਾਈਕਲ ਰੇਣੇ ਗੱਡੀ ਦੀ ਮੰਡਲੀ ਉੱਤੇ ਚਲਾਇਆ ਮੋਟਰਸਾਈਕਲ ਰੇਲ ਗੱਡੀ ਦੀ ਮੰਡਲੀ ਉੱਤੇ ਚਲਾਇਆ ਉੱਡਣਾ ਪੰਛੀ ਅੰਬਰ ਵਾਲਾ ਧਰਤੀ ਉੱਤੇ ਆਇਆ ਉੱਡਣਾ ਪੰਛੀ ਅੰਬਰ ਵਾਲਾ ਧਰਤੀ ਉੱਤੇ ਆਇਆ ਜਿਹੜਾ ਬੰਦਾ ਸਿਮਰਨ ਕਰਦਾ ਜਿਹੜਾ ਨਿਤਨੇਮ ਦੇ ਨਾਲ ਜੁੜਦਾ ਉਸ ਬੱਚੇ ਦੇ ਉੱਤੇ ਪੜ੍ਹਾਈ ਵਿੱਚ ਵੀ
ਖੇਡਾਂ ਵਿੱਚ ਵੀ ਹਰ ਮੁਕਾਮ ਦੇ ਉੱਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਦੇ ਪਿੱਠ ਨਹੀਂ ਲੱਗਣ ਦਿੰਦੇ। ਆਪਣੇ ਬੱਚੇ ਅੱਜ ਬਹੁਤ ਉਚੇਰੀ ਵਿੱਦਿਆ ਹਾਸਲ ਕਰਦੇ ਆ। ਮੈਂ ਜਿਹੜਾ ਸ਼ਬਦ ਕਹਿਣ ਲੱਗਾ ਹੋ ਸਕਦਾ ਤੁਹਾਨੂੰ ਚੰਗਾ ਨਾ ਲੱਗੇ, ਪਰ ਮੈਂ ਗੁਰੂ ਕਾ ਢਾਡੀ ਹਾਂ ਅਤੇ ਸੱਚ ਕਹਿਣ ਦਾ ਆਦੀ ਹੈ। ਮੈਂ ਇੱਕ ਦੋ ਗੱਲਾਂ ਕਹਿਣ ਲੱਗਾ। ਅੱਜ ਸਿੱਖਾਂ ਦੇ ਪਰਿਵਾਰ 80% ਪਰਿਵਾਰ ਆ ਜਿਹਨਾਂ ਘਰਾਂ ਵਿੱਚ ਜਪਜੀ ਸਾਹਿਬ ਨਹੀਂ ਪੜ੍ਹਿਆ ਜਾਂਦਾ, 80% ਘਰ ਹੈ ਜਿਹਨਾਂ ਘਰਾਂ ਵਿੱਚ ਰਹਿਰਾਸ ਸਾਹਿਬ ਦੀ ਬਾਣੀ ਦਾ ਪਾਠ ਨਹੀਂ ਹੁੰਦਾ। ਅਤੇ ਫਿਰ ਅਸੀਂ ਕਹਿੰਦੇ ਸਾਡੇ ਘਰ ਲੜਾਈ ਬਹੁਤ ਆਉਂਦੀ ਹੈ, ਚਾਰ ਜੀ ਆ ਪਰਿਵਾਰ ਦੇ ਅਤੇ ਚਾਰੇ ਇੱਕ ਦੂਜੇ ਦਾ ਸਿਰ ਪਾੜਨ ਨੂੰ ਫਿਰਦੇ ਆ। ਯਾਰ ਘਰ ਵਿੱਚ ਜਪਜੀ ਸਾਹਿਬ ਹੀ ਨਹੀਂ ਤਾਂ ਲੜਾਈ ਤਾਂ ਹੋਊਗੀ। ਜੇ ਘਰ ਵਿੱਚ ਬਾਣੀ ਦਾ ਪਹਿਰਾ ਨਹੀਂ ਤਾਂ ਫਿਰ ਤਾਂ ਆਪ ਹੀ ਸਾਡੇ ਬਾਕੀ ਪਹਿਰੇ ਢਿੱਲੇ ਹੋਣੇ ਆ। ਅੱਜ ਸਿੱਖਾਂ ਦੇ ਬੱਚੇ ਅੰਗਰੇਜ਼ੀ ਸਿੱਖਦੇ ਆ, ਸਿੱਖਾਂ ਦੇ ਬੱਚੇ ਬਹੁਤ ਉਚੇਰੀ ਵਿੱਦਿਆ ਹਾਸਲ ਕਰਦੇ ਆ, ਡਿਗਰੀਆਂ ਵਾਲਾ ਪਾਸਾ ਤਾਂ ਸਿੱਖਾਂ ਦਾ ਹੁਣ ਢਿੱਲਾ ਹੋ ਗਿਆ। ਹੁਣ ਤਾਂ ਪਲੱਸ ਟੂ ਤੋਂ ਬਾਅਦ ਵਿੱਚ ਇੱਕ ਆਈਲੈਟਸ ਕੋਰਸ ਰਹਿ ਗਿਆ, ਉਹਨੂੰ IPS ਦਾ ਕੋਰਸ ਬਣਾਈ ਬੈਠੇ ਨੇ ਸਿੱਖਾਂ ਦੇ ਬੱਚੇ। ਸਤ ਸੰਗਤ, ਜੇ ਆਈਲੈਟਸ ਕਰ ਸਕਦੇ ਆ, ਬਗਾਨੀ ਬੋਲੀ ਸਿੱਖ ਸਕਦੇ ਆ, ਤਾਂ ਖਿਮਾ ਮੰਗ ਕੇ ਕਹਿੰਦਾ ਤੇ ਜਪਜੀ ਸਾਹਿਬ ਸਿੱਖਦੇ ਹਾਂ ਫਿਰ ਕੀ ਪ੍ਰੋਬਲਮ ਆਉਂਦੀ ਹੈ? ਅਸੀਂ ਜਪਜੀ ਸਾਹਿਬ ਕਿਉਂ ਨਹੀਂ ਸਿੱਖਦੇ? ਆਪਣੇ ਏਰੀਏ ਦੇ ਵਿੱਚ ਗੁੱਜਰਾਂ ਦੇ ਪਰਿਵਾਰ ਰਹਿੰਦੇ ਹੋਣਗੇ, ਸਾਡੇ ਦੁਆਬੇ ਵਿੱਚ ਬਹੁਤ ਹੈ, ਤੁਹਾਡੇ ਇਲਾਕੇ ਦਾ ਮੈਨੂੰ ਬਹੁਤਾ ਪਤਾ ਨਹੀਂ। ਇਸ ਇਲਾਕੇ ਵਿੱਚ ਜਿੰਨੀ ਵਾਰੀ ਆਈਦਾ, ਜਾਂ ਤੁਸੀਂ ਬਹੁਤ ਕਰਦੇ ਹੋ, ਮੈਂ ਆਉਂਦਾ ਰਹਿੰਦਾ ਅਕਸਰ ਇਹਨਾਂ ਪਿੰਡਾਂ ਸ਼ਹਿਰਾਂ ਦੇ ਵਿੱਚ, ਪਰ ਜਦੋਂ ਅਸੀਂ ਆਈਦਾ ਸਫ਼ਰ ਦੂਰ ਦਾ ਹੁੰਦਾ, ਟਾਈਮ ਟੂ ਟਾਈਮ ਸਟੇਜ 'ਤੇ ਜਾ ਕੇ ਸਟੇਜ ਤੋਂ ਉਤਰ ਕੇ ਫਿਰ ਗੱਡੀ 'ਚ ਬਹਿ ਜਾਈਦਾ, ਇਸ ਲਈ ਜ਼ਿਆਦਾ ਪਤਾ ਨਹੀਂ ਤੁਹਾਡੇ ਏਰੀਏ ਬਾਰੇ। ਤੁਹਾਡੇ ਇਲਾਕੇ ਵਿੱਚ ਜੇ ਗੁੱਜਰਾਂ ਦੇ ਪਰਿਵਾਰ ਰਹਿੰਦੇ ਹੋਣ ਨਾ, ਉਹਨਾਂ ਦੇ ਪਰਿਵਾਰਾਂ ਨੂੰ ਕਿਤੇ ਮਿਲ ਕੇ ਵੇਖਿਓ, ਉਹਨਾਂ ਦੇ ਬੱਚੇ ਸਕੂਲ ਜਾਣ ਭਾਵੇਂ ਨਾ ਜਾਣ, ਉਹਨਾਂ ਦਾ 10 ਸਾਲ ਦਾ ਲੜਕਾ 10 ਸਾਲ ਦੀ ਲੜਕੀ, ਉਹਨੂੰ 5 ਨਵਾਜ਼ਾਂ ਵੀ ਯਾਦ ਹੁੰਦੀਆਂ, ਉਹਨੂੰ ਉਰਦੂ ਵੀ ਆਉਂਦਾ ਹੁੰਦਾ, ਉਹਨਾਂ ਨੇ ਮੌਲਵੀ ਰੱਖਿਆ ਟਿਊਸ਼ਨ ਵਾਸਤੇ, ਉਹ ਕਹਿੰਦੇ ਬਾਕੀ ਦੀ ਪੜ੍ਹਾਈ ਕਰਨ ਚਾਹੇ ਨਾ ਕਰਨ, ਪਰ ਇਹਨਾਂ ਨੂੰ ਕੁਰਾਨ ਸ਼ਰੀਫ ਪੜ੍ਹਨਾ ਆਉਂਦਾ ਹੋਣਾ ਚਾਹੀਦਾ। ਸਾਡੇ ਸਿੱਖਾਂ ਦੇ ਬੱਚੇ 25-25, 30-30 ਸਾਲ ਦੇ ਹੋ ਗਏ, ਜਪਜੀ ਸਾਹਿਬ ਨਹੀਂ ਆਉਂਦਾ, ਜਪਜੀ ਸਾਹਿਬ ਦੀਆਂ 5 ਪੌੜੀਆਂ ਨਹੀਂ ਆਉਂਦੀਆਂ। ਅਤੇ ਜੇ ਕਿਤੇ ਮਾਪਿਆਂ ਨੂੰ ਕਹਿ ਦਈਏ ਭਾਈ ਨਿਆਣਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ, ਤਾਂ ਘੜਿਆ ਘੜਾ ਉੱਤਰ ਹੁੰਦਾ, ਗਿਆਨੀ ਜੀ ਪੜ੍ਹਾਈ ਦਾ ਬੋਝ ਹੀ ਬਹੁਤ ਹੈ, ਪੜ੍ਹਾਈ ਦਾ ਬੋਝ ਹੀ ਬਹੁਤ ਹੈ। ਉਹ ਯਾਰ ਪੜ੍ਹਾਈ ਦਾ ਬੋਝ ਹੌਲਾ ਹੋ ਜਾਊਗਾ ਜੇ ਤੁਸੀਂ ਗੁਰੂ ਦੇ ਨਾਲ ਜੁੜ ਜਾਓਗੇ, ਜੇ ਬੱਚਿਆਂ ਨੂੰ ਗੁਰੂ ਦੇ ਨਾਲ ਜੋੜੋਗੇ। ਬਾਬਾ ਫਰੀਦ ਜੀ ਮਹਾਰਾਜ, ਉਹਨਾਂ ਦੀ ਮਾਂ ਨੇ ਸ਼ੱਕਰ ਦੀ ਪੁੜੀ ਦੇ ਲਾਲਚ ਦੇ ਨਾਲ ਬਾਬਾ ਜੀ ਨੂੰ ਖੁਦਾ ਨਾਲ ਜੋੜ ਦਿੱਤਾ, 5 ਵਖਤ ਦਾ ਨਵਾਜੀ ਬਣਾ ਦਿੱਤਾ। ਅਤੇ ਜਦੋਂ ਉਹਨਾਂ ਨੂੰ ਖੁਦਾ ਦੇ ਨਾਮ ਦਾ ਰਸ ਆਇਆ ਨਾ, ਫਿਰ ਬਾਬਾ ਫਰੀਦ ਜੀ ਮਹਾਰਾਜ ਨੇ ਕਿਹਾ, ਕਹਿੰਦੇ ਸ਼ੱਕਰ ਮਿੱਠੀ ਨਹੀਂ ਹੈਗੀ, ਖੰਡ ਵੀ ਮਿੱਠੀ ਨਹੀਂ ਹੈਗੀ, ਸ਼ਹਿਦ ਵੀ ਮਿੱਠਾ ਨਹੀਂ ਹੈਗਾ, ਦੁੱਧ ਵੀ ਮਿੱਠਾ ਨਹੀਂ ਹੈਗਾ, ਗੁੜ ਵੀ ਮਿੱਠਾ ਨਹੀਂ ਹੈਗਾ। ਅਤੇ ਪੁੱਛਿਆ ਫਿਰ ਮਿੱਠਾ ਕੀ ਆ? ਕਹਿੰਦੇ ਖੁਦਾ ਦੀ ਬੰਦਗੀ ਬਹੁਤ ਮਿੱਠੀ ਹੈ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾਂ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁੱਧ। ਜੇ ਅਸੀਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਾਂਗੇ ਨਾ, ਤੂਤ ਦੀ ਛਿਟੀ ਨੂੰ ਭਾਵੇਂ 7 ਗੰਢਾਂ ਮਾਰ ਲਓ, ਹਰ ਥਾਂ ਤੋਂ ਮੁੜ ਜਾਂਦੀ ਆ, ਪਰ ਜੇ ਉਹ ਮੋਛਾ ਬਣ ਜਾਵੇ, ਟਾਣਾ ਬਣ ਜਾਵੇ, ਫਿਰ ਉਹਨੂੰ ਕਿਸੇ ਪਾਸੇ ਮੋੜਿਆ ਹੀ ਨਹੀਂ ਜਾ ਸਕਦਾ। ਬੱਚੇ ਕੋਮਲ ਕਲੀਆਂ ਨੇ, ਇਹਨਾਂ ਨੂੰ ਬਾਣੀ ਦੇ ਨਾਲ ਜੋੜੋਗੇ ਤਾਂ ਸੌਖੇ ਰਹੋਗੇ। ਜੇ ਬੱਚੇ ਨੂੰ ਬਾਣੀ ਨਾਲ ਨਹੀਂ ਜੋੜਿਆ ਤਾਂ ਮਾਫ਼ੀ ਮੰਗ ਕੇ ਕਹਾਂ, ਬੱਚੇ ਨੇ ਵੱਡਾ ਹੋ ਕੇ ਮਾਂ ਅਤੇ ਬਾਪ ਦੋਨਾਂ ਦੀਆਂ ਬੈਠਕਾਂ ਕਢਾਉਣੀਆਂ, ਮਾਂ ਅਤੇ ਬਾਪ ਦੋਨਾਂ ਦੀਆਂ ਬੈਠਕਾਂ ਕਢਾਉਂਦਾ। ਜੇ ਅਸੀਂ ਬਾਣੀ ਦੇ ਨਾਲ ਜੋੜਾਂਗੇ ਤਾਂ ਕੀ ਲਾਭ ਮਿਲਦਾ? ਬਸ ਆਹ ਪ੍ਰਸੰਗ ਹੈ ਮੇਰਾ। ਸੁਰਿੰਦਰ ਸਿੰਘ ਸੋਢੀ ਬਚਪਨ ਦੇ ਵਿੱਚ ਬਾਣੀ ਦੇ ਨਾਲ ਜੁੜਿਆ, ਮੈਂ ਬਾਅਦ ਵਿੱਚ ਭੁੱਲ ਨਾ ਜਾਵਾਂ। ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਗੱਲ ਅਮਰੀਕਾ ਵਾਲੇ, ਸਰਦਾਰ ਲਖਮੀਰ ਸਿੰਘ ਜੀ ਗੱਲ ਅਮਰੀਕਾ ਵਾਲੇ, ਸਾਡੇ ਵਾਲ ਵਾਲੇ ਬਹੁਤ ਵੱਡਾ ਮਾਣ ਦੇ ਕੇ ਗਏ ਆ, ਮੈਂ ਦਿਲੋਂ ਸਤਿਕਾਰ ਕਰਦਾ।
ਤੁਸੀਂ ਸਾਰੇ ਬਹੁਤ ਪਿਆਰ ਕਰਦੇ ਹੋ, ਜਿੰਨੀ ਸੰਗਤ ਆ ਰਹੀ ਹੈ ਮੈਂ ਸਭ ਨੂੰ ਬੇਨਤੀ ਕਰਦਾ ਵੀ ਭਾਈ ਬਾਹਰ ਘੁੰਮ ਫਿਰ ਕੇ ਟਾਈਮ ਪਾਸ ਵੀ ਕਰਨਾ ਹੀ ਹੈ, ਹੁਣ ਰਾਤਾਂ ਨੂੰ ਆਪਾਂ ਹੋਰ ਤਾਂ ਕੁਛ ਕਰਨਾ ਨਹੀਂ, ਮੱਥਾ ਟੇਕ ਕੇ ਜਿਹਦੇ ਕੋਲ ਸਮਾਂ ਨਾ ਉਹ ਪੰਡਾਲ ਵਿੱਚ ਸਜੋ। ਮੇਰੇ ਤੋਂ ਬਾਅਦ ਵਿੱਚ ਬਹੁਤ ਚੰਗੇ ਚੰਗੇ ਜਥਿਆਂ ਨੇ ਆਪ ਜੀ ਦੇ ਦਰਸ਼ਨ ਕਰਨੇ ਆ। ਪੰਡਾਲ ਬਹੁਤ ਵੱਡਾ ਹੈ ਅਤੇ ਬਹੁਤ ਸੰਗਤ ਦੀ ਰੌਣਕ ਹੋਈ ਵੀ ਹੈ, ਪਰ ਸੰਗਤ ਦੀ ਗਿਣਤੀ ਦੇ ਮੁਤਾਬਕ ਥੋੜ੍ਹਾ ਸਵਾਇਆਪਨ ਮਹਿਸੂਸ ਹੋ ਰਿਹਾ। ਵੀਰਾਂ ਨੂੰ ਬੇਨਤੀ ਕਰਦਾ ਨਮਸਕਾਰ ਕਰਕੇ ਗੁਰੂ ਚਰਨਾਂ ਵਿੱਚ ਬੈਠੋਗੇ ਤੁਹਾਡਾ ਕੁਝ ਨਾ ਕੁਝ ਭਲਾ ਹੋਏਗਾ, ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਮੁਹੱਬਤ ਵਧੇਗੀ। ਪ੍ਰਾਰਥਨਾ ਕਰ ਰਿਹਾ ਸੀ ਸਤ ਸੰਗਤ, ਉੱਡਣਾ ਪੰਛੀ ਅੰਬਰ ਵਾਲਾ ਧਰਤੀ ਉੱਤੇ ਆਇਆ, ਘਰ ਘਰ ਦੇ ਵਿੱਚ ਸੋਢੀ ਦੀ ਚਰਚਾ ਹੋ ਗਈ, ਅੱਠਵੀਂ ਜਮਾਤ ਤੱਕ ਪੜ੍ਹਿਆ, ਬਾਅਦ ਵਿੱਚ ਕਿਸੇ ਕਾਰਨ ਆਜ਼ਾਦ ਸੁਭਾਅ ਦਾ ਮਾਲਕ ਸੀ, ਕਿਸੇ ਕਾਰਨ ਸਤ ਸੰਗਤ ਉਹਨੇ ਆਪਣੇ ਪਰਿਵਾਰ ਨੂੰ ਆਖਰੀ ਫਤਿਹ ਬੁਲਾ ਦਿੱਤੀ, ਪਰਿਵਾਰ ਨੂੰ ਛੱਡ ਦਿੱਤਾ, ਪਰਿਵਾਰ ਨੂੰ ਛੱਡ ਕੇ ਚਲਿਆ ਗਿਆ, ਘਰ ਤਿਆਗ ਕੇ ਚਲਿਆ ਗਿਆ, ਕਿੱਥੇ ਗਿਆ ਪਤਾ ਹੀ ਕੁਝ ਨਹੀਂ ਲੱਗ ਰਿਹਾ। ਰਿਸ਼ਤੇਦਾਰ ਭਾਈਚਾਰਾ ਸਰੀਕਾ ਯਾਰ ਦੋਸਤ ਜਿੱਥੇ ਮਾੜੀਆਂ ਮੋਟੀਆਂ ਠਾਰਾਂ ਸਨ ਸਾਰੇ ਭਾਲ ਕਰਨ ਲਈ ਬੜਾ ਲੱਭਿਆ, ਬੜਾ ਖੋਜ ਕੀਤੀ, ਬੜੀ ਘੋਖ ਕੀਤੀ, ਪਰ ਨਹੀਂ ਮਿਲਿਆ ਸੁਰਿੰਦਰ ਸਿੰਘ ਸੋਢੀ। 15-20 ਦਿਨ ਬੀਤ ਗਏ, ਤਾਈ ਤਾਇਆ ਅਤੇ ਦਾਦੀ ਲੋਕਾਂ ਨੂੰ ਗੱਲਾਂ ਕਹਿੰਦੇ ਆ, ਕਹਿੰਦੇ ਕੋਈ ਪਰਵਾਹ ਨਹੀਂ ਸਾਡਾ ਪੁੱਤ ਘਰ ਛੱਡ ਕੇ ਚਲਿਆ ਗਿਆ। ਪ੍ਰਮਾਣ ਨਾਲ ਕਹਿੰਦੇ ਆ, ਪਹਿਲੀ ਗੱਲ ਤਾਂ ਬੁਰਿਆਂ ਦੀ ਸੰਗਤ ਬੈਠੂ ਨਹੀਂ, ਦੂਜੀ ਗੱਲ ਜੇ ਕਿਤੇ ਬੁਰਿਆਂ ਦੀ ਸੰਗਤ ਵਿੱਚ ਵੀ ਚਲਾ ਗਿਆ ਆਪ ਬੁਰਾ ਨਹੀਂ ਬਣੂਗਾ, ਸਗੋਂ ਬੁਰਿਆਂ ਨੂੰ ਚੰਗੇ ਬਣਾ ਦਊਗਾ। ਆਪ ਬੁਰਾ ਨਹੀਂ ਬਣੇਗਾ, ਬੁਰਿਆਂ ਨੂੰ ਚੰਗੇ ਬਣਾ ਦਊਗਾ, ਕਿਉਂਕਿ ਪੱਕਾ ਨਿਤਨੇਮੀ ਹੈ, ਪੱਕਾ ਬਾਣੀ ਪੜਨ ਵਾਲਾ, ਸਿਮਰਨ ਕਰਨ ਵਾਲਾ, ਸਤ ਬਾਣੀਆਂ ਜਵਾਨੀ ਕੰਠ ਹੈ। ਸਤ ਸੰਗਤ ਰੱਜ ਕੇ ਭਾਲ ਕੀਤੀ, ਨਹੀਂ ਮਿਲਿਆ ਸੋਢੀ, ਕਿੱਥੇ ਚਲਿਆ ਗਿਆ? ਉਹ ਚਲੇ ਗਏ ਨੇ ਸੱਤਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਹਰਿਰਾਏ ਮਹਾਰਾਜ, ਉਹਨਾਂ ਦਾ ਇੱਕ ਪਵਿੱਤਰ ਅਸਥਾਨ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਗੁਰਦੁਆਰਾ ਹਰੀਆਂ ਬੇਲਾਂ ਸਾਹਿਬ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਅਤੇ ਸੱਤਵੇਂ ਪਾਤਸ਼ਾਹ ਮਹਾਰਾਜ, ਦੋ ਮਹਾਨ ਪੰਥਕ ਸ਼ਖਸੀਅਤਾਂ ਦਾ ਉਹ ਸਾਂਝਾ ਅਸਥਾਨ ਹੈ। ਉੱਥੇ ਨਿਹੰਗ ਸਿੰਘਾਂ ਦੀ ਛਾਉਣੀ ਹੈ, ਨਿਹੰਗ ਸਿੰਘਾਂ ਦੇ ਕੋਲ ਚਲੇ ਗਿਆ ਸੰਤ ਬਾਬਾ ਬਿਸ਼ਨ ਸਿੰਘ ਜੀ, ਸੰਤ ਬਾਬਾ ਨਿਹਾਲ ਸਿੰਘ ਜੀ, ਹਰੀਆਂ ਬੇਲਾਂ ਵਾਲੇ ਮਹਾਂਪੁਰਖ, ਉਹਨਾਂ ਦੀ ਸੰਗਤ ਵਿੱਚ ਚਲੇ ਗਏ। ਉੱਥੇ ਗੁਰਬਾਣੀ ਦੀ ਸੰਥਿਆ ਕਰਕੇ ਅਖੰਡ ਪਾਠ ਕਰਨਾ ਸਿੱਖਿਆ, ਸੰਪੂਰਨ ਸੰਥਿਆ ਲਈ ਮਹਾਰਾਜ ਦੀ, ਅਤੇ ਉੱਥੇ ਘੋੜ ਸਵਾਰੀ ਸਿੱਖੀ, ਨੇਜੇਬਾਜੀ ਸਿੱਖੀ, ਕਿਰਪਾਨ ਚਲਾਉਣੀ ਸਿੱਖੀ, ਜੀਪ ਚਲਾਉਣੀ ਸਿੱਖੀ, ਟਾਂਗਾ ਚਲਾਉਣਾ ਸਿੱਖਿਆ। ਸਤ ਸੰਗਤ ਗੱਤਕਾ ਖੇਡਣ ਦਾ ਤਕੜਾ ਗੱਤਕਾਈ ਮਾਸਟਰ ਬਣ ਗਿਆ, ਅਤੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ, ਚਿਹਰਾ ਦਗ ਦਗ ਕਰਦਾ, ਗੁਰੂ ਦੀ ਸੋਭਾ ਸੁਣਨ ਦੇ ਨਾਲ ਤਨ ਅਤੇ ਮਨ ਖਿੜ ਜਾਂਦਾ, ਚਿਹਰੇ ਦੇ ਉੱਤੇ ਰੌਣਕ ਆ ਜਾਂਦੀ ਆ। ਸੋਹੇ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਪੰਥ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਇੱਦਾਂ ਦੀਆਂ ਰੂਹਾਂ ਟਾਮੀਆਂ ਟਾਮੀਆਂ ਹੁੰਦੀਆਂ। ਲੈਕਚਰ ਲੰਬਾ ਹੁੰਦਾ ਜਾ ਰਿਹਾ, ਕਵਿਤਾ ਪੇਸ਼ ਕਰਵਾਵਾਂ। ਸੁਰਿੰਦਰ ਸਿੰਘ ਸੋਢੀ ਹਰੀਆਂ ਬੇਲਾਂ ਉੱਥੇ ਹੁਣ ਸੇਵਾ ਕਰਦਾ, ਮੱਥਾ ਟੇਕਣ ਵਾਲੀ ਸੰਗਤ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਮੂੰਹ ਵਿੱਚ ਵਾਹਿਗੁਰੂ ਵਾਹਿਗੁਰੂ ਜਪ ਲਓ, ਜੇ ਤੁਸੀਂ ਐਵੇਂ ਕਾਫਲਾ ਬਣਾ ਕੇ ਗੱਲਾਂ ਹੀ ਕਰਨੀਆਂ, ਐਡਾ ਵੱਡਾ ਸਪੀਕਰ ਇੰਨਾ ਵਧੀਆ ਚੱਲ ਰਿਹਾ, ਤੁਹਾਡੀ ਆਵਾਜ਼ ਫਿਰ ਵੀ ਸਾਨੂੰ ਸੁਣ ਰਹੀ ਹੈ, ਅਤੇ ਸਾਨੂੰ ਤੁਸੀਂ ਬੋਲਣ ਦੇ ਪੈਸੇ ਦੇਣੇ ਆ, ਅਤੇ ਤੁਸੀਂ ਮੁਫ਼ਤ ਵਿੱਚ ਹੀ ਸਾਡੇ ਨਾਲੋਂ ਜ਼ਿਆਦਾ ਉੱਚੀ ਬੋਲੀ ਜਾਂਦੇ ਹੋ, ਮੈਂ ਤੁਹਾਨੂੰ ਬੇਨਤੀ ਕਰਦਾ ਵੀ ਥੋੜ੍ਹੀ ਜਿਹੀ ਇਕਾਗਰਤਾ ਬਣਾਓ। ਸਤ ਸੰਗਤ ਬੇਨਤੀ ਕਰ ਰਿਹਾ, ਹਰੀਆਂ ਬੇਲਾਂ ਸਾਹਿਬ ਦੇ ਅਸਥਾਨ ਦੇ ਉੱਤੇ ਸੋਢੀ ਦੀਆਂ ਸਭਾਵਾਂ ਚੱਲਦੀਆਂ, ਅੱਜ ਉੱਥੇ 20ਵੀਂ ਸਦੀ ਦੇ ਮਹਾਨ ਸੰਤ, 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਗਨਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਏ, ਮਹਾਂਪੁਰਖਾਂ ਨੇ ਕੁਛ ਸਮਾਂ ਉੱਥੇ ਸੱਤਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਬਤੀਤ ਕੀਤਾ।
ਤੇ ਬਾਬਾ ਨਿਹਾਲ ਸਿੰਘ ਨੂੰ ਕਹਿਣ ਲੱਗੇ, ਕਹਿੰਦੇ ਨਿਹਾਲ ਸਿਆਂ ਅੱਜ ਤੇਰੇ ਕੋਲੋਂ ਕੁਛ ਮੰਗਣਾ। ਸੰਤ ਜੀ ਕਹਿਣ ਲੱਗੇ, ਬਾਬਾ ਨਿਹਾਲ ਸਿੰਘ ਜੀ ਕਹਿੰਦੇ, ਮਹਾਂਪੁਰਖੋ ਸਾਰਾ ਕੁਝ ਹੀ ਤੁਹਾਡਾ, ਦੱਸੋ ਕਿਹੜੀ ਗੱਲ ਹੈ, ਏਡੀ ਕਿਹੜੀ ਗੱਲ, ਮੰਗਣ ਵਾਲੀ ਤਾਂ ਗੱਲ ਹੀ ਕੋਈ ਨਹੀਂ, ਦੱਸੋ ਕੀ ਚਾਹੀਦਾ। ਸੰਤ ਬਾਬਾ ਜਰਨੈਲ ਸਿੰਘ ਜੀ ਕਹਿਣ ਲੱਗੇ, ਤੁਹਾਡੇ ਸਿੰਘਾਂ ਵਿੱਚੋਂ ਇੱਕ ਸਿੰਘ ਲੈ ਕੇ ਜਾਣਾ। ਕਹਿੰਦੇ ਜੀ ਸਾਰੇ ਹੀ ਸਿੰਘ ਤੁਹਾਡੇ, ਜਿਹੜਾ ਮਰਜ਼ੀ ਲੈ ਜਾਓ, ਜਿੰਨੇ ਮਰਜ਼ੀ ਲੈ ਜਾਓ। ਸੰਤ ਜਰਨੈਲ ਸਿੰਘ ਕਹਿੰਦੇ, ਨਹੀਂ ਇੱਕ ਚਾਹੀਦਾ, ਉਹ ਜਿਹੜਾ ਗੋਰਾ ਜਿਹਾ ਤੁਰਿਆ ਫਿਰਦਾ, ਜਿਹੜਾ ਸੁਨੱਖਾ ਜਿਹਾ ਤੁਰਿਆ ਫਿਰਦਾ, ਉਹ ਹੀ ਚਾਹੀਦਾ। ਨਾਮ ਜਪੰਦੜੀ ਲਾਲੀ ਸੁਰਿੰਦਰ ਸਿੰਘ ਸੋਢੀ, 20ਵੀਂ ਸਦੀ ਦੇ ਮਹਾਨ ਸਿੱਖ ਦੀ ਪਾਰਖੂ ਅੱਖ ਨੇ ਤਾੜ ਲਿਆ ਤੇ ਸੰਤਾਂ ਨੇ ਮੰਗ ਕੇ ਲੈ ਲਿਆ। ਹੁਣ ਸੰਤ ਜਰਨੈਲ ਸਿੰਘ ਦੀ ਸੰਗਤ ਵਿੱਚ ਚਲਿਆ ਗਿਆ। ਵੇਖੋ ਇੱਕ ਮਜ਼ੇ ਦੀ ਗੱਲ ਕਹਾਂ, ਜਨਮ ਹੋਇਆ ਅਖੰਡ ਕੀਰਤਨੀ ਜਥੇ ਵਾਲੇ ਪਰਿਵਾਰ ਵਿੱਚ, ਥੋੜ੍ਹੀ ਜਿਹੀ ਪਰਵਰਿਸ਼ ਹੋਈ ਨਿਹੰਗ ਸਿੰਘਾਂ ਵਾਲੇ ਪਰਿਵਾਰ 'ਚ, ਅਤੇ ਗੱਭਰੂ ਹੋਇਆ ਦਮਦਮੀ ਟਕਸਾਲ ਦੀ ਮਰਜ਼ਾਦਾ 'ਚ। ਅਤੇ ਜਦੋਂ ਸੰਤ ਜੀ ਅਕਾਲ ਤਖਤ ਸਾਹਿਬ 'ਤੇ ਗਏ, ਅਕਾਲ ਤਖਤ ਦੀ ਮਰਜ਼ਾਦਾ ਵੀ ਹਿੱਸੇ ਆਈ। ਮੁੱਕਦੀ ਗੱਲ, ਚਾਰ ਮਰਜ਼ਾਦਾ ਜ਼ਿੰਦਗੀ 'ਚ ਆਈਆਂ, ਪਰ ਚਾਰਾਂ ਦਾ ਉਹਨੇ ਕਿਤੇ ਐਕਸੀਡੈਂਟ ਨਹੀਂ ਹੋਣ ਦਿੱਤਾ। ਅੱਜ ਤਾਂ ਆਪਾਂ ਮਰਜ਼ਾਦਾ ਦੇ ਨਾਂ ਦੇ ਉੱਤੇ ਇੱਕ ਦੂਜੇ ਦਾ ਸਿਰ ਪਾੜ ਦਿੰਦੇ, ਫਲਾਣੇ ਨੇ ਮੂਲ ਮੰਤਰ ਕਿੱਥੇ ਤੱਕ ਪੜਿਆ ਜੀ, ਇੱਥੇ ਤੱਕ ਕਿਉਂ ਨਹੀਂ ਪੜਿਆ, ਉੱਥੇ ਤੱਕ ਕਿਉਂ ਨਹੀਂ ਪੜਿਆ। ਯਾਦ ਰੱਖਿਓ, ਜਿਹੜੇ ਪੜ੍ਹਦੇ ਨੇ ਉਹ ਲੜਦੇ ਨਹੀਂ, ਜਿਹੜੇ ਲੜਦੇ ਨੇ ਉਹ ਪੜ੍ਹਦੇ ਨਹੀਂ, ਜਿਹੜੇ ਲੜਦੇ ਨੇ ਉਹ ਪੜ੍ਹਦੇ ਹੀ ਨਹੀਂ। ਸਤ ਸੰਗਤ, ਵਾਹਿਗੁਰੂ ਕਿਰਪਾ ਕਰੇ ਅਸੀਂ ਏਕੇ ਦੀ ਡੋਰ ਵਿੱਚ ਵੱਜ ਜਾਈਏ। ਸੰਤ ਬਾਬਾ ਜਰਨੈਲ ਸਿੰਘ ਜੀ ਦੇ ਕੋਲ ਰਹਿ ਕੇ ਸੂਰਮਾ ਚੜ੍ਹਦੀ ਕਲਾ ਦੇ ਨਾਲ ਬਾਣੀ ਦੇ ਨਾਲ ਹੋਰ ਜੁੜਿਆ, ਅਤੇ ਸੰਤਾਂ ਨੇ ਇਹਦਾ ਇੱਕ ਨਾਮ ਰੱਖਿਆ ਬੱਬੂ। ਇਹਦਾ ਨਾਮ ਬਹੁਤ ਹੈ, ਕੋਈ ਇਹਨੂੰ ਗੁੱਡੂ ਕਹਿੰਦਾ, ਕੋਈ ਗੋਰਾ ਕਹਿੰਦਾ, ਕੋਈ ਸੋਢੀ ਕਹਿੰਦਾ, ਕੋਈ ਇਹਨੂੰ ਪਾਇਲਟ ਕਹਿੰਦਾ। ਪਾਇਲਟ ਨਾਂ ਵੀ ਬੜਾ ਅਜੀਬੋ ਗਰੀਬ ਤਰੀਕੇ ਨਾਲ ਪਿਆ ਸੀ। ਸ਼ਾਮ 84 ਪਿੰਡ ਪੈਂਦਾ ਜਲੰਧਰ ਜ਼ਿਲ੍ਹੇ ਦੇ ਵਿੱਚ, ਦੁਆਬੇ ਦੀ ਧਰਤੀ 'ਤੇ, ਆਦਮਪੁਰ ਦੇ ਲਾਗੇ। ਸ਼ਾਮ 84 ਇੱਕ ਵਾਰ ਇਹਨਾਂ ਨੂੰ ਘੇਰਾ ਪੈ ਗਿਆ, ਭਾਈ ਮਲਾਗਰ ਸਿੰਘ ਅਤੇ ਭਾਈ ਸੁਰਿੰਦਰ ਸਿੰਘ ਸੋਢੀ ਦੋਨੋਂ ਸੂਰਮੇ, ਪੁਲਿਸ ਦਾ ਘੇਰਾ ਪੈ ਗਿਆ, ਆਰਮੀ ਦਾ ਘੇਰਾ ਪੈ ਗਿਆ, ਬੜੀ CRP ਲੱਗੀ, ਕਿਸੇ ਸੂਹੀਏ ਦਾ ਬੇੜਾ ਬੈਠ ਗਿਆ ਸੀ। ਭਾਈ ਮਲਾਗਰ ਸਿੰਘ ਤਾਂ ਮੌਕਾ ਤਾੜ ਕੇ ਨਿਕਲ ਗਿਆ, ਪਰ ਸੋਢੀ ਘਿਰ ਗਿਆ। ਸੋਢੀ ਬਹੁਤ ਤੰਗ ਘੇਰੇ ਵਿੱਚ ਆ ਗਿਆ ਅਤੇ ਉਹਦੇ ਕੋਲ ਇੱਕ ਰਿਵਾਲਵਰ ਸੀ, ਇੱਕੋ ਹੀ ਰੌਂਦ ਸੀ, ਉਹਦੇ ਵਿੱਚ ਇੱਕੋ ਹੀ ਗੋਲੀ ਚਲਾ ਸਕਦਾ ਸੀ। ਅਤੇ ਕਰਨੀ ਕਰਤਾਰ ਦੀ ਇੱਕ ਰੌਂਦ ਵੀ ਚੈਂਬਰ ਵਿੱਚ ਫਸ ਗਿਆ ਅਤੇ ਸੋਢੀ ਸਭ ਬੜੇ ਕਸੂਤੇ ਫਸੇ। ਇਹ ਕੋਠੇ 'ਤੇ ਚੜ੍ਹ ਕੇ ਆਲਾ ਦੁਆਲਾ ਵੇਖਿਆ ਵੀ ਕਿੱਥੇ ਕਿੱਥੇ ਘੇਰਾ ਪਿਆ। ਪੁਲਿਸ ਤਾਂ ਬਹੁਤ ਲਾਗੇ ਖਲੋਤੀ ਸੀ, ਆਰਮੀ ਬਹੁਤ ਲਾਗੇ ਖਲੋਤੀ ਸੀ, ਘੇਰਾ ਪਿਆ ਸੀ। ਕੋਠੇ ਤੋਂ ਇੱਕ ਮੇਖ ਲੱਭੀ ਅਤੇ ਐਕਟ ਦੇ ਨਾਲ ਮੇਖ ਦੀ ਸਹਾਇਤਾ ਨਾਲ ਉਹ ਰੌਂਦ ਚੈਂਬਰ ਵਿੱਚੋਂ ਕੱਢਿਆ, ਆਪ ਹੀ ਗੋਲੀ ਚਲਾਤੀ, ਗੋਲੀ ਚਲਾ ਕੇ ਕੋਠੇ ਤੋਂ ਛਾਲ ਮਾਰੀ। ਉੱਥੇ ਭਰੀ ਲੱਗੀ ਹੋਈ ਸੀ, ਮੱਕੀ ਦੇ ਕੁੰਨੂ ਲੱਗੇ ਹੋਏ ਸਨ, ਉਹ ਮੱਕੀ ਦੇ ਕੁੰਨੂ ਲੱਗੇ, ਉੱਥੇ ਛਾਲ ਮਾਰ ਕੇ ਆਇਆ ਅਤੇ ਘਭਈਆ ਰੇੜਾ ਲੈ ਕੇ ਪੱਠੇ ਵੱਢਣ ਜਾ ਰਿਹਾ। ਸੋਢੀ ਨੇ ਰੌਲਾ ਪਾਤਾ, ਉਹ ਗੋਲੀ ਚਲ ਗਈ ਲੋਕੋ, ਗੋਲੀ ਚਲ ਗਈ, ਗੋਲੀ ਚਲ ਗਈ। ਰੌਲਾ ਪਾਉਂਦਾ ਪਾਉਂਦਾ ਜਾ ਕੇ ਗੱਡੇ ਦੇ ਉੱਤੇ ਬਹਿ ਗਿਆ, ਭਈਏ ਦੇ ਕੋਲੋਂ ਪ੍ਰੈਣ ਫੜ ਕੇ ਕਹਿੰਦਾ, ਭਈਆ ਚੁੱਪ ਕਰਕੇ ਬੈਠਾ ਰਿਹਾ, ਕੁਛ ਕੀ ਨਾ। ਅਤੇ ਉਹ ਜਿਹੜਾ ਬੈਠਕਾ ਸੀ ਉਹਦੀਆਂ ਬਾਗਾਂ ਫੜ ਲਈਆਂ, ਪੁਲਿਸ ਦੇ ਘੇਰੇ ਦੇ ਵਿੱਚੋਂ ਨਿਕਲ ਗਿਆ। ਪੁਲਿਸ ਵਾਲੇ ਨੂੰ ਕਹੀ ਜਾਵੇ, ਉਹ ਗੋਲੀ ਚਲ ਗਈ, ਗੋਲੀ ਚਲ ਗਈ। ਉਸ ਦਿਨ ਤੋਂ ਨਾਮ ਪਾਇਲਟ ਪੈ ਗਿਆ ਸੀ, ਵੀ ਗੱਡੇ ਨੂੰ ਜਹਾਜ਼ ਬਣਾ ਕੇ ਨਿਕਲ ਗਿਆ, ਗੱਡੇ ਦਾ ਜਹਾਜ਼ ਬਣਾ ਕੇ ਨਿਕਲ ਗਿਆ ਸੀ, ਉਦਣ ਤੋਂ ਪਾਇਲਟ ਵੀ ਨਾਮ ਪਿਆ। ਅੱਜ ਸੁਰਿੰਦਰ ਸਿੰਘ ਸੋਢੀ ਬੁੱਲੋਵਾਲ ਦੇ ਅੱਡੇ ਵਿੱਚ ਟਕਸਾਲੀ ਬਾਣਾ ਪਾ ਕੇ, ਗੋਲ ਦਸਤਾਰ ਸਜਾ ਕੇ, ਨੀਲਾ ਬਾਣਾ ਪਹਿਨ ਕੇ, ਸਤ ਸੰਗਤ ਮੱਥੇ ਦੇ ਉੱਤੇ ਨਾਮ ਦਾ ਪ੍ਰਤਾਪ, ਬੰਦਗੀ ਦਾ ਸਿਮਰਨ ਦਾ ਪ੍ਰਤਾਪ, ਬੁੱਲ ਹਿਲਦੇ ਪਏ ਆ, ਤੇਜ਼ ਅੱਖਾਂ, ਚੌੜਾ ਮੱਥਾ, ਚੌੜੀ ਛਾਤੀ, 6.5 ਫੁੱਟ ਦਾ ਉੱਚਾ ਨੌਜਵਾਨ ਗੱਭਰੂ, ਮਸ ਕਰਦੀ ਪਈ ਆ, ਮੁੱਛ ਫੁੱਟਦੀ ਪਈ ਆ।
ਤੇ ਉੱਥੇ ਦੇਹਧਾਰੀ ਗੁਰੂਆਂ ਦੇ ਚੇਲੇ ਬੈਠੇ ਆ, ਉਹ ਕੌਣ ਸੀ ਮੈਂ ਕਵਿਤਾ ਤੋਂ ਬਾਅਦ ਦੱਸੂੰਗਾ। ਇਹਨਾਂ ਕੁ ਇਸ਼ਾਰਾ ਕਰਦਿਆਂ ਕਿ ਨਰਕ ਧਾਰੀਏ ਸਨ, ਉਹ ਨਰਕ ਧਾਰੀਏ 13-14 ਜਾਣੇ। ਉਹਨਾਂ ਨੇ ਵੇਖਿਆ ਵੀ ਸਿੰਘ ਇਕੱਲਾ ਵਿਹਲਾ ਹੀ ਖੜਾ, ਮੂੰਗਫਲੀ ਚੱਬ ਰਿਹਾ ਸੀ, ਜਨਵਰੀ ਮਹੀਨਾ, ਠੰਡ ਬੜੀ ਜ਼ਿਆਦੀ ਆ, ਚਾਰੇ ਪਾਸੇ ਕੋਰਾ ਪਿਆ ਹੋਇਆ। ਤੇ ਉਹ ਨਰਕ ਧਾਰੀਏ ਲਾਲੇ ਧੂਣੀ ਸੇਕ ਰਹੇ, ਅੱਗ ਲਾ ਕੇ ਚੌਂਕ ਦੇ ਵਿੱਚ ਧੂਣੀ ਸੇਕ ਰਹੇ ਆ। ਸੋਢੀ ਸਾਹਿਬ ਆਪਣੇ ਤਾਏ ਦੇ ਪੁੱਤਰਾਂ ਦੀਆਂ ਦੁਕਾਨਾਂ ਦੇ ਲਾਗੇ ਮੂੰਗਫਲੀ ਚੱਬਣ ਲੱਗ ਪਿਆ ਤੇ ਉਹਨਾਂ ਲਾਲਿਆਂ ਦੇ ਕੋਲ ਵੀ ਨਹੀਂ ਗਿਆ। ਉਹ ਲਾਲੇ ਲੋਕ ਆ, ਨਾ ਜਾਣਾ ਕੀ ਭਾਣਾ ਵਾਪਰਿਆ, ਉਹਨਾਂ ਦੇ ਸਿਰ 'ਚ ਖਾਜ ਹੋਣ ਲੱਗ ਪਈ ਤੇ ਚਲੋ ਸਿੰਘ ਵਿਹਲਾ ਖਲੋਤਾ, ਇਹਦੇ ਕੋਲੋਂ ਛਿੱਤਰ ਖਾ ਲੈਂਦੇ। ਜੁੱਤੀਆਂ ਖਾਣ ਨੂੰ ਦਿਲ ਕਰ ਆਇਆ ਉਹ ਨਰਕਧਾਰੀਆਂ ਦਾ, ਨਰਕਧਾਰੀਆਂ ਦਾ ਛਿੱਤਰ ਖਾਣ ਨੂੰ ਦਿਲ ਕੀਤਾ। ਇੱਕ ਬੋਲਿਆ, ਕਹਿੰਦਾ ਵੇਖ ਓਏ ਮੁੰਡੇ ਨੇ ਘੱਗਰੀ ਕਿੰਨੀ ਸੋਹਣੀ ਪਾਈ ਆ, ਸਿੱਖੀ ਦੇ ਪਵਿੱਤਰ ਬਾਣੇ ਦਾ ਮਜ਼ਾਕ ਉਡਾਉਂਦੇ ਆ, ਛਿੱਤਰ ਖਾਣ ਨੂੰ ਦਿਲ ਕਰਦਾ ਉਹਨਾਂ ਦਾ। ਕਹਿੰਦਾ ਵੇਖੋ ਮੁੰਡੇ ਨੇ ਘੱਗਰੀ ਕਿੰਨੀ ਸੋਹਣੀ ਪਾਈ ਆ, ਦੂਜਾ ਕਹਿੰਦਾ ਫਰਾਕ ਪਾਈ ਆ, ਤੀਜਾ ਕਹਿੰਦਾ ਖੁਰਕ ਜੀ ਕਰਦਾ, ਚੌਥਾ ਬੋਲਿਆ ਕਹਿਣ ਲੱਗਾ ਇਹ ਕਿਹੜਾ ਨਹਾਉਂਦੇ ਹੁੰਦੇ ਆ। ਸੋਢੀ ਸਾਹਿਬ ਸੋਚਣ ਬਈ ਯਾਰ, ਨਾ ਚੰਗਾ ਕਿਹਾ ਨਾ ਮਾੜਾ ਕਿਹਾ, ਨਾ ਇਹਨਾਂ ਨੂੰ ਮੈਂ ਬੁਲਾਇਆ, ਨਾ ਕੋਈ ਇਹਨਾਂ ਨੂੰ ਸ਼ਬਦ ਕਿਹਾ, ਮੈਂ ਆਪਣੀ ਥਾਂ ਤੇ ਖਲੋਤਾ, ਇਹ ਅੱਗ ਸਿੱਕਦੇ ਨੇ, ਇਹਨਾਂ ਦਾ ਕਿਉਂ ਜੁੱਤੀਆਂ ਖਾਣ ਨੂੰ ਦਿਲ ਕਰਦਾ। ਪਰ ਨਹੀਂ ਟਲੇ, ਬਹੁਤ ਬਕਵਾਸ ਕੀਤਾ ਉਹਨਾਂ ਨੇ। ਕਈ ਬੰਦਿਆਂ ਨੂੰ ਬਿਮਾਰੀ ਹੁੰਦੀ ਆ ਸਤਸੰਗਤ, ਬਿਨਾਂ ਬੁਲਾਇਆ ਹੀ ਪੰਗਾ ਲੈ ਕੇ ਛਤਰ ਖਾਣ ਦਾ ਮਾਹੌਲ ਬਣਾ ਲੈਂਦੇ। ਉਹ ਨਰਕਧਾਰੀਆਂ ਨੇ ਇਹੋ ਕੁਝ ਕੀਤਾ। ਤੇ ਨਰਕਧਾਰੀਏ ਜਦੋਂ ਨਹੀਂ ਹਟੇ ਨਹੀਂ ਹਟੇ ਤਾਂ ਸੋਢੀ ਸਾਹਿਬ ਕੀ ਵੇਖਦੇ ਆ, ਇੱਕ ਬੰਦਾ ਘਰ ਦੇ ਸੌਦੇ ਲੈ ਕੇ ਤੜਕੇ ਤੜਕੇ ਮੋਰਚਾ ਮਾਰ ਕੇ ਘਰ ਨੂੰ ਚੱਲਿਆ। ਉਹਨੇ ਇੱਕ ਨਵੀਂ ਤੰਗਲੀ ਖਰੀਦੀ ਆ, ਨਵੀਂ ਤੰਗਲੀ ਮੋਢੇ 'ਤੇ ਰੱਖੀ ਆ। ਸੋਢੀ ਸਾਹਿਬ ਭੱਜ ਕੇ ਅੱਗੇ ਹੋ ਗਏ, ਕਹਿਣ ਲੱਗੇ ਸਰਦਾਰਾ ਤੰਗਲੀ ਬੜੀ ਸੋਹਣੀ ਆ। ਉਹ ਕਹਿੰਦਾ ਹਾਂ ਬੜੀ ਮਹਿੰਗੀ ਆਈ ਆ, ਲਾਲੇ ਨੇ 2 ਸਾਲ ਦੀ ਗਰੰਟੀ ਦਿੱਤੀ ਆ, ਇਹਦੀਆਂ ਸੁੱਤਾਂ ਬੜੀਆਂ ਪੱਕੀਆਂ। ਉਹ ਕਹਿੰਦਾ ਕਿੰਨੇ ਦੀ ਆਈ ਆ? ਕਹਿਣ ਲੱਗਾ 12 ਰੁਪਈਆਂ ਦੀ ਆਈ ਆ। 1981 ਦੀ ਗੱਲ ਹੈ ਸਤਸੰਗਤ, 1981 ਦੀ ਗੱਲ ਹੈ। ਕਹਿੰਦੇ 12 ਰੁਪਈਆਂ ਦੀ ਆਈ ਹੈ, ਕਹਿੰਦਾ ਬੜੀ ਮਹਿੰਗੀ ਹੈ। ਤੇ ਉਹ ਜ਼ਿਮੀਦਾਰ ਕਹਿੰਦਾ ਲਾਲੇ ਨੇ 2 ਸਾਲ ਦੀ ਗਰੰਟੀ ਦਿੱਤੀ ਆ। ਤੇ ਸੋਢੀ ਸਾਹਿਬ ਤੰਗਲੀ ਫੜ ਕੇ ਕਹਿੰਦੇ ਛੋਲਿਆਂ ਦੀ ਖਲ ਲਾ ਦੂ? ਉਹ ਕਹਿੰਦਾ ਹਾਂ ਲਾ ਦੂ। ਕਹਿੰਦਾ ਹੁਣੇ ਵੇਖ ਲੈਂਦੇ ਆ। ਫਿਰ ਸੋਢੀ ਸਾਹਿਬ ਨੇ ਤਕੜਾ ਗਤਕਈ ਗਤਕਾ ਖੇਡਣਾ ਸਿੱਖਿਆ ਹੋਇਆ, ਸੋਢੀ ਸਾਹਿਬ ਨੇ ਛੱਡਿਆ ਜਕਾਰਾ, ਕਹਿਣ ਲੱਗੋ ਬਕਵਾਸ ਕਰੋ ਬੰਦ, ਮੈਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਖਲੋਤਾ, ਗੁਰੂ ਕੇ ਸਿੱਖ ਦੇ ਡੌਲੇ ਫੜ ਕੇ ਰੋਜ਼ ਜਾਗਿਆ, ਅਣਖ ਟੁੱਟੀ ਗਈ ਆ। ਆਪਣੇ ਹੱਥ ਵਿੱਚ ਫੜ ਕੇ ਤੰਗਲੀ, ਜੋਧੇ ਨੇ ਬੰਗਾਰ ਕੇ ਲਲਕਾਰ ਕੇ ਆ ਬੁੱਲੋ ਬਲ ਦੇ ਅੱਡੇ ਨੂੰ ਰਣ ਤੱਤਾ ਬਣਾ ਦਿੱਤਾ। ਤੰਗਲੀ ਦੇ ਨਾਲ 13-14 ਨਰਕ ਧਾਰੀਆਂ ਦੀ ਗਿੱਦੜ ਕੁੱਟ ਕੱਲੇ ਸੂਰਮੇ ਨੇ ਹੇ ਇਉਂ ਕਰ ਦਿੱਤੀ।
ਦੀ ਕਰ ਦਿਸਦਾਈ
ਹੋਵੇ ਜੇ ਵਸਾਈ, ਪਾਣੀ ਮਨ ਵਿੱਚ ਹੋਵੇ ਜੇ ਵਸਾਈ। ਬਥੇਰਾ ਸਵਾ ਲੱਖ ਲਈ ਪਰ ਬਾਣੀ ਮਨ ਵਿੱਚ ਹੋਵੇ ਜੇ ਵਸਾਈ। ਯਾਦ ਰੱਖਣਾ, ਪ੍ਰਤਾਪ ਸਿਮਰਨ ਸਭ ਤੋਂ ਵੱਡੀ ਤਾਕਤ, ਸਭ ਤੋਂ ਵੱਡੀ ਸ਼ਕਤੀ ਤਾਂ ਗੁਰਬਾਣੀ ਦੀ ਹੈ। ਇਹ ਗੁਰਬਾਣੀ ਦੇ ਨਾਲ ਜਿੰਨੀ ਦੇਰ ਆਪਾਂ ਜੁੜਦੇ ਨਹੀਂ ਨਾ, ਉਨੀ ਦੇਰ ਜ਼ਿੰਦਗੀ ਦਾ ਆਨੰਦ ਹੀ ਨਹੀਂ ਆਉਂਦਾ। ਸਿੰਘ ਇਕੱਲਾ ਹੀ ਬਥੇਰਾ ਸਵਾ ਲੱਖ ਲਈ। ਜਿਹੜਾ ਬੰਦਾ ਬਾਣੀ ਤੋਂ ਟੁੱਟਿਆ ਹੋਇਆ ਨਾ, ਉਹ ਬੰਦਾ ਸੂਰਮਾ ਨਹੀਂ ਅਖਵਾ ਸਕਦਾ। ਬਹੁਤ ਦੁਨੀਆਂ ਲੜਦੀ ਆ, ਬਹੁਤ ਦੁਨੀਆਂ ਮਰਦੀ ਹੈ। ਕੋਈ ਪੈਸੇ ਦੀ ਖਾਤਰ ਲੜਦਾ, ਕੋਈ ਜ਼ਮੀਨ ਦੀ ਖਾਤਰ ਲੜਦਾ, ਕੋਈ ਔਰਤ ਦੀ ਖਾਤਰ ਲੜਦਾ, ਕੋਈ ਔਰਤ ਮਰਦ ਦੀ ਖਾਤਰ ਲੜਦੀ ਹੈ। ਸੱਚ ਜਾਣੇ ਉਹ ਧਰਮ ਦੀ ਖਾਤਰ ਉਹੀ ਲੜਦਾ, ਧਰਮ ਦੀ ਖਾਤਰ ਉਹੀ ਮਰਦਾ ਜਿਹਦੇ ਅੰਦਰ ਧਰਮ ਹੈ। ਜਿਹਦੇ ਅੰਦਰ ਧਰਮ ਨਹੀਂ, ਉਹ ਨਾ ਧਰਮ ਲਈ ਲੜ ਸਕਦਾ, ਨਾ ਧਰਮ ਲਈ ਉਹ ਮਰ ਸਕਦਾ। ਸਤ ਸੰਗਤ, ਧਰਮ ਦੇ ਜਜ਼ਬੇ ਵਾਸਤੇ ਆਪਣੇ ਸਾਰਿਆਂ ਦੇ ਮਨ ਅੰਦਰ ਚਾਓ ਉਦੋਂ ਪੈਦਾ ਹੁੰਦਾ ਕਿ ਅਸੀਂ ਧਰਮ ਵਾਸਤੇ ਲੜਾਂਗੇ, ਧਰਮ ਵਾਸਤੇ ਕੁਛ ਕਰਾਂਗੇ, ਧਰਮ ਵਾਸਤੇ ਮਰਾਂਗੇ। ਜਦੋਂ ਬੰਦਾ ਸਿਮਰਨ ਦੇ ਨਾਲ ਜੁੜਦਾ, ਇੱਕ ਅਵਸਥਾ ਹੁੰਦੀ ਹੈ, ਜਿਸ ਅਵਸਥਾ ਦੇ ਵਿੱਚ ਬਾਬਾ ਪੈਰੋ ਸ਼ਾਹ ਜੀ, ਬਾਬਾ ਚੈਨਾ ਮੱਲ ਜੀ, ਜਿਹਨਾਂ ਨੂੰ ਆਪਾਂ ਬਾਬਾ ਸੱਜਣ ਸਰ ਜੀ ਕਹਿੰਦੇ ਹਾਂ, ਇਸ ਅਵਸਥਾ ਦੇ ਉੱਤੇ ਇਹ ਵੀ ਪਹੁੰਚੇ ਹੋਏ ਸਨ। ਸਰੀਰ ਇੱਕ ਪੌੜੀ ਹੈ, ਪੌੜੀ ਦੀ ਲੋੜ ਬੰਦੇ ਨੂੰ ਉਦੋਂ ਹੁੰਦੀ ਜਦੋਂ ਕੋਠੇ 'ਤੇ ਚੜ੍ਹਨਾ ਹੁੰਦਾ, ਇਮਾਰਤ 'ਤੇ ਉੱਪਰ ਜਾਣਾ। ਅਤੇ ਉੱਪਰ ਗਏ ਬੰਦੇ ਨੂੰ ਪੌੜੀ ਦੀ ਲੋੜ ਉਦੋਂ ਹੈ ਜੇ ਉਹਨੇ ਹੇਠਾਂ ਉਤਰਨਾ। ਜੇ ਹੇਠਾਂ ਉਤਰਨਾ ਹੀ ਨਹੀਂ, ਫਿਰ ਕਹਿੰਦਾ ਪੌੜੀ ਚੁੱਕ ਲਓ, ਹੁਣ ਮੈਨੂੰ ਪੌੜੀ ਦੀ ਲੋੜ ਹੀ ਨਹੀਂ। ਅੱਬ ਤੋਂ ਜਾਏ ਚੜ੍ਹੇ ਪਿਆਲੇ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੇ ਪਛਾਣੀ। ਜਦੋਂ ਅਵਸਥਾ ਇੰਨੀ ਉੱਚੀ ਚਲੇ ਜਾਵੇ ਨਾ, ਫਿਰ ਉਹ ਕਹਿੰਦਾ ਹੁਣ ਭਾਵੇਂ ਸਰੀਰ ਦਾ ਕੁਤਰਾ ਕੁਤਰਾ ਕਰ ਦਿਓ, ਹੁਣ ਭਾਵੇਂ ਸਰੀਰ ਦਾ ਬੰਦ ਬੰਦ ਕੱਢ ਦਿਓ, ਹੁਣ ਭਾਵੇਂ ਆਰੇ ਦੇ ਨਾਲ ਚੀਰ ਦਿਓ, ਹੁਣ ਪ੍ਰਵਾਹ ਨਹੀਂ ਹੈ, ਹੁਣ ਇਸ ਪੌੜੀ ਦੀ ਲੋੜ ਹੀ ਕੋਈ ਨਹੀਂ ਹੈ। ਜਦੋਂ ਇਸ ਅਵਸਥਾ 'ਤੇ ਬੰਦਾ ਚਲਿਆ ਜਾਂਦਾ। ਮੈਂ ਆਪਣੀ ਗੱਲ ਹੋਰ ਪਾਸੇ ਨਾਲ ਲੈ ਜਾਵਾਂ। ਸਿਮਰਨ ਦੀ ਤਾਕਤ ਕੀ ਹੈ, ਜੇ ਕਿਤੇ ਜਾਣਨਾ ਹੋਵੇ ਤਾਂ ਮੈਂ ਛੋਟੀ ਜਿਹੀ ਕਿਤਾਬ ਦਾ ਨਾਮ ਲੈਣ ਲੱਗਾ। ਵੈਸੇ ਤਾਂ ਦੁੱਖ ਦੀ ਗੱਲ ਹੈ ਕਿ ਸਾਡੇ ਸਿੱਖਾਂ ਨੇ ਪੜ੍ਹਨਾ ਬੰਦ ਕਰ ਦਿੱਤਾ, ਸਾਡੇ ਸਿੱਖ ਕਿਤਾਬਾਂ ਨਹੀਂ ਪੜ੍ਹਦੇ। ਸਿੱਖਾਂ ਦੀਆਂ ਗੱਲਾਂ ਛੱਡੋ, ਪ੍ਰਚਾਰਕ ਨਹੀਂ ਪੜ੍ਹਦੇ। ਸਾਡੇ ਪ੍ਰਚਾਰਕ ਵੀ ਯੂਟਿਊਬ ਤੋਂ ਸੁਣ ਸੁਣ ਕੇ ਚਾਰ ਗੱਲਾਂ ਮੇਰੀਆਂ ਸੁਣ ਲਈਆਂ, ਚਾਰ ਗੱਲਾਂ ਭਾਗੋ ਵਾਲੀਆ ਸਾਹਿਬ ਦੀਆਂ ਸੁਣ ਲਈਆਂ, ਚਾਰ ਗੱਲਾਂ ਗੁਰਪ੍ਰਤਾਪ ਦੀਆਂ ਸੁਣ ਲਈਆਂ, ਚਾਰ ਗੱਲਾਂ ਭਾਈ ਸਤਨਾਮ ਸਿੰਘ ਲਾਲੂ ਘੁੰਮਣ ਦੀਆਂ ਸੁਣ ਲਈਆਂ। ਚਲੋ ਜੀ, ਲੈਕਚਰ ਤਿਆਰ ਹੋ ਗਿਆ। ਅੱਜ ਸੁਣਨ ਦੇ ਉੱਤੇ ਜ਼ਿਆਦਾ ਲੱਕ ਬੰਨ ਲਿਆ ਪ੍ਰਚਾਰਕਾਂ ਨੇ। ਅਸਲ ਮਹੀਨੇ ਵਿੱਚ ਪੜ੍ਹਨਾ ਚਾਹੀਦਾ। ਪੜ੍ਹਾਈ ਜਿਹੜੀ ਆ ਬੰਦੇ ਦੀ ਬੇਸ਼ਕ ਲੋੜ ਹੈ,
ਜਿਹੜਾ ਇਨਸਾਨ ਪੜ੍ਹਾਈ ਦੇ ਨਾਲ ਜੁੜਦਾ, ਵਿੱਦਿਆ ਇੱਕ ਸ਼ੇਰਨੀ ਦਾ ਦੁੱਧ ਹੁੰਦਾ ਜਿਹੜਾ ਪੀ ਲੈਂਦਾ ਉਹ ਦਹਾੜਦਾ ਹੀ ਦਹਾੜਦਾ, ਉਹਨੂੰ ਚੁੱਪ ਕਰਾਉਣਾ ਬੜਾ ਔਖਾ ਹੋ ਜਾਂਦਾ। ਮੈਂ ਛੋਟੀ ਜਿਹੀ ਕਿਤਾਬ ਦਾ ਨਾਮ ਲੈਣ ਲੱਗਾ, ਭਾਈ ਰਘਵੀਰ ਸਿੰਘ ਬੀਰ ਦੀ ਲਿਖੀ ਕਿਤਾਬ ਹੈ, ਕਿਤਾਬ ਦਾ ਨਾਮ ਹੈ ਬੰਦਗੀ ਨਾਮਾ। ਕਿਤੇ ਪੜ੍ਹਿਓ ਪਤਾ ਲੱਗੇਗਾ ਕਿ ਬੰਦਗੀ ਵਿੱਚ ਕੀ ਪ੍ਰਤਾਪ ਹੁੰਦਾ ਹੈ। ਇੱਕ ਪ੍ਰੋਫੈਸਰ ਸਾਹਿਬ ਸਿੰਘ ਦੀ ਕਿਤਾਬ ਹੈ, 30 ਰੁਪਈਆਂ ਦੀ ਆਉਂਦੀ ਹੈ, ਕਿਤਾਬ ਦਾ ਨਾਮ ਹੈ ਸਿਮਰਨ ਦੀਆਂ ਬਰਕਤਾਂ। ਕਿਤੇ ਪੜ੍ਹੋਗੇ ਤੇ ਪਤਾ ਚੱਲੇਗਾ ਬੰਦਾ ਭੁੱਲ ਕੇ ਵੀ ਨਿਤਨੇਮ ਦੇ ਵਿੱਚ ਝੋਲ ਨਹੀਂ ਪੈਣ ਦਏਗਾ। ਜਦੋਂ ਵਕਤ ਆਏਗਾ ਆਪਣੇ ਆਪ ਉਹ ਜਪਜੀ ਸਾਹਿਬ ਉਹਦਾ ਸ਼ੁਰੂ ਹੋ ਜਾਏਗਾ, ਜਦੋਂ ਟਾਈਮ ਆਏਗਾ ਆਪਣੇ ਆਪ ਉਹ ਰਹਿਰਾ ਸਾਹਿਬ ਦੀ ਬਾਣੀ ਉਹ ਸ਼ੁਰੂ ਕਰ ਲਏਗਾ, ਉਹਨੂੰ ਪਤਾ ਲੱਗ ਜਾਂਦਾ ਨਿਤਨੇਮ ਦੇ ਪੈਰ 'ਚ ਝੋਲ ਪੈ ਜਾਵੇ ਤਾਂ ਨੁਕਸਾਨ ਕਿੰਨਾ ਕੁ ਹੁੰਦਾ ਹੈ। ਅੱਜ ਆਪਾਂ ਪੈਸਿਆਂ ਵਾਲੇ, ਜ਼ਮੀਨਾਂ ਵਾਲੇ, ਨੌਕਰੀਆਂ ਵਾਲੇ, ਵਿਦੇਸ਼ਾਂ ਵਾਲੇ, ਬੜਾ ਕੁਝ ਵਾਲੇ ਬਣ ਗਏ। ਮਾਫ਼ੀ ਮੰਗ ਕੇ ਕਹਿੰਦਾ ਸੱਜਣੋ, ਜੇ ਨਿਤਨੇਮ ਵਾਲੇ ਨਹੀਂ ਬਣੇ ਤਾਂ ਫਿਰ ਕਾਸੇ ਵਾਲੇ ਵੀ ਨਹੀਂ ਬਣੇ, ਜੇ ਨਿਤਨੇਮ ਵਾਲੇ ਨਹੀਂ ਬਣੇ ਤਾਂ ਫਿਰ ਕਾਸੇ ਵਾਲੇ ਵੀ ਨਹੀਂ ਬਣੇ। ਸੁਰਿੰਦਰ ਸਿੰਘ ਸੋਢੀ ਨੇ 13 ਨਰਕਧਾਰੀਆਂ ਦੀ ਉਹ ਗਿੱਦੜ ਕੁੱਟ ਕੀਤੀ, ਉਹ ਗਿੱਦੜ ਕੁੱਟ ਕੀਤੀ, ਜਿੱਧਰ ਤੰਗਲੀ ਵਰਦੀ ਇੱਕੋ ਆਵਾਜ਼ ਆਉਂਦੀ, ਹਾਏ ਮਰ ਗਿਆ, ਹਾਏ ਮਰ ਗਿਆ, ਹਾਏ ਮਰ ਗਿਆ, ਹਾਏ ਮਰ ਗਿਆ, ਹਾਏ ਮਰ ਗਿਆ ਦੀਆਂ ਆਉਣ ਆਵਾਜ਼ਾਂ। ਕਿਸੇ ਦਾ ਗੋਡਾ ਟੁੱਟਾ, ਕਿਸੇ ਦਾ ਮੋਢਾ ਟੁੱਟਾ, ਕਿਸੇ ਦਾ ਮੱਥਾ ਪਾਟਾ, ਕਿਸੇ ਦੀ ਬੱਖੀ ਪਾਟੀ। 13-14 ਨਰਕਧਾਰੀਆਂ ਦੀ ਗਿੱਦੜ ਕੁੱਟ ਕਰਕੇ ਸੂਰਮਾ ਅੱਗੇ ਚਲਿਆ ਗਿਆ। ਇਹ ਨਰਕਧਾਰੀਆ ਕੌਣ ਹੈ, ਮੈਂ ਥੋੜ੍ਹੀ ਜਿਹੀ ਗੱਲ ਇੱਥੇ ਖੋਲ੍ਹਣੀ ਚਾਹੁੰਦਾ। ਪਾਕਿਸਤਾਨ ਦੇ ਵਿੱਚ ਇਹ ਮੱਲ ਪਰਿਵਾਰ ਜਿੰਨੇ ਹੈ, ਇਹ ਧੋਥੜ ਪਰਿਵਾਰ, ਇਹ ਵੀ ਤੁਸੀਂ ਪਾਕਿਸਤਾਨ ਵਿੱਚੋਂ ਆਏ ਹੋ, ਧੁੰਨੀ ਪਿੰਡ ਅਤੇ ਮੱਦਰ ਪਿੰਡ, ਦੋ ਪਿੰਡਾਂ ਵਿੱਚ ਤੁਹਾਡਾ ਬੜਾ ਤਕੜਾ ਪਹਿਰਾ। ਬਾਬਾ ਸੱਚਣ ਸਰ ਸਾਹਿਬ ਜੀ ਦੇ ਦੋਨੇ ਪਿੰਡ ਹੈ, ਇੱਕ ਬਾਬਾ ਜੀ ਦੇ ਸਹੁਰਿਆਂ ਦਾ ਪਿੰਡ ਹੈ, ਉਹਨਾਂ ਦਾ ਆਪਣਾ ਜੱਦੀ ਪਿੰਡ ਹੈ, ਤੁਸੀਂ ਵੀ ਜ਼ਿਆਦਾਤਰ ਰਿਫਿਊਜ਼ੀ ਬੈਠੇ ਹੋ। ਸਤ ਸੰਗਤ, ਪਾਕਿਸਤਾਨ ਦੀ ਧਰਤੀ ਦੇ ਉੱਤੇ ਇੱਕ ਆਹ ਜਿਹੜਾ ਮੈਂ ਆਪ ਜੀ ਦੀ ਸੇਵਾ ਸ਼ਬਦ ਕਹਿਣ ਲੱਗਾ ਨਾ, ਇਹਨੂੰ ਮਨ ਵਿੱਚ ਜਗ੍ਹਾ ਦੇਣੀ। ਜਦੋਂ ਬੰਦਾ ਨਾਮ ਜਪਦਾ ਤਾਂ ਉਹਦਾ ਪ੍ਰਤਾਪ ਕਿੱਡਾ ਹੁੰਦਾ। ਪਾਕਿਸਤਾਨ ਦੀ ਧਰਤੀ ਦੇ ਉੱਤੇ ਪੋਠੋਹਾਰ ਇਲਾਕਾ ਆ, ਪੋਠੋਹਾਰ ਇਲਾਕਾ, ਉੱਥੇ ਇੱਕ ਬੰਦਗੀ ਵਾਲੀ ਰੂਹ ਹੋਈ ਆ। ਬਾਬਾ ਦਿਆਲ ਜੀ ਅੰਮ੍ਰਿਤਧਾਰੀ ਨਹੀਂ ਸਨ ਉਹ, ਪਰ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਹੁਤ ਜ਼ਿਆਦਾ ਦਿਲੋਂ ਜੁੜੇ ਹੋਏ ਸਨ। ਬਾਬਾ ਦਿਆਲ ਜੀ ਉਹ ਉੱਠਦੇ ਪੈਂਦੇ, ਧੰਨ ਨਿਰੰਕਾਰ, ਧੰਨ ਨਿਰੰਕਾਰ ਇਹ ਸ਼ਬਦ ਕਹਿੰਦੇ ਹੁੰਦੇ ਸੀ। ਵੀਰੇ ਇੱਕੋ ਮੱਠੀ ਜੀ ਘੱਟ ਕਰ ਦਿਓ, ਇੱਕੋ ਥੋੜ੍ਹੀ ਜਿਹੀ ਘੱਟ ਕਰ ਦਿਓ। ਉੱਠਦੇ ਪੈਂਦੇ ਧੰਨ ਨਿਰੰਕਾਰ ਕਹਿੰਦੇ ਸਨ। ਜਿਵੇਂ ਭਾਈ ਕਾਨ ਸਿੰਘ ਨਾਭਾ ਜੀ ਨੇ ਲਿਖਿਆ ਕਿ ਬਾਬਾ ਪੈਰੋ ਸ਼ਾਹ ਹੁਣੀ ਉੱਠਦੇ ਪੈਂਦੇ, ਸੱਚ ਹੀ ਸੱਚ, ਸੱਚ ਹੀ ਸੱਚ, ਸੱਚਨ ਸੱਚ। ਗੁਰੂ ਅਮਰਦਾਸ ਮਹਾਰਾਜ ਨੂੰ ਕਹਿੰਦੇ ਸੀ ਗੁਰੂ ਅਮਰਦਾਸ ਸੱਚ ਹੀ ਸੱਚ ਹੈ। ਗੁਰੂ ਅਮਰਦਾਸ ਸਾਹਿਬ ਨੂੰ ਸੱਚਣ ਸੱਚ ਕਹਿੰਦੇ, ਕਹਿੰਦੇ ਆਪ ਹੀ ਸੱਚਣ ਸੱਚ ਬਣ ਗਏ, ਆਪ ਹੀ ਸੱਚਣ ਸੱਚ ਬਣ ਗਏ। ਹਕੀਕਤ ਹੈ ਸਤ ਸੰਗਤ, ਨਾਮ ਜਪਣ ਵਾਲਿਆਂ ਦੀਆਂ ਤਾਂ ਬਾਤਾਂ ਹੀ ਨਿਆਰੀਆਂ। ਬਾਬਾ ਦਿਆਲ ਜੀ ਉਹਨਾਂ ਨੇ ਗੁਰਮਤ ਦਾ ਪ੍ਰਚਾਰ ਬਹੁਤ ਤਕੜੇ ਹੋ ਕੇ ਕੀਤਾ, ਅਤੇ ਉਹਨਾਂ ਦੀ ਮੌਤ ਤੋਂ ਬਾਅਦ ਵਿੱਚ ਉਹਨਾਂ ਦੇ ਥਾਂ ਦੇ ਉੱਤੇ ਬਾਬਾ ਦਰਬਾਰਾ ਸਿੰਘ ਉਹਨਾਂ ਦਾ ਪੁੱਤ ਪ੍ਰਚਾਰ ਦੇ ਉੱਤੇ ਸੇਵਾਵਾਂ ਕਰਨੀਆਂ ਸ਼ੁਰੂ ਕਰਦਾ। ਉਹਦਾ ਪੁੱਤ ਬਾਬਾ ਸਾਹਿਬ ਰੱਤਾ, ਸਾਹਿਬ ਰੱਤੇ ਦਾ ਪੁੱਤਰ ਬਾਬਾ ਹਰਾ ਸਿੰਘ, ਸਾਰਿਆਂ ਨੇ ਨਿਰੰਕਾਰੀ ਲਹਿਰ ਵਿੱਚ ਗੁਰਮਤ ਦਾ ਬੜਾ ਭਾਰੀ ਪ੍ਰਚਾਰ ਕੀਤਾ। ਇਹਨਾਂ ਨੇ ਆਨੰਦਕਾਰੀ ਦੀ ਪਰੰਪਰਾ ਸਿੱਖਾਂ ਵਿੱਚ ਮਨਫੀ ਹੋ ਗਈ ਸੀ, ਇਹਨਾਂ ਨੇ ਸੁਰਜੀਤ ਕੀਤੀ। ਸਿੱਖ ਅੱਗ ਦੁਆਲੇ ਫੇਰੇ ਲੈਣ ਲੱਗ ਪਏ ਸੀ, ਸਿੱਖਾਂ ਦੇ ਅੰਦਰ ਜਾਤ ਪਾਤ ਦਾ ਕੋਟ ਬਣ ਗਿਆ ਸੀ। ਇਹਨਾਂ ਨੇ ਬੜਾ ਪ੍ਰਚਾਰ ਕੀਤਾ, ਸਿੱਖ ਸੂਤਕ ਪਾਤਕ ਮੰਨਣ ਲੱਗ ਪਏ ਸਨ। ਇਹਨਾਂ ਨੇ ਬਹੁਤ ਡਟ ਕੇ ਇਹਨਾਂ ਚੀਜ਼ਾਂ ਦੇ ਉੱਤੇ ਪਹਿਰਾ ਦਿੱਤਾ, ਨਿਰੰਕਾਰੀ ਮਤ ਵਾਲਿਆਂ ਨੇ। ਅਤੇ ਉਹਨਾਂ ਦੇ ਘਰ ਇੱਕ ਬੰਦਾ ਕੀਰਤਨ ਕਰਦਾ ਹੁੰਦਾ ਸੀ, ਬੂਟਾ ਸਿੰਘ ਉਹਦਾ ਨਾਂ ਸੀ। ਉਹ ਕੀਰਤਨ ਵੀ ਕਰਦਾ ਸੀ, ਦੁੱਖ ਨਾਲ ਕਹਿੰਦਾ ਉਹ ਸ਼ਰਾਬ ਵੀ ਪੀਂਦਾ ਸੀ। ਇੱਕ ਦਿਨ ਉਹ ਸ਼ਰਾਬ ਪੀ ਕੇ ਕੀਰਤਨ ਕਰਨ ਆ ਗਿਆ, ਬਾਬਾ ਦਰਬਾਰਾ ਸਿੰਘ ਨੇ ਉਹਨੂੰ ਆਪਣੇ ਡੇਰੇ 'ਚੋਂ ਬਾਹਰ ਕੱਢਤਾ ਵੀ ਭਾਈ ਤੂੰ ਨਹੀਂ ਕੀਰਤਨ ਕਰ ਸਕਦਾ, ਤੂੰ ਤਾਂ ਸ਼ਰਾਬ ਪੀਂਦਾ, ਬਾਣੀ ਪੜ੍ਹਦੇ ਹੈ, ਜਿੱਤ ਪੀਤਾ ਮਤ ਦੂਰ ਹੋਏ ਬਰਲ ਪਾਵੇ ਵਿੱਚ ਆਏ, 563 ਅੰਗ ਹੈ, 553 ਅੰਗ ਹੈ, ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਹੈ, ਜਿੱਤ ਪੀਤਾ ਮਤ ਦੂਰ ਹੋਏ ਬਰਲ ਪਾਵੇ ਵਿੱਚ ਆਏ,
ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ, ਜਿੱਤ ਪੀਤਾ ਖਸਮ ਬਿਸਤਰਾ, ਦਰਗਾਹ ਮਿਲਾ ਸਜਾਏ। ਬਾਬਾ ਜੀ ਕਹਿੰਦੇ ਝੂਠਾ ਮੱਧ ਮੂਲ ਨਾ ਪੀਚਈ, ਜੇਖਾ ਪਰ ਵਸਾਏ। ਅੱਜ ਸਿੱਖ ਵੈਸੇ ਸ਼ਰਾਬ ਨੂੰ ਸਿੱਖਾਂ ਨੇ ਨਸ਼ਾ ਮਿਲਣ ਤੋਂ ਨਾ ਕਰਤੀ, ਬੱਚੇ ਬੱਚੀਆਂ ਦਾ ਵਿਆਹ ਹੀ ਨਹੀਂ ਹੁੰਦਾ ਸ਼ਰਾਬਾਂ ਤੋਂ ਬਿਨਾਂ, ਸਾਡਾ 2-2 ਲੱਖ ਰੁਪਈਏ ਦੀ ਸ਼ਰਾਬ ਪਿਲਾ ਦੇਣਗੇ। ਅਤੇ ਗ੍ਰੰਥੀ ਸਿੰਘਾਂ ਨੂੰ ਪੁੱਛਣਗੇ ਬਾਬਾ ਜੀ ਸੁਖਮਣੀ ਸਾਹਿਬ ਦੇ ਪਾਠ ਦੀ ਭੇਟਾ ਕਿੰਨੀ ਹੋ ਗਈ, ਅਤੇ ਜੇ ਕਿਤੇ ਬਾਬਾ ਜੀ ਭੁੱਲ ਭੁਲੇਖੇ ਵੀ ਕਹਿ ਦੇ ਨਾ 2100 ਦੇ ਦਿਓ, ਤਾਂ ਪੂਰੇ ਪਿੰਡ ਵਿੱਚ ਗ੍ਰੰਥੀ ਸਿੰਘ ਦਾ ਜਲੂਸ ਕੱਢਿਆ ਜਾਂਦਾ ਵੀ ਬਾਬੇ ਨੇ 2000 ਮੰਗ ਲਿਆ, ਬਈ ਆਪ 2 ਲੱਖ ਦੀ ਸ਼ਰਾਬ ਪਿਲਾਉਣੀ ਉਹ ਨਹੀਂ ਦਿਸਦੀ ਆਪਾਂ ਨੂੰ। ਅੱਜ ਬੇੜਾ ਗਰਕ ਹੁੰਦਾ ਜਾ ਰਿਹਾ ਬਹੁਤੇ ਲੋਕਾਂ ਦਾ, ਗ੍ਰੰਥੀ ਸਿੰਘ ਦਾ 2000 ਚੁੱਭਦਾ ਅਤੇ 2 ਲੱਖ ਦੀ ਸ਼ਰਾਬ ਨਹੀਂ ਚੁੱਭਦੀ। ਬੂਟਾ ਸਿੰਘ ਨੂੰ ਸ਼ਰਾਬ ਪੀਂਦੇ ਨੂੰ ਕੱਢਤਾ ਡੇਰੇ 'ਚੋਂ ਅਤੇ ਇਹ ਦਿੱਲੀ ਆ ਕੇ ਬਹਿ ਗਿਆ। ਬੂਟਾ ਸਿੰਘ ਦਾ ਮੁੰਡਾ ਸੀ ਅਵਤਾਰ ਸਿੰਘ, ਇਹ ਡਬਰ ਰੋਟੀਆਂ ਬਣਾਉਣ ਵਾਲੀ ਫੈਕਟਰੀ 'ਚ ਕੰਮ ਕਰਦੇ ਸੀ। ਅਵਤਾਰ ਸਿੰਘ ਨੇ ਇੱਕ ਕਵਿਤਾ ਲਿਖੀ, ਉਹਦਾ ਨਾਂ ਰੱਖਿਆ ਉਹਨੇ ਅਵਤਾਰ ਬਾਣੀ। ਅਵਤਾਰ ਬਾਣੀ ਮੈਂ ਪੜ੍ਹੀ ਆ, ਪਿੰਗਲਵਾੜੇ ਵਾਲੀ ਸੰਸਥਾ ਭਗਤ ਪੂਰਨ ਸਿੰਘ ਜੀ ਮਹਾਂਪੁਰਖਾਂ ਦੀ ਅਸਥਾਨ ਵਾਲੇ, ਉਹ ਮੁਫ਼ਤ ਛਾਪ ਕੇ ਵੰਡਦੇ ਆ। ਕਿਤੇ ਪੜ੍ਹਿਓ, ਸ਼ਰਾਬੀਆਂ ਦੀਆਂ ਜੱਬਲੀਆਂ ਨੇ ਬਸ, ਹੋਰ ਕੁਛ ਨਹੀਂ ਹੈ, ਸ਼ਰਾਬੀਆਂ ਦੀਆਂ ਜੱਬਲੀਆਂ ਅਵਤਾਰ ਬਾਣੀ। ਉਹ ਜਿਹੜੇ ਨਿਰੰਕਾਰੀ ਮੱਤ ਵਾਲੇ ਨੇ, ਉਹ ਸ਼ਰਾਬੀ ਬੂਟਾ ਸਿੰਘ ਦਾ ਪੁੱਤ ਅਵਤਾਰ ਸਿਉਂ ਅਤੇ ਅਵਤਾਰ ਸਿਉਂ ਦਾ ਪੁੱਤ ਗੁਰਬਚਨ ਸਿਉਂ, ਗੁਰਬਚਨ ਸਿਉਂ ਸੀ ਜਿਹੜਾ, ਉਹਨੇ ਕਾਂਡ ਕਰਵਾਇਆ ਸੀ 1978 ਦਾ, 13 ਸਿੰਘ ਸ਼ਹੀਦ ਹੋ ਗਿਆ ਸੀ। ਉਹ ਗੁਰਬਚਨੇ ਦੀ ਪਿੱਠ ਉੱਤੇ ਇੰਦਰਾ ਗਾਂਧੀ ਆਖੜੀ, ਗੁਰਬਚਨੇ ਦੀ ਪਿੱਠ ਉੱਤੇ ਸਾਡੇ ਅਕਾਲੀਆਂ ਦੀ ਸਰਕਾਰ, ਘੜਮ ਚੌਧਰੀ ਨੀਲੀਆਂ ਪੱਗਾਂ ਵਾਲੇ, ਉਹ ਵੀ ਉਹਦੇ ਨਾਲ ਰਲ ਗਿਆ। ਅਤੇ ਸਤਸੰਗਤ, ਆਖਿਰਕਾਰ ਅਕਾਲ ਤਖ਼ਤ ਸਾਹਿਬ ਤੋਂ 10 ਜੂਨ 1978 ਈਸਵੀ ਨੂੰ ਇੱਕ ਹੁਕਮਨਾਮਾ ਜਾਰੀ ਹੋਇਆ ਕਿ ਨਰਕਧਾਰੀਆਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ, ਇਹ ਮਨਫੀ ਹੋ ਗਿਆ। ਇਹ ਉਹ ਨਰਕਧਾਰੀਆਂ ਵਿੱਚੋਂ 13-14 ਜਣੇ ਸਨ ਜਿਹੜੇ ਭਾਈ ਸੁਰਿੰਦਰ ਸਿੰਘ ਦੇ ਕੋਲੋਂ ਛਿੱਤਰ ਖਾ ਕੇ ਮੱਥੇ ਪੜਵਾ ਕੇ ਬਹਿ ਗਏ। ਅਤੇ ਸੋਢੀ ਸਾਹਿਬ ਦੌੜ ਕੇ ਗਏ, ਵੇਖਿਆ ਵੀ ਤੰਗਲੀ ਦਾ ਮਾਲਕ ਤਾਂ ਚਲਿਆ ਗਿਆ। ਉਹਨਾਂ ਭੱਜ ਕੇ ਜਾ ਕੇ ਉਹਨੂੰ ਘੇਰਿਆ, ਕਹਿਣ ਲੱਗੇ ਵੀ ਵਾਕਈ ਤੇਰੀ ਤੰਗਲੀ ਬੜੀ ਮਜ਼ਬੂਤ ਆ, ਤੇਰੀ ਤੰਗਲੀ ਵਧੀਆ ਹੈਗੀ, 12 ਰੁਪਈਆਂ ਦੀ ਰੱਖ ਲਾ ਸਾਂਭ ਕੇ। ਅਤੇ ਉਹ ਹੱਥ ਜੋੜ ਕੇ ਕਹਿੰਦਾ, ਯਾਰ ਮਰਿਆ ਸੱਪ ਮੇਰੇ ਗਲ ਪਾਉਣ ਲੱਗਾ, ਲਹੂ ਲਿਬੜੀ ਤੰਗਲੀ ਮੈਨੂੰ ਦੇਣ ਲੱਗਾ, ਪੁਲਿਸ ਵਾਲਿਆਂ ਮੈਨੂੰ ਫੜ ਲੈਣਾ, ਇਹ ਹੁਣ ਤੂੰ ਭਰਾਵਾ ਆਪਣੇ ਕੋਲ ਰੱਖ ਲਾ। ਉਹ ਕਹਿਣ ਲੱਗੇ, ਡਰੀਦਾ ਨਹੀਂ ਹੁੰਦਾ, ਕੀ ਨਾਮ ਹੈ ਤੇਰਾ, ਕਿਹੜਾ ਪਿੰਡ ਹੈ? ਕਹਿੰਦਾ, ਮੇਰਾ ਨਾਂ ਭਜਨ ਸਿੰਘ ਹੈ ਅਤੇ ਮੇਰਾ ਪਿੰਡ ਹੈ ਚੱਕ ਰਾਜੂ ਸਿੰਘ ਵਾਲਾ, ਚੱਕ ਰਾਜੂ ਸਿੰਘ। ਸੋਢੀ ਸਾਹਿਬ ਹੱਸ ਕੇ ਕਹਿੰਦੇ, ਲੈ ਛੱਡ, ਫਿਰ ਤਾਂ ਆਪਾਂ ਗੁਆਂਢੀ ਹਾਂ, ਮੇਰਾ ਪਿੰਡ ਕੋਟਲੀ ਬਾਬਾ ਦਾਸ ਹੈ, ਕੋਟਲੀ ਬਾਬਾ ਦਾਸ ਅਤੇ ਚੱਕ ਰਾਜੂ ਸਿੰਘ ਲਾਗੇ ਲਾਗੇ ਆ। ਕਹਿੰਦੇ, ਮੇਰਾ ਨਾਂ ਸੁਰਿੰਦਰ ਸਿੰਘ ਸੋਢੀ ਆ। ਜਦੋਂ ਸੋਢੀ ਦਾ ਨਾਮ ਸੁਣਿਆ, ਭਜਨ ਸਿੰਘ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਕਹਿੰਦਾ, ਉਹ ਯਾਰ ਤੇਰਾ ਤਾਂ ਨਾਂ ਹੀ ਬੜਾ ਸੁਣਿਆ, ਤੂੰ ਤਾਂ 16-17 ਸਾਲਾਂ ਦਾ ਹੈਗਾ, ਤੇਰਾ ਇੰਨਾ ਨਾਮ ਸੁਣਿਆ। ਸੋਢੀ ਸਾਹਿਬ ਕਹਿੰਦੇ, ਕੋਈ ਗੱਲ ਨਹੀਂ, ਜੇ ਕੋਈ ਸੇਵਾ ਦਾ ਮੌਕਾ ਹੋਇਆ ਤਾਂ ਦੱਸੀ। ਭਜਨ ਸਿੰਘ ਨਾਲੇ ਤੰਗਲੀ ਫੜਦਾ, ਨਾਲੇ ਕਹਿੰਦਾ, ਯਾਰ ਮੈਂ ਕਿਹੜਾ ਤੇਰੇ ਕੋਲੋਂ ਬੰਦੇ ਮਰਵਾਉਣੇ ਆ, ਆਹ 13-14 ਜਣੇ ਤੂੰ ਇਕੱਲਾ ਹੀ ਕੁੱਟ ਕੇ ਆ ਗਿਆ। ਸੋਢੀ ਸਾਹਿਬ ਘਰੇ ਚਲੇ ਗਏ, ਤਾਈ ਨੇ ਅਤੇ ਦਾਦੀ ਮਾਂ ਨੇ ਬੜਾ ਪਿਆਰ ਕੀਤਾ। ਸਵੇਰ ਨੂੰ ਉੱਠ ਕੇ ਦਹੀਂ ਦੇ ਨਾਲ ਦੇਸੀ ਘਿਓ ਦੇ ਪਰੌਂਠੇ ਨਾਲ ਅੰਬ ਦਾ ਅਚਾਰ, ਅਤੇ ਜਦੋਂ ਛਕਣ ਲੱਗੇ ਨਾ ਪ੍ਰਸ਼ਾਦਾ, ਦਾਦੀ ਮਾਂ ਕਹਿੰਦੀ ਆ, ਪੁੱਤ ਸੋਢੀ, ਅੱਜ ਬੁੱਲੋ ਬਲ ਦੇ ਅੱਡੇ ਬੰਨਾ ਜਾਈ, ਕੱਲ੍ਹ ਕਿਸੇ ਸਿੰਘ ਨੇ ਨਰਕਧਾਰੀਆਂ ਦੀ ਮਿੱਟੀ ਝਾੜ ਦਿੱਤੀ ਆ, ਕਿਤੇ ਪੁਲਿਸ ਵਾਲੇ ਤੈਨੂੰ ਨਾ ਫੜ ਲੈਣ। ਸੋਢੀ ਕਹਿੰਦਾ, ਮਾਂ ਜੇ ਤੇਰਾ ਪੋਤਾ ਕੱਲ੍ਹ ਨਹੀਂ ਫੜਿਆ ਗਿਆ ਤਾਂ ਅੱਜ ਵੀ ਨਹੀਂ ਫੜਿਆ ਜਾਣਾ। ਕਹਿੰਦੀ, ਤੂੰ ਸੀ? ਉਹ ਕਹਿੰਦਾ, ਹਾਂ ਮੈਂ ਸੀ। ਕਹਿੰਦੇ, ਕੀ ਹੋਇਆ? ਉਹ ਕਹਿੰਦੇ, ਉਹ ਸਿੱਖੀ ਦੇ ਬਰਖਲਾਫ ਭੌਂਕਦੇ ਸੀ, ਉਹ ਗੁਰਬਾਣੀ ਦੇ ਬਰਖਲਾਫ ਬਗਵਾਸ ਕਰਦੇ ਸੀ, ਸਿੱਖੀ ਦੇ ਪਵਿੱਤਰ ਬਾਣੇ ਦੇ ਬਰਖਲਾਫ ਬਕੀਆਬਾਦ ਕਰਦੇ ਸਨ। ਦਾਦੀ ਕਹਿੰਦੀ, ਪੁੱਤ ਇੱਕ ਅੱਧੇ ਨੂੰ ਮਾਰ ਹੀ ਆਉਣਾ ਸੀ ਫਿਰ ਤੈਂ,
ਆਮ ਹੋਵੇ ਤਾਂ ਕਹਿਣਗੇ ਚੁੱਪ ਕਰ ਤੈਂ ਕਾਹਨੂੰ ਪੰਗਾ ਲੈਣਾ ਹਊ ਛੱਡ ਪਰੇ। ਪਰ ਜਿਹੜਾ ਜੁੜਿਆ ਨਾ ਉਹ ਕਹਿੰਦਾ ਨਹੀਂ ਗੁਰ ਕੀ ਨਿੰਦਾ ਸੁਣੇ ਨਾ ਕਾਨ ਭੇਟਾ ਸੰਗ ਕਰੇ ਕਿਰਪਾਨ। ਗੁਰੂ ਦੀ ਨਿੰਦਾ ਕੰਨਾਂ ਨਾਲ ਵੀ ਸੁਣਨੀ ਨਹੀਂ। ਆਪਾਂ ਤਾਂ ਅਖਬਾਰਾਂ 'ਚ ਵੀ ਪੜ੍ਹਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਪਾੜ ਕੇ ਢੇਰਾਂ 'ਤੇ ਖਿਲਾਰਤਾ, ਪਰ ਸਾਡੇ ਅੱਖਾਂ 'ਚ ਹੰਝੂ ਵੀ ਨਹੀਂ ਆਉਂਦੇ ਕਈਆਂ ਦੇ। ਸਾਡੀ ਸਿੱਖਾਂ ਦੀ ਸਰਕਾਰ ਹੁੰਦੀ ਆ ਅਤੇ ਸਿੱਖਾਂ ਦੀ ਸਰਕਾਰ ਕਹਿੰਦੀ ਜੇ ਦਰੀ ਵਿਛਾ ਕੇ ਕੀਰਨੇ ਪਾਏ ਤਾਂ ਗੋਲੀ ਮਾਰਾਂਗੇ। ਮਾਰੀਆਂ ਵੀ ਗੋਲੀਆਂ ਉਹਨਾਂ ਨੇ, ਦੋ ਸਿੰਘ ਸ਼ਹੀਦ ਹੋ ਗਏ, ਭਾਈ ਕ੍ਰਿਸ਼ਨ ਭਗਵਾਨ ਸਿੰਘ ਹੋਣੀ, ਅੱਜ ਤੱਕ ਮੋਰਚਾ ਚੱਲਦਾ ਬਰਗਾੜੀ, ਅਜੇ ਤੱਕ ਕਿਸੇ ਕੋਈ ਬੰਡੇ ਬੰਨੇ ਕੰਢੇ ਗੱਲ ਲੱਗਦੀ ਨਜ਼ਰ ਨਹੀਂ ਆ ਰਹੀ। ਮੈਂ ਆਪਣੀ ਗੱਲ ਉਧਰਲੇ ਪਾਸੇ ਵੀ ਨਾ ਲੈ ਜਾਂ, ਆ ਥੋੜ੍ਹਾ ਜਿਹਾ ਪੱਖਾ ਹੀ ਇੱਧਰ ਨੂੰ ਘੁਮਾ ਦਿਓ ਯਾਰ ਮਾੜਾ ਜਿਹਾ। ਸਤਸੰਗਤ ਹੁੰਮਸ ਬੜਾ ਹੋ ਜਾਂਦਾ ਕਿਉਂਕਿ ਚਾਰੇ ਪਾਸਿਓਂ ਹਵਾ ਦੀ ਕਰੋਸਿੰਗ ਕੋਈ ਨਹੀਂ ਹੈ। ਇਕਾਗਰਤਾ ਬਣਾ ਕੇ ਸੁਣਿਓ। ਸੁਰਿੰਦਰ ਸਿੰਘ ਸੋਢੀ ਜਦੋਂ 13-14 ਜਣੇ ਹਸਪਤਾਲ ਹੋ ਗਏ ਦਾਖਲ, ਥਾਣੇਦਾਰ ਜਗਦੀਸ਼ ਰਾਣਾ ਆਇਆ ਪਰਚਾ ਕੱਟਣ ਵਾਸਤੇ ਹਸਪਤਾਲ ਵਿੱਚ, ਇਹਨਾਂ ਦੇ ਬਿਆਨ ਲੈਣ ਵਾਸਤੇ। ਪੁਲਿਸ ਨੂੰ ਵੇਖ ਕੇ ਬਾਹਲੀ ਹਾਏ ਤੋਬਾ ਕਰਨ ਲੱਗ ਪਏ, ਹਾਏ ਮਰ ਗਿਆ, ਹਾਏ ਮਰ ਗਿਆ, ਚੀਕਾਂ ਮਾਰਨ ਪਏ, ਅਸੀਂ ਤਾਂ ਮਰੇ ਹੀ ਚੱਲੇ। ਥਾਣੇਦਾਰ ਕਹਿੰਦਾ ਵੀ ਕਿੰਨੇ ਅੱਤਵਾਦੀਏ ਸੀ। ਇੱਕ ਲਾਲਾ ਬੋਲਿਆ ਕਹਿੰਦਾ ਜੀ ਸੋਹਣਾ ਬਹੁਤ ਸੀ, ਗੋਲ ਪੱਗ ਬੰਨੀ ਸੀ। ਉਹ ਕਹਿੰਦਾ ਕਿੰਨੇ ਸੀ? ਉਹ ਦੂਜਾ ਬੋਲਿਆ ਕਹਿੰਦਾ ਜੀ ਫੁਰਤੀਲਾ ਹੀ ਬੜਾ ਸੀ। ਅਤੇ ਉਹ ਅੱਗੋਂ ਫਿਰ ਪੁੱਛਦਾ ਕਹਿੰਦਾ ਕਿੰਨੇ ਬੰਦੇ ਸੀ? ਇਹ ਫਿਰ ਲਾਲੇ ਹਾਏ ਹਾਏ ਕਰਦੇ ਕਹੀ ਜਾਂਦੇ, ਬਸ ਜੀ ਪਤਾ ਹੀ ਨਹੀਂ ਲੱਗਿਆ, ਬਿਜਲੀ ਵਾਂਗੂ ਤੇਜ਼ ਆਇਆ ਸਾਡੇ ਵੰਗ, ਹਨੇਰੀ ਬਣ ਕੇ ਆ ਗਿਆ। ਉਹ ਥਾਣੇਦਾਰ ਕਹਿੰਦਾ ਹੈ ਕਿੰਨੇ ਸੀ? ਇਹ ਇੱਕੋ ਸੁਰ ਵਿੱਚ ਕਹਿੰਦੇ ਜੀ ਇੱਕੋ ਹੀ ਸੀਗਾ। ਉਹ ਕਹਿੰਦੇ ਤੁਸੀਂ ਕਿੰਨੇ? ਕਹਿੰਦੇ ਹੈਗੇ ਸੀ ਜੀ 13-14 ਮੂਰਤੀਆਂ ਸੀ। ਥਾਣੇਦਾਰ ਕਹਿੰਦਾ ਲੱਖ ਲਾਣਾ ਤੁਹਾਡੇ ਇਕੱਲੇ ਕੋਲੋਂ ਛਤਰ ਖਾ ਕੇ ਆ ਗਏ। ਆਪਣੇ ਮੂੰਹ ਵਿੱਚ ਥਾਣੇਦਾਰ ਵੀ ਸੋਚਦਾ ਵੀ ਪੰਗਾ ਤਾਂ ਪਹਿਲਾਂ ਤੁਸੀਂ ਲਿਆ ਹੋਣਾ, ਸਿੱਖ ਤਾਂ ਕਦੇ ਪਹਿਲ ਕਰਦੇ ਨਹੀਂ, ਸਿੱਖ ਤਾਂ ਕਦੇ ਪਹਿਲ ਕਰਦੇ ਨਹੀਂ। ਹੁਣ ਥਾਣੇਦਾਰ ਗੁੰਮਨਾਮ ਬੰਦੇ ਦੇ ਨਾਂ ਦੇ ਉੱਤੇ ਪਰਚਾ ਕੱਟ ਕੇ ਚਲਿਆ ਜਾਂਦਾ। ਇਹਨਾਂ ਦੀ ਮਲਮ ਪੱਟੀ ਹੋਈ, ਇਹਨਾਂ ਨੂੰ ਵੀ ਛੁੱਟੀ ਮਿਲ ਗਈ ਥੋੜ੍ਹੇ ਦਿਨਾਂ ਬਾਅਦ। ਇਹ ਤੰਦਰੁਸਤ ਹੋ ਕੇ ਆਪੋ ਆਪਣੀਆਂ ਹੱਟੀਆਂ 'ਤੇ ਆ ਕੇ ਬਹਿ ਗਏ। ਕਿਸੇ ਨੇ ਗਲ 'ਚ ਬਾਂਹ ਪਾਈ ਹੋਈ ਹੈ, ਕਿਸੇ ਦੇ ਮੱਥੇ ਦੇ ਉੱਤੇ ਫੁੱਲ ਪਿਆ ਪੱਟੀ ਦਾ, ਕਿਸੇ ਨੇ ਸਿਰ ਦੇ ਉੱਤੇ ਪੱਗ ਜੀ ਬੰਨੀ ਪਈ ਆ ਪੱਟੀ ਦੇ ਨਾਲ, ਕਿਉਂਕਿ ਸਾਰੇ ਰਗੜ ਦਿੱਤੇ ਸੀ ਇਕੱਲੇ ਸੂਰਮੇ ਨੇ। ਨਾਮ ਜਪਣ ਦਾ ਪ੍ਰਤਾਪ ਆਏ। ਜਿਹੜਾ ਬੰਦਾ ਸਿਮਰਨ ਨਹੀਂ ਕਰਦਾ ਉਹ ਤਾਂ ਮਾੜਕੂ ਜਿਹਾ ਬੰਦੇ ਕੋਲੋਂ ਵੀ ਚਪੇੜਾ ਖਾ ਕੇ ਆ ਜਾਂਦਾ ਹੈ। ਜਿਹਦਾ ਨਿਤਨੇਮ ਪੱਕਾ ਇਕੱਲਾ 1.25 ਲੱਖ ਨਾਲ ਲੜ ਸਕਦਾ। ਸਤਸੰਗਤ ਅੱਜ ਸੁਰਿੰਦਰ ਸਿੰਘ ਸੋਢੀ ਭੇਸ ਬਦਲਾ ਕੇ ਨੋਕ ਵਾਲੀ ਪੱਗ ਬਣ ਕੇ ਬੂਟੀਆਂ ਵਾਲੀ ਪੱਗ, ਜਿਹਨੂੰ ਆਪਾਂ ਭਾਪਾ ਸਟਾਈਲ ਕਹਿੰਦੇ ਹਾਂ, ਭਾਪਾ ਸਟਾਈਲ ਪੱਗ ਬੰਨ ਕੇ ਜੀਨ ਦੀ ਪੈਂਟ ਪਾ ਕੇ ਟੀ ਸ਼ਰਟ ਪਾ ਕੇ ਹੱਥ ਵਿੱਚ ਟੈਚੀ ਫੜ ਕੇ ਬੁੱਲੋ ਵਾਲ ਦੇ ਅੱਡੇ ਵਿੱਚ ਬਿਜ਼ਨਸਮੈਨਾਂ ਦਾ ਭੇਸ ਧਾਰਨ ਕਰਕੇ ਖੜਾ। ਬੁਲਟ ਮੋਟਰਸਾਈਕਲ ਕੋਲ ਹੈ, ਅੱਜ ਤਾਂ ਬੁਲਟ ਮੋਟਰਸਾਈਕਲ ਕਰਾਂ ਬਦਨਾਮ ਕਰਤਾ ਨਾ। ਆਹ ਮਿਸ ਪੂਜਾ ਦਾ ਤਾਂ ਜੰਮੀ ਵੀ ਨਹੀਂ ਹੋਣੀ। ਜਦੋਂ ਸੰਤਾਂ ਦੇ ਸਿੰਘ ਲੰਘਦੇ ਸੀ ਨਾ ਦੁੱਗ ਦੁੱਗ ਕਰਦਾ ਬੁਲਟ ਜਾਂਦਾ ਸੀ, ਲੋਕੀ ਕਹਿੰਦੇ ਸੀ ਇੱਜ਼ਤਾਂ ਦੇ ਰਾਖੇ ਜਾਂਦੇ ਆ। ਅੱਜ ਤਾਂ ਇੱਜ਼ਤਦਾਰ ਬੰਦਾ ਵੀ ਬੁਲਟ 'ਤੇ ਚਾਰ ਗੇੜੇ ਲਾ ਦੇ ਅਤੇ ਲੋਕ ਕਹਿੰਦੇ ਕੰਜਰ ਘੁੰਮਦੇ ਜਾਪਦੇ। ਇਹ ਕਲਾਕਾਰਾਂ ਨੇ ਖੇਡ ਹੀ ਐਸੀ ਵਰਤਾ ਦਿੱਤੀ, ਮੇਰੇ ਪਿੱਛੇ ਪੈਟਰੋਲ ਫੂਕ ਕੇ ਕੀ ਮਿਲਦਾ ਹੈ। ਇਹ ਤਾਂ ਉਦੋਂ ਜੰਮੇ ਵੀ ਨਹੀਂ ਹੋਣੇ ਜਦੋਂ ਬੁਲਟਾਂ ਵਾਲੇ ਜਾਂਦੇ ਸੀ ਤਾਂ ਲੋਕ ਕਹਿੰਦੇ ਇੱਜ਼ਤਾਂ ਦੇ ਰਾਖੇ ਜਾਂਦੇ ਆ। ਸਤਸੰਗਤ ਬੁਲਟ ਦੇ ਉੱਤੇ ਆ ਕੇ ਜਦੋਂ ਰੁਕਿਆ ਨਾ, ਲਾਲਿਆਂ ਨੇ ਪਛਾਣ ਲਿਆ ਛਤਰ ਖਾਧੇ ਸੀ ਇਹਦੇ ਕੋਲੋਂ। ਬੜੇ ਗੌਰ ਨਾਲ ਵੇਖਦੇ ਆ, ਦੂਜੇ ਨੂੰ ਆਖਦਾ ਧਨੀ ਰਾਮਾ ਇਹ ਉਹੀ ਅੱਤਵਾਦੀਆਂ ਨਹੀਂ, ਹਰ ਰੁਲੀਆ ਰਾਮਾ ਜਾਪਦਾ ਤਾਂ ਉਹੀ ਹੈ, ਉਹੀ ਜਾਪਦਾ। ਲਓ ਜੀ ਥਾਣੇ ਟੈਲੀਫੋਨ ਕੀਤਾ, ਜਗਦੀਸ਼ ਰਾਣਾ ਇੱਕ ਪੁਲਿਸ ਵਾਲੇ ਨੂੰ ਨਾਲ ਲੈ ਕੇ ਸਕੂਟਰ 'ਤੇ ਆਇਆ। ਆ ਕੇ ਸੁਰਿੰਦਰ ਸਿੰਘ ਸੋਢੀ ਨੂੰ ਕਹਿਣ ਲੱਗਾ ਚੱਲ ਵੀ ਕਾਕਾ ਤੈਨੂੰ ਥਾਣੇ ਲੈ ਕੇ ਜਾਣਾ। ਸੋਢੀ ਸਾਹਿਬ ਕਹਿੰਦੇ ਜਾਣ ਤੋਂ ਇਨਕਾਰੀ ਨਹੀਂ ਆ, ਪਰ ਮਾਜਰਾ ਕੀ ਆ?
ਉਹ ਕਹਿੰਦਾ ਕੁਛ ਵੀ ਨਹੀਂ ਆ, ਥੋੜੇ ਦਿਨ ਪਹਿਲਾਂ ਅੱਡੇ 'ਚ ਕਲੇਸ਼ ਜਿਹਾ ਹੋਇਆ ਸੀ, ਉਹਦੇ ਬਾਰੇ ਮਾੜੀ ਮੋਟੀ ਪੁੱਛ ਗੱਛੀ ਕਰਨੀ ਹੈ। ਸੋਢੀ ਨੂੰ ਲੈ ਕੇ ਪੁਲਿਸ ਵਾਲੇ ਲੈ ਗਏ ਅਤੇ ਇੱਕ ਸਰਦਾਰ ਭਜਨ ਸਿੰਘ ਸੋਢੀ ਦਾ ਸਾਥੀ, ਤੰਗਲੀ ਵਾਲਾ ਭਜਨ ਸਿੰਘ ਨਹੀਂ ਹੈ ਇਹ, ਹੋਰ ਭਜਨ ਸਿੰਘ ਹੈ, ਸੋਢੀ ਦਾ ਸਾਥੀ ਭਜਨ ਸਿੰਘ, ਉਹਨੇ ਬੋਲਟ ਮੋਟਰਸਾਈਕਲ ਭਜਾਇਆ, ਸਿੱਧਾ ਮਹਿਤਾ ਚੌਂਕ ਜਾ ਕੇ ਸੰਤਾਂ ਨੂੰ ਕਹਿਣ ਲੱਗਾ, ਬਾਬਾ ਜੀ ਤੁਹਾਡਾ ਬੱਬੂ ਫੜਿਆ ਗਿਆ। ਸੰਤ ਜੀ ਕਹਿੰਦੇ ਕੋਈ ਗੱਲ ਨਹੀਂ, ਕਿਹੜਾ ਬਦਨਾਮੀ ਖੱਟ ਕੇ ਗਿਆ ਥਾਣੇ, ਚੰਗਾ ਕੰਮ ਕਰਕੇ ਗਿਆ, ਕੋਈ ਪਰਵਾਹ ਨਹੀਂ, ਕਰਤਾਰ ਭਲੀ ਕਰੂਗਾ। ਲਓ ਜੀ ਥਾਣੇ ਵਿੱਚ ਕੀੜੀਆਂ ਦੇ ਭੌਣ ਵਾਂਗੂ ਨਰਕ ਧਾਰੀਏ ਇਕੱਠੇ ਹੀ ਬਹੁਤ ਹੋ ਗਏ, 400-500 ਬੰਦਾ ਇਕੱਠਾ ਹੋ ਗਿਆ ਥਾਣੇ ਦੇ ਵਿੱਚ। ਹੁਸ਼ਿਆਰਪੁਰ ਜ਼ਿਲ੍ਹਾ ਗੜ੍ਹ ਸੀਗਾ ਨਰਕ ਧਾਰੀਆਂ ਦਾ, ਅਤੇ ਉਹਨਾਂ ਦਾ ਆਗੂ ਕੁਲਤਾਰਾ ਮਹੰਤ, ਕੁਲਤਾਰਾ ਪਤਾ ਕੌਣ ਸੀ, ਦਸਵੇਂ ਪਾਤਸ਼ਾਹ ਨੇ 5 ਪਿਆਰੇ ਸਾਜੇ ਆ ਅਤੇ ਨਰਕ ਧਾਰੀਏ ਨੇ 7 ਸਿਤਾਰੇ ਬਣਾਏ ਸੀ। ਕਹਿੰਦਾ ਸੀ ਗੁਰੂ ਗੋਬਿੰਦ ਸਿੰਘ ਨੇ 5 ਸਾਜੇ, ਮੈਂ 7 ਸਾਜ ਲੈ। ਉਹਨਾਂ 7 ਵਿੱਚੋਂ ਇੱਕ ਸੀ ਇਹ ਪਾਪੀ ਕੁਲਤਾਰਾ ਮਹੰਤ, ਕੁਲਤਾਰਾ ਮਹੰਤ ਉਹਨਾਂ ਦੇ 7 ਸਿਤਾਰਿਆਂ ਵਿੱਚੋਂ ਇੱਕ ਹੈ। ਕੁਲਤਾਰਾ ਮਹੰਤ ਥਾਣੇ ਆ ਕੇ ਬਹਿ ਗਿਆ, ਕਹਿਣ ਲੱਗਾ ਵੀ ਥਾਣੇਦਾਰਾ ਇਹ ਨੌਜਵਾਨ ਸਾਡੇ ਹਵਾਲੇ ਕਰਦੇ, ਬੱਟੇ ਮਾਰ ਮਾਰ ਕੇ ਮਾਰਨਾ ਤਾਂ ਕਿ ਭਲਕੇ ਕਿਸੇ ਅੰਮ੍ਰਿਤਧਾਰੀ ਬੰਦੇ ਦਾ ਹੱਥ ਸਾਡੇ ਨਿਰੰਕਾਰੀ ਮਿਸ਼ਨ ਵਾਲਿਆਂ ਦੇ ਉੱਤੇ ਉੱਠੇ ਨਾ। ਅਤੇ ਉਹ ਐਡੀ ਭੀੜ ਵੇਖ ਕੇ ਹੁਣ ਪੁਲਿਸ ਵੀ ਘਾਬਰ ਜਾਂਦੀ ਵੀ 400-500 ਬੰਦਾ ਆ ਗਿਆ। ਥਾਣੇਦਾਰ ਮੁਨਸ਼ੀ ਪ੍ਰੇਮਚੰਦ ਨੂੰ ਕਹਿੰਦਾ, ਉਹ ਪ੍ਰੇਮਚੰਦ ਆ ਉਹ ਮੁੰਡੇ ਨੂੰ ਕੱਢ ਕੇ ਲੈ ਕੇ ਆ, ਹਵਾਲਾਤ ਚੋਂ ਕੱਢ ਕੇ ਲਿਆਂਦਾ। ਥਾਣੇਦਾਰ ਦੇ ਕੋਲ ਆ ਕੇ ਸੋਢੀ ਸਾਹਿਬ ਖੜ੍ਹੇ ਹੋਏ। ਥਾਣੇਦਾਰ ਨੇ ਇੱਕੋ ਸਾਹੇ 3-4 ਸਵਾਲ ਕੀਤੇ, ਕਾਕਾ ਕੀ ਨਾਮ ਹੈ ਤੇਰਾ, ਤੇਰੇ ਬਾਪ ਦਾ ਨਾਂ ਕੀ ਆ, ਉਮਰ ਕਿੰਨੀ ਆ, ਕੀ ਨਾਮ ਹੈ ਤੇਰਾ, ਕਿਹੜਾ ਪਿੰਡ ਆ ਤੇਰਾ, ਕੀ ਕੰਮ ਕਰਦਾ। ਸੋਢੀ ਸਾਹਿਬ ਜਵਾਬ ਦੇਣ ਲੱਗੇ ਤਾਂ ਓਨੀ ਦੇਰ ਨੂੰ ਟੈਲੀਫੋਨ ਦੀ ਘੰਟੀ ਵੱਜੀ, ਟੈਲੀਫੋਨ ਦੀ ਬੈਲ ਖੜਕੀ। ਥਾਣੇਦਾਰ ਚੁੱਪ ਰਹਿਣ ਦਾ ਇਸ਼ਾਰਾ ਕਰਦਾ ਵੀ ਚੁੱਪ ਕਰਦਾ, ਪਹਿਲਾਂ ਬਾਅਦ 'ਚ ਸੁਣਦਾ, ਪਹਿਲਾਂ ਮੈਨੂੰ ਫੋਨ ਸੁਣ ਲੈਂਦੇ। ਰਿਸੀਵਰ ਚੱਕ ਕੇ ਕਾਨੂੰ ਲਾਇਆ, ਕਾਨੂੰ ਲਾ ਕੇ ਥਾਣੇਦਾਰ ਕਹਿੰਦਾ ਜੀ ਥਾਣਾ ਬੁੱਲੋਵਾਲ। ਅਤੇ ਅੱਗੋਂ ਟੈਲੀਫੋਨ ਵਿੱਚ ਆਵਾਜ਼ ਆਈ, ਥਾਣੇਦਾਰਾ ਮਹਿਤਾ ਚੌਂਕ ਤੋਂ ਦਮਦਮੀ ਟਕਸਾਲ ਦਾ ਮੁੱਖ ਸੇਵਾਦਾਰ ਜਰਨੈਲ ਸਿੰਘ ਭਿੰਡਰਾਂ ਵਾਲਾ ਬੋਲਦਾ। ਜਦੋਂ ਸੰਤਾਂ ਦਾ ਨਾਂ ਸੁਣਿਆ, ਥਾਣੇਦਾਰ ਕਹਿੰਦਾ ਵਾਹ ਵਾਹ ਮਹਾਂਪੁਰਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਲਤਾਰੇ ਨੂੰ ਤਾਂ ਮੌਤ ਹੀ ਪੈ ਗਈ ਵੀ ਪਤਾ ਨਹੀਂ ਕਿਹਦਾ ਫੋਨ ਆ ਗਿਆ, ਇਹ ਕਿਹਨੂੰ ਫਤਿਹ ਬੁਲਾਉਣ ਲੱਗ ਪਿਆ, ਇਹ ਕਿਹਨੂੰ ਫਤਿਹ ਬੁਲਾਈ ਜਾਂਦਾ, ਕਿਸੇ ਸਿੰਘ ਦਾ ਫੋਨ ਆ ਗਿਆ ਜਪਦਾ। ਅਤੇ ਥਾਣੇਦਾਰ ਕਹਿੰਦਾ ਮਹਾਂਪੁਰਖੋ ਹੁਕਮ ਕਰੋ। ਸੰਤ ਜੀ ਅੱਗੋਂ ਕਹਿੰਦੇ ਆ, ਕਹਿੰਦੇ ਥਾਣੇਦਾਰਾ ਤੇਰੇ ਕੋਲ ਸਾਡਾ ਹਰੀ ਸਿੰਘ ਨਲਵਾ ਬੈਠਾ ਹੈ, ਤੇਰੇ ਕੋਲ ਸਾਡਾ ਹਰੀ ਸਿੰਘ ਨਲਵਾ ਬੈਠਾ ਹੈ, ਇਹਦਾ ਵਾਲ ਨਹੀਂ ਵਿੰਗਾ ਹੋਣਾ ਚਾਹੀਦਾ, ਜੇ ਇਹਦੇ ਬਰਖਲਾਫ ਕੋਈ ਕੰਮ ਕੀਤਾ, ਕੋਈ ਇਹਨੂੰ ਗਾਲ ਵੀ ਕੱਢੀ ਤਾਂ ਯਾਦ ਰੱਖੀ ਸਾਨੂੰ ਕੋਈ ਸਖ਼ਤ ਕਦਮ ਚੱਕਣਾ ਪੈਣਾ। ਸਖ਼ਤ ਕਦਮ ਅੱਖਰ ਸੁਣ ਕੇ ਥਾਣੇਦਾਰ ਦੇ ਹੱਥੋਂ ਰਿਸੀਵਰ ਛੁੱਟ ਗਿਆ, ਮੌਤ ਹੀ ਪੈ ਗਈ, ਥਾਣੇ ਦੀਆਂ ਕੰਧਾਂ ਕੰਬ ਗਈਆਂ। ਅਤੇ ਥਾਣੇਦਾਰ ਵੀ ਬੁੜਬੁੜ ਮਨ 'ਚ ਕਰਦਾ ਵੀ ਮਰਵਾਤਾ ਨਰਕ ਧਾਰੀਆਂ ਨੇ, ਮਰਵਾਤਾ ਨਰਕ ਧਾਰੀਆਂ ਨੇ। ਥਾਣੇਦਾਰ ਕੋ ਸੂਤਾ ਫਸ ਗਿਆ। ਇੱਥੇ ਇੱਕ ਸ਼ਬਦ ਕਹਾਂ, ਮੇਰੀ ਗੱਲ ਹੋ ਸਕਦਾ ਤੁਹਾਨੂੰ ਚੰਗੀ ਨਾ ਲੱਗੇ। ਸਤ ਸੰਗਤ 40-45 ਮੁਲਕਾਂ ਵਿੱਚ ਮੈਂ ਸੰਗਤ ਦੇ ਚਰਨ ਪਰਸੇ ਆ, ਜਿੰਨੇ ਕੁ ਦੇਸ਼ਾਂ ਦੇ ਤੁਹਾਨੂੰ ਨਾਮ ਆਉਂਦੇ ਹੋਣੇ, ਲਗਭਗ ਮੈਂ ਹਰੇਕ ਮੁਲਕ 'ਚ ਗਿਆ, ਹਰੇਕ ਮੁਲਕ 'ਚ 8-8, 10-10 ਵਾਰ ਵੀ ਗਿਆ। ਸਾਰੀ ਸੰਗਤ ਇਹਨਾਂ ਪ੍ਰਸੰਗਾਂ ਨੂੰ, ਇਹਨਾਂ ਸ਼ਹੀਦਾਂ ਨੂੰ ਬੜੇ ਪਿਆਰ ਨਾਲ ਸੁਣਦੀ ਹੈ। ਇਸ ਸ਼ਬਦ ਨੂੰ ਵੀ ਮਨ 'ਚ ਜਗ੍ਹਾ ਦਿਓ, ਭਾਵੇਂ ਤੁਹਾਨੂੰ ਅੱਖਰ ਚੰਗਾ ਨਹੀਂ ਲੱਗੇਗਾ। ਮੈਂ ਕਹਿਣ ਲੱਗਾ, ਕੁਰਬਾਨੀਆਂ ਕਰਨ ਵਾਲੇ ਸੰਗਤ ਜੀ ਅੱਜ ਵੀ ਸੂਰਮੇ ਬਹੁਤ ਹੈ, ਖਿਮਾ ਕਰਨਾ, ਕੁਰਬਾਨੀਆਂ ਕਰਨ ਵਾਲੇ ਅੱਜ ਵੀ ਬਥੇਰੇ ਆ, ਪਰ ਸੱਚ ਕਮਾਂ ਅੱਜ ਮਗਰ ਟੈਲੀਫੋਨ ਕਰਨ ਵਾਲਾ ਕੋਈ ਨਹੀਂ, ਅੱਜ ਮਗਰ ਫੋਨ ਕਰਨ ਵਾਲਾ ਨਹੀਂ ਕੋਈ ਵੀ। ਅਤੇ ਜੇ ਕੋਈ ਆ ਸਾਡੇ ਘੜਮ ਚੌਧਰੀ ਫੋਨ ਕਰਨ ਵੀ ਨਾ,
ਇਹ ਪਤਾ ਕੀ ਕਹਿੰਦੇ ਹੁੰਦੇ ਆ, ਥਾਣੇਦਾਰਾ ਚਾਰ ਜੁੱਤੀਆਂ ਬਾਲੀਆਂ ਮਾਰੀ, ਚਾਰ ਜੁੱਤੀਆਂ ਜਾੜੀਆਂ ਮਾਰੀਆਂ, ਬਾਲਾ ਪੰਥਕ ਬਣਿਆ ਫਿਰਦਾ, ਚਾਰ ਛਿੱਤਰ ਜਾੜੇ ਮਾਰੀ ਕਾਬੂ ਆਇਆ, ਹੁਣ ਸੁੱਕਾ ਨਾ ਜਾਵੇ। ਆਹ ਟੈਲੀਫੋਨ ਕਰਦੇ ਆ ਸਾਡੇ ਘੜਮ ਚੌਧਰੀ, ਇਹਨਾਂ ਦਾ ਬੇੜਾ ਗਰਕ ਹੋਇਆ ਪਿਆ। ਐਵੇਂ ਥੋੜ੍ਹੀ ਲੋਕਾਂ ਕੋਲੋਂ ਛਿੱਤਰ ਖਾ ਰਹੇ, ਪਰਮਾਤਮਾ ਹੀ ਭਲੀ ਕਰੇ, ਸੱਚੇ ਪਾਤਸ਼ਾਹ ਮੇਰੀ ਕਰੇ। ਮੈਂ ਅਰਦਾਸ ਹੀ ਕਰ ਸਕਦਾ, ਆਪਣੀ ਗੱਲ ਲਗਾਤਾਰਤਾ ਦੇਣੀ ਚਾਹੁੰਦਾ। ਅੱਜ ਟੈਲੀਫੋਨ ਕਰਨ ਵਾਲਾ ਸਿੱਖੋ ਮਗਰ ਹੈ ਨਹੀਂ ਕੋਈ ਵੀ, ਅੱਜ ਅਰਦਾਸ ਕਰਿਓ ਸਾਡੀ ਕੌਮ ਨੂੰ ਦਾਤਾ ਸਮਤ ਬਖਸ਼ੇ। ਇੱਕ ਮੈਂ ਕਵਿਤਾ ਲਿਖੀ ਸੀ, ਸਾਨੂੰ ਸਾਡੀ ਖਾਲਸਾ ਜੀ ਫੁੱਟ ਮਾਰ ਗਈ, ਸਾਡੀ ਆਪਸੀ ਫੁੱਟ ਨੇ ਸਾਡਾ ਬੇੜਾ ਗਰਕ ਕਰ ਦੇਣਾ। ਆਓ ਆਪਾਂ ਏਕੇ ਦੀ ਡੋਰ ਵਿੱਚ ਬਜੀਏ, ਬਾਣੀ ਪੜਿਆ ਕਰੀਏ। ਲਓ ਜੀ, ਥਾਣੇਦਾਰ ਜਗਦੀਸ਼ ਰਾਣਾ ਆਪਣੇ ਮੁਨਸ਼ੀ ਨੂੰ ਆਵਾਜ਼ ਮਾਰ ਕੇ ਕਹਿੰਦਾ, ਉਹ ਪ੍ਰੇਮ ਚੰਦਾ? ਕਹਿੰਦਾ ਹਾਂ ਜਨਾਬ। ਕਹਿੰਦਾ ਮੁੰਡੇ ਨੂੰ ਚੁਬਾਰੇ 'ਤੇ ਬਿਠਾ ਗਿਆ। ਮੁਨਸ਼ੀ ਪ੍ਰੇਮ ਚੰਦ ਸੋਢੀ ਸਾਹਿਬ ਨੂੰ ਗੁੱਟ ਤੋਂ ਫੜ ਕੇ ਲੈ ਗਏ, ਚੁਬਾਰੇ 'ਤੇ ਦਰੀ ਵਿਛੀ ਆ, ਦਰੀ ਦੇ ਉੱਤੇ ਬਿਠਾ ਕੇ ਮੁਨਸ਼ੀ ਪ੍ਰੇਮ ਚੰਦ ਥੱਲੇ ਆ ਗਿਆ ਅਤੇ ਸੋਢੀ ਸਾਹਿਬ ਨੇ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰ ਦਿੱਤਾ। ਦੇਖੋ ਦੁੱਖਾਂ ਮੁਸੀਬਤਾਂ ਔਕੜਾਂ ਦੇ ਵਿੱਚ ਆਪਾਂ ਤਾਂ ਹਾਏ ਹਾਏ ਕਰਦੇ ਹਾਂ, ਰੱਬ ਨੂੰ ਉਲਾਂਭੇ ਦਿੰਦੇ ਹਾਂ। ਇਹ ਪੁਲਿਸ ਦੇ ਘੇਰੇ ਵਿੱਚ ਆਇਆ ਵੀ ਜਪਜੀ ਸਾਹਿਬ ਪੜ੍ਹਦਾ। ਆਪਾਂ ਜਪਜੀ ਸਾਹਿਬ ਨਾਲ ਜੇ ਤਾਂ ਜੁੜੇ ਹਾਂ ਫਿਰ ਤਾਂ ਮੇਰੀ ਤੁਹਾਨੂੰ ਤੁਹਾਡੇ ਚਰਨਾਂ 'ਚ ਨਮਸਕਾਰ। ਜੇ ਨਹੀਂ ਜੁੜੇ ਤਾਂ ਬਾਬੇ ਕੋਲੋਂ ਮੰਗ ਕੇ ਜਾਇਓ ਕਿ ਸੱਚੇ ਪਾਤਸ਼ਾਹ ਸਾਨੂੰ ਬਾਣੀ ਦਾ ਪਿਆਰ ਬਖਸ਼। ਸੋਢੀ ਸਾਹਿਬ ਨੇ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰ ਦਿੱਤਾ। ਥਾਣੇਦਾਰ ਜਗਦੀਸ਼ ਰਾਣਾ ਕੁਲਤਾਰੇ ਮਹੰਤ ਨੂੰ ਕਹਿਣ ਲੱਗਾ, ਬਾਬਾ ਜੀ ਲਿਖਾਓ ਮੁੰਡੇ ਦਾ ਨਾਮ ਕੀ ਆ, ਇਹਦੇ ਬਾਪ ਦਾ ਨਾਂ ਕੀ ਆ, ਕਿਹੜਾ ਪਿੰਡ ਹੈ ਇਹਦਾ। ਕੁਲਤਾਰਾ ਕਹਿੰਦਾ, ਸਾਨੂੰ ਕੀ ਪਤਾ, ਉਹਨੂੰ ਤੂੰ ਉੱਤੇ ਚਾੜ ਦਿੱਤਾ, ਉਹਨੂੰ ਸਾਡੇ ਹਵਾਲੇ ਕਰ। ਥਾਣੇਦਾਰ ਕਹਿਣ ਲੱਗਾ, ਜੀ ਮਹਾਂਪੁਰਖੋ ਮੁੰਡਾ ਬੜਾ ਅੜਬਜਾ ਲੱਗਦਾ, ਐਵੇਂ ਤੁਹਾਡੀ ਸ਼ਾਨ ਦੇ ਬਰਖਿਲਾਫ ਕੋਈ ਬੋਲੂਗਾ ਮੈਂ ਤਾਂ ਭੇਜ ਦਿੱਤਾ, ਤੁਸੀਂ ਇਉਂ ਕਰੋ ਤੁਸੀਂ ਬੈਠੋ ਮੈਂ ਲਿਖ ਕੇ ਲੈ ਕੇ ਆਉਣਾ। ਉਹ ਪ੍ਰੇਮ ਚੰਦਾ ਮਹਾਂਪੁਰਖਾਂ ਨੂੰ ਚਾਹ ਦਾ ਕੱਪ ਲਿਆ ਕੇ ਪਿਲਾ। ਲਓ ਜੀ, ਪ੍ਰੇਮ ਚੰਦ ਨੇ ਮੁਨਸ਼ੀ ਨੇ ਲਿਆ ਕੇ ਨਰਕਧਾਰੀਆਂ ਦੇ ਆਗੂਆਂ ਦੇ ਹੱਥਾਂ ਵਿੱਚ ਚਾਹ ਦੇ ਕੱਪ ਫੜਾ ਦਿੱਤੇ ਅਤੇ ਥਾਣੇਦਾਰ ਉੱਪਰ ਕੋਠੇ ਚੜ੍ਹਿਆ, ਚੁਬਾਰੇ 'ਤੇ ਚੜ੍ਹਿਆ, ਜਾ ਕੇ ਸੋਢੀ ਸਾਹਿਬ ਨੂੰ ਦੇਖ ਕੇ ਕਹਿਣ ਲੱਗਾ। ਉਹ ਕਹਿੰਦਾ, ਭਰਾਵਾ ਤੂੰ ਇੱਥੇ ਹੀ ਬੈਠਾ ਹਜੇ? ਸੋਢੀ ਸਾਹਿਬ ਕਹਿੰਦੇ, ਹੋਰ ਕੀ ਕਰਾਂ। ਉਹ ਕਹਿੰਦਾ, ਮਗਰਲੇ ਪਾਸੇ ਰੇਤੇ ਦੀ ਟਰਾਲੀ ਢੇਰੀ ਕਰਵਾਈ, ਛਾਲ ਮਾਰ, ਚੁੱਪ ਕਰਕੇ ਮਹਿਤਾ ਚੌਂਕ ਨੂੰ ਦੌੜ ਜਾ, ਸੰਤ ਜੀ ਤੈਨੂੰ ਸਾਥ ਯਾਦ ਕਰ ਰਹੇ ਆ ਅਤੇ ਅਸੀਂ ਉੱਧਰ ਨੂੰ ਆਉਣਾ ਨਹੀਂ, ਬਾਕੀ ਆਲੇ ਦੁਆਲੇ ਅਸੀਂ ਵੀ ਘੁੱਗੂ ਜਿਹਾ ਵਜਾਉਂਦੇ ਫਿਰਾਂਗੇ, ਐਵੇਂ ਘੂੰ ਘੂੰ ਕਰਦੀਆਂ ਗੱਡੀਆਂ ਭਜਾ ਲਾਂਗੇ, ਦੌੜ ਜਾ ਇੱਥੋਂ। ਸੋਢੀ ਦੀ ਥਾਣੇਦਾਰ ਨੇ ਛਾਲ ਮਰਵਾ ਤੀ, ਛਾਲ ਮਰਵਾ ਕੇ ਆਪ ਪੌੜੀਆਂ 'ਚੋਂ ਕਾਹਲੀ ਕਾਹਲੀ ਉੱਤਰਦਾ ਆਉਂਦਾ ਹੈ ਅਤੇ ਪੌੜੀਆਂ 'ਚੋਂ ਉੱਤਰਦਾ ਦਬਕਾ ਮਾਰ ਕੇ ਕਹਿਣ ਲੱਗਾ, ਓਏ ਪ੍ਰੇਮ ਚੰਦਾ। ਉਹ ਕਹਿੰਦਾ, ਹਾਂ ਜਨਾਬ। ਕਹਿੰਦਾ, ਉਹ ਮੁੰਡੇ ਨੂੰ ਕੁੰਡਾ ਨਹੀਂ ਸੀ ਲਾਇਆ? ਪ੍ਰੇਮ ਚੰਦ ਕਹਿੰਦਾ, ਨਹੀਂ ਜਨਾਬ, ਤੁਸੀਂ ਤਾਂ ਬਿਠਾ ਲੈਣ ਨੂੰ ਕਿਹਾ ਸੀ। ਅਤੇ ਕਹਿੰਦਾ, ਪਤੰਦਰਾ ਭੱਜ ਗਿਆ ਹੀ। ਜਦੋਂ ਭੱਜ ਗਿਆ ਹੀ ਸ਼ਬਦ ਸੁਣਿਆ ਨਾ ਤਾਂ ਕੁਲਤਾਰੇ ਮਹੰਤ ਦੇ ਹੱਥੋਂ ਚਾਹ ਦਾ ਕੱਪ ਕਿਵੇਂ ਟੁੱਟ ਗਿਆ। ਕੁਲਤਾਰੇ ਨੂੰ ਕਹਿੰਦਾ, ਮੌਤ ਪਈ ਕੜਿਆਣੇ ਵਾਲਾ ਢਾਡੀ ਜੱਥਾ ਹੈ, ਇਉਂ ਸਰਵਣ ਕਰੋ।
ਹੁੰਦਾ ਕਰਤਾਰ ਹੁੰਦਾ, ਰਾਖਾ ਭਗਤਾਂ ਦਾ ਆਪ ਕਰਤਾਰ ਹੁੰਦਾ, ਰਾਖਾ ਭਗਤਾਂ ਦਾ ਆਪ ਕਰਤਾਰ ਹੁੰਦਾ, ਬਾਣੀ ਵਿੱਚ ਕੇ ਸਭ ਉਚਾਰ ਹੋਇਆ, ਕਹਾਵਤ ਹੈ ਚੰਗਿਆਂ ਨਾਲ ਬੈਠੋ ਪਰ ਮੰਦਿਆਂ ਨਾਲ ਨਹੀਂ, ਮੰਦਿਆਂ ਨੂੰ ਸੁਧਾਰੋ ਪਰ ਡੰਡਿਆਂ ਨਾਲ ਨਹੀਂ, ਅਣਖ ਆਬਰੂ ਲਈ ਮਰੋ ਪਰ ਆਤਮ ਹੱਤਿਆ ਦੇ ਫੰਦਿਆਂ ਨਾਲ ਨਹੀਂ, ਪੁੰਨ ਦਾਨ ਕਰੋ ਪਰ ਦਿਖਾਵੇ ਦੇ ਚੰਦਿਆਂ ਨਾਲ ਨਹੀਂ, ਦੂਜਿਆਂ ਦੇ ਦਰਦ ਵੰਡਾਓ ਪਰ ਕੰਡਿਆਂ ਨਾਲ ਨਹੀਂ, ਖੇਡਾਂ ਨਾਲ ਖੇਡੋ ਪਰ ਵਖਤ ਦੇ ਚੰਡਿਆਂ ਨਾਲ ਨਹੀਂ, ਜਿੱਤ ਦੇ ਨਿਸ਼ਾਨ ਗੱਡੋ ਪਰ ਖੂਨੀ ਝੰਡਿਆਂ ਨਾਲ ਨਹੀਂ। ਸਰਕਾਰਾਂ ਦੀ ਮਦਦ ਨਾਲ ਨਰਕ ਧਾਰੀਏ ਮਿਸ਼ਨ ਵਾਲੇ ਪੰਜਾਬ ਦੀ ਧਰਤੀ ਦੇ ਉੱਤੋਂ ਸਿੱਖੀ ਦਾ ਝੰਡਾ ਪੁੱਟ ਕੇ ਆਪਣਾ ਝੰਡਾ ਗਿੜਨਾ ਚਾਹੁੰਦੇ ਸਨ, ਪਰ ਸੰਤ ਜਰਨੈਲ ਸਿੰਘ ਜੀ ਦੀ ਗਿਆਨ ਖੜਗ ਨੇ ਉਹਨਾਂ ਦੇ ਪੈਰ ਨਾ ਲੱਗਣ ਦਿੱਤੇ। ਸਾਰੀ ਸੰਗਤ ਤੁਸੀਂ ਬਹੁਤ ਪਿਆਰ ਕਰਦੇ ਹੋ, ਮੈਂ ਆਪ ਜੀ ਦੇ ਪਿਆਰ ਦਾ ਕਰਜ਼ਦਾਰ ਹੈ। ਥੋੜ੍ਹੇ ਚਿਰ ਵਿੱਚ ਤੁਸੀਂ ਚੰਗਾ ਤਕੜਾ ਰੁਪਈਆਂ ਦਾ ਢੇਰ ਲਾ ਦਿੱਤਾ, ਅਸੀਂ ਐਡੇ ਮਾਣ ਦੇ ਯੋਗ ਨਹੀਂ ਹੈ। ਮੈਂ ਆਪ ਸਾਰੀ ਸੰਗਤ ਦੇ ਪਿਆਰ ਦਾ ਕਰਜ਼ਦਾਰ ਹੈ। ਬਹੁਤ ਹੀ ਸਨਮਾਨਯੋਗ ਗੁਰੂ ਪੰਥ ਵੱਲੋਂ ਨਵਾਜਿਆ ਹੋਇਆ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਸੂਰਮਾ, ਉਹਨਾਂ ਦੇ ਘਰ ਦੇ ਵਿੱਚੋਂ ਉਹਨਾਂ ਦੇ ਹਜ਼ੂਰੀ ਕਮਿਸ਼ਨਰ ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਬੈਂਕਾ ਸਾਹਿਬ ਆਪਣੇ ਜਥੇ ਸਮੇਤ ਆਏ ਨੇ। ਮੈਂ ਆਪਣੇ ਢਾਡੀ ਜਥੇ ਵੱਲੋਂ ਆਪਣੇ ਛੋਟੇ ਭਰਾ ਦਾ ਨਿੱਘਾ ਸਵਾਗਤ ਕਰਦਾ, ਬਹੁਤ ਪਿਆਰ ਕਰਦੇ ਨੇ ਦਾਸ ਦੇ ਜਥੇ ਦੇ ਨਾਲ, ਬੜੇ ਮੁਹੱਬਤੀ ਸੱਜਣ ਹਨ, ਬੜੇ ਚੰਗੇ ਸੁਲਝੇ ਬੁਲਾਰੇ, ਗੁਰਬਾਣੀ ਦਾ ਪਹਿਰਾ ਤਕੜਾ ਅਤੇ ਚੰਗੇ ਲਿਖਾਰੀ ਹਨ। ਗੁਰੂ ਸਾਹਿਬ ਕਿਰਪਾ ਕਰਨ ਆਪਣੇ ਧਰਮ ਦੇ ਪ੍ਰਚਾਰ ਦੀ ਦਾਤਾ ਜੀ ਸੇਵਾ ਲੈਂਦੇ ਰਹਿਣ। ਇੱਕ ਦੋ ਅਨਾਊਂਸਮੈਂਟਾਂ ਬੜੀਆਂ ਜ਼ਰੂਰੀ ਨੇ, ਉਹ ਕਿਰਪਾ ਕਰਕੇ ਬਾਹਰ ਘੁੰਮ ਰਹੀ ਸੰਗਤ ਉਚੇਚੇ ਤੌਰ 'ਤੇ ਧਿਆਨ ਦੇ ਕੇ ਸੁਣ। ਤੁਹਾਡੇ ਲਾਗੇ ਡਸਕਾ ਪਿੰਡ ਤੋਂ ਇੱਕ ਲੜਕੀ ਮਨਪ੍ਰੀਤ ਕੌਰ, ਉਹਦੇ ਮਾਤਾ ਜੀ ਵਿਛੜ ਗਏ ਹਨ, ਅਤੇ ਉਹ ਸਟੇਜ ਦੇ ਉੱਤੇ ਬੱਚੇ ਅਤੇ ਨਾਲ ਸੰਗਤ ਆ ਕੇ ਬੈਠੀ ਹੈ, ਅਤੇ ਉਹ ਬੇਨਤੀ ਹੈ ਮਨਪ੍ਰੀਤ ਕੌਰ ਦੇ ਮਾਤਾ ਜੀ ਨੂੰ ਕਿ ਉਹ ਸਟੇਜ 'ਤੇ ਆ ਕੇ ਕਿਰਪਾ ਕਰਕੇ ਆਪਣੇ ਪਰਿਵਾਰ ਨੂੰ ਆ ਕੇ ਮਿਲਣ ਦੀ ਕਿਰਪਾਲਤਾ ਕਰਨ। ਅਤੇ ਦੂਸਰੀ ਬੇਨਤੀ ਜਿਹੜੀ ਆ, ਉਲਟ ਕਿਆ ਹੋ ਗਿਆ ਜੀ ਸਤ ਸੰਗਤ, ਦੂਸਰੀ ਬੇਨਤੀ ਇੱਕ ਬੇਟੀ ਦਾ ਨਾਮ ਹੈ ਰਜਨੀ ਕੌਰ, ਬੋਹਾ ਨਗਰ ਤੋਂ ਚੱਲ ਕੇ ਆਈ ਹੈ, ਸਤਿਕਾਰਯੋਗ ਭਾਈ ਸਾਹਿਬ ਭਾਈ ਕਾਲਾ ਸਿੰਘ ਦੀ ਲੜਕੀ ਹੈ, ਉਹ ਲੜਕੀ ਵੀ ਸੰਗਤ ਦੇ ਨਾਲ ਗੇਟ ਦੇ ਉੱਤੇ ਸੰਗਤ ਉਹਦਾ ਇੰਤਜ਼ਾਰ ਕਰ ਰਹੀ ਹੈ। ਲੜਕੀ ਰਜਨੀ ਕੌਰ ਨੂੰ ਬੇਨਤੀ ਆ ਕਿ ਉਹ ਮੁੱਖ ਦੁਆਰ ਗੇਟ ਦੇ ਕੋਲ ਆ ਕੇ ਆਪਣੇ ਪਿੰਡ ਦੀ ਸੰਗਤ ਆਪਣੇ ਪਰਿਵਾਰ ਨੂੰ ਆ ਕੇ ਮਿਲਣ ਦੀ ਕਿਰਪਾਲਤਾ ਕਰੇ। ਮੂਸਾ ਖੇੜਾ ਨਗਰ ਹਰਿਆਣੇ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਮ 'ਤੇ ਬਹੁਤ ਵੱਡਾ ਆਦਰ ਦੇ ਕੇ ਗਏ ਹੈ,
ਭਾਈ ਅੰਮ੍ਰਿਤਪਾਲ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਦੱਸਦੇ ਢਾਡੀ ਜਥੇ ਨੂੰ ਅਸੀਸਾਂ ਨਾਲ ਨਿਵਾਜਿਆ ਗਿਆ। ਗਗਨਦੀਪ ਸਿੰਘ ਜੀ ਵੱਲੋਂ ਬਹੁਤ ਵੱਡਾ ਆਦਰ ਭੇਜਿਆ ਗਿਆ, ਦਿਲੋਂ ਸਤਿਕਾਰ ਕਰਦਾ, ਆਪ ਸਭ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ। ਵਾਹਿਗੁਰੂ ਜੀ ਸਾਰਿਆਂ ਦਾ ਨਿਤਨੇਮ ਦਾ ਪਹਿਰਾ ਤਕੜਾ ਕਰਨ। ਸਮਾਂ ਲਗਭਗ ਸਮਾਪਤੀ ਦੇ ਕਿਨਾਰੇ ਚਲਿਆ ਗਿਆ, ਪਰ ਬਾਬਾ ਜੀ ਵੱਲੋਂ ਹੁਕਮ ਆ ਗਿਆ ਵੀ 9:30 ਵਜੇ ਤੁਸੀਂ ਫਤਿਹ ਬੁਲਾਉਣੀ ਹੈ। ਵੈਸੇ ਬੜਾ ਕਮਾਲ ਦਾ ਕਵੀਸ਼ਰੀ ਜੱਥਾ ਆ ਕੇ ਸੱਜ ਗਿਆ। ਮੈਂ ਚਾਹੁੰਦਾ ਸੀ ਕਿ ਤੁਹਾਡੇ ਅਤੇ ਉਹਨਾਂ ਦੇ ਵਿਚਕਾਰ ਦੀਵਾਰ ਬਹੁਤਾ ਚਿਰ ਨਾ ਬਣਾ, ਪਰ ਤੁਹਾਡੇ ਹੁਕਮ ਦੀ ਪਾਲਣਾ ਕਰਦਾ ਹੋਇਆ ਇੱਕ ਕਵਿਤਾ ਮੈਂ ਹੋਰ ਸੁਣਾਉਣ ਲੱਗਾ। ਭਾਈ ਗੁਰਜੰਟ ਸਿੰਘ ਜੀ, ਵੈਸੇ ਨਾ ਅੱਜ ਮੇਰਾ ਇੱਥੇ ਵਿਚਾਰ ਸੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦਾ ਪ੍ਰਸੰਗ ਸੁਣਾਉਣ ਦਾ, ਅਤੇ ਨਾਲੇ ਬਾਅਦ ਵਿੱਚ ਤੁਸੀਂ ਲੱਗਣਾ ਸੀ ਗੁਰਜੰਟ ਸਿੰਘ ਦਾ ਪ੍ਰਸੰਗ, ਅਤੇ ਬਾਅਦ ਵਿੱਚ ਗੁਰਜੰਟ ਸਿੰਘ ਦਾ ਕਵੀਸ਼ਰੀ ਜੱਥਾ ਲੱਗਦਾ। ਪਰ ਮੈਨੂੰ ਪ੍ਰਬੰਧਕਾਂ ਨੇ ਹੋਰ ਗੱਡੀ ਦਾ ਸਟੇਅਰਿੰਗ ਫੜਾ ਤਾ, ਹੁਣ ਜਿਹੜੀ ਗੱਡੀ ਦਾ ਉਹਨਾਂ ਸਟੇਅਰਿੰਗ ਫੜਾਇਆ ਆਪਾਂ ਉਹੀ ਭਜਾ ਰਹੇ ਹਾਂ। ਸਤ ਸੰਗਤ, ਆਓ ਇਕਾਗਰਤਾ ਬਣਾ ਕੇ ਸੁਣਿਓ ਇਹ ਸਾਰੇ ਤਕਰੀਬਨ ਜੁਝਾਰੂ ਸਿੰਘਾਂ ਦੇ ਪ੍ਰਸੰਗ, ਇੰਟਰਨੈਟ ਦੇ ਉੱਤੇ ਦਾਸ ਦੇ ਗਾਏ ਹੋਏ ਤੁਹਾਨੂੰ ਮਿਲ ਜਾਣਗੇ। 10 ਪਾਤਸ਼ਾਹਾਂ ਦਾ ਇਤਿਹਾਸ ਸੰਪੂਰਨ ਤੁਹਾਨੂੰ ਮਿਲੇਗਾ, 15 ਭਗਤ ਸਾਹਿਬਾਨ ਦਾ ਇਤਿਹਾਸ। ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੀ, ਛੇਵੇਂ ਪਾਤਸ਼ਾਹ ਦੀ, ਕਿ 15 ਦੇ 15 ਭਗਤਾਂ ਦਾ ਇਤਿਹਾਸ ਅਸੀਂ ਗਾਵਿਆ, ਅਤੇ ਲਗਭਗ 15 ਭਗਤਾਂ ਦੇ 38 ਪ੍ਰਸੰਗ ਨੇ। ਉਹ ਇੰਟਰਨੈਟ ਦੇ ਉੱਤੇ ਸੰਗਤ ਬਹੁਤ ਪਿਆਰ ਕਰਦੀ ਹੈ, ਮੈਂ ਤੁਹਾਡੇ ਪਿਆਰ ਦਾ ਕਰਜ਼ਦਾਰ ਹਾਂ। ਆਖਰੀ ਕਵਿਤਾ ਵਾਲੇ ਪਾਸੇ ਆਪਣੇ ਲੈਕਚਰ ਦਾ ਬਹਿਣ ਲੈ ਕੇ ਚੱਲਿਆ। ਭਾਈ ਸੁਰਿੰਦਰ ਸਿੰਘ ਸੋਢੀ ਥਾਣੇਦਾਰ ਨੇ ਆਪ ਹੀ ਕੋਠੇ ਤੋਂ ਛਾਲ ਮਰਵਾ ਕੇ ਮਹਿਤਾ ਚੌਂਕ ਨੂੰ ਘੱਲ ਦਿੱਤਾ, ਅਤੇ ਕੁਲਤਾਰੇ ਮਹੰਤ ਦੇ ਹੱਥੋਂ ਚਾਹ ਦਾ ਕੱਪ ਡਿੱਗ ਪਿਆ ਜਦੋਂ ਪਤਾ ਲੱਗਾ ਕਿ ਸੋਢੀ ਚਲਿਆ ਗਿਆ। ਜਦੋਂ ਪਤਾ ਲੱਗਾ ਕਿ ਥਾਣੇ ਦੇ ਵਿੱਚੋਂ ਭੱਜ ਗਿਆ, ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਨਰਕ ਧਾਰੀਆਂ ਦੇ, ਉਹਨਾਂ ਦੀ ਧਰੀ ਧਰਾਈ ਰਹਿ ਗਈ। ਜਦੋਂ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਇੱਕ ਟੈਲੀਫੋਨ ਨੇ ਮਸਲਾ ਹੱਲ ਕਰ ਦਿੱਤਾ। ਮੈਨੂੰ ਚੇਤੇ ਆ ਗਿਆ ਇੱਕ ਵਾਰੀ ਨਾ ਅਸੀਂ ਸਵਿਟਜ਼ਰਲੈਂਡ ਕੀਰਤਨ ਕਰਨ ਗਏ, ਯੂਰਪ ਦੇ ਵਿੱਚ ਸਵਿਸ ਆਮ ਤੌਰ 'ਤੇ ਸ਼ਾਰਟ ਨਾਮ ਕਹਿ ਦਿੰਦਾ, ਸਵਿਟਜ਼ਰਲੈਂਡ। ਉੱਥੇ ਇੱਕ ਬੰਦਾ ਸੰਗਤ ਵਿੱਚ ਮੈਨੂੰ ਆ ਕੇ ਮਿਲਿਆ ਅਤੇ ਮੈਨੂੰ ਕਹਿੰਦਾ ਵੀ ਜਗਦੀਸ਼ ਰਾਣੇ ਥਾਣੇਦਾਰ ਨੂੰ ਤੁਸੀਂ ਮਿਲਿਓ ਕਦੇ? ਮੈਂ ਕਿਹਾ ਵੀ ਮੈਂ ਤਾਂ ਮਿਲਿਆ ਨਹੀਂ, ਕਿਤਾਬਾਂ ਵਿੱਚ ਹੀ ਪੜ੍ਹਿਆ। ਉਹ ਕਹਿੰਦਾ ਜੀ ਤੁਹਾਡੇ ਸਾਹਮਣੇ ਖੜ੍ਹਾ ਜਗਦੀਸ਼ ਰਾਣਾ, ਉਹ ਥਾਣੇਦਾਰ ਜਿਹਨੇ ਸੁਰਿੰਦਰ ਸਿੰਘ ਸੋਢੀ ਦੀ ਛਾਲ ਮਰਵਾਈ ਸੀ ਥਾਣੇ ਦੀ ਛੱਤ ਦੇ ਉੱਤੋਂ। ਗੁਰੂ ਮਹਾਰਾਜ ਦੀ ਬਾਣੀ ਦਾ ਬਚਨ ਹੈ ਕਿ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਆਪਣੇ ਸੇਵਕ ਹੀ ਆਪੇ ਰੱਖੇ ਆਪੇ ਨਾਮ ਜਪਾਵੈ। ਆਪਣੇ ਸਿੱਖਾਂ ਦੀ ਮਹਾਰਾਜ ਆਪ ਲਾਜ ਰੱਖਦੇ ਆ, ਪਰ ਆਪਣੇ ਗੁਰੂ ਸਾਹਿਬ ਦੇ ਬਣੀਏ ਤਾਂ ਸਹੀ, ਜੇ ਅਸੀਂ ਗੁਰੂ ਦੇ ਬਣੇ ਨਹੀਂ ਤਾਂ ਫਿਰ ਗੁਰੂ ਨੇ ਕਿਹੜਾ ਸਾਡਾ ਠੇਕਾ ਲਿਆ ਹੋਇਆ। ਆਪਾਂ ਸਾਰੇ ਜਣੇ ਅਰਦਾਸਾਂ ਕਰਦੇ ਹਾਂ ਬਾਬਾ ਸਾਡੇ ਕੰਮ ਕਾਰ ਚੱਲਣ, ਵਧੀਆ ਚੱਲਣ। ਕੰਮ ਤਾਂ ਸਾਰੀ ਦੁਨੀਆ ਕਰਦੀ ਆ, ਪਰ ਸਾਰਿਆਂ ਦੇ ਚੱਲਦੇ ਥੋੜ੍ਹੀ ਆ। ਬਹੁਤ ਲੋਕ ਦੁਕਾਨਾਂ ਕਰਦੇ ਆ, ਕੋਈ ਬਿਜ਼ਨਸ ਕਰਦੇ ਆ, ਪਰ ਸਾਰਿਆਂ ਦੇ ਥੋੜ੍ਹਾ ਚੱਲਦੇ ਆ। ਚੱਲਦੇ ਪਤਾ ਕਿਹਨਾਂ ਦੇ ਆ? ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਭਗਤ ਧੰਨਾ ਜੀ ਮਹਾਰਾਜ ਦਾ ਇੱਕ ਸ਼ਬਦ ਹੈ, ਤੁਹਾਨੂੰ ਜਵਾਨੀ ਯਾਦ ਹੋਣਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ। ਸਾਰਿਆਂ ਦੇ ਨਹੀਂ, ਸਾਰਿਆਂ ਦੇ ਕਾਸ਼ਵਰਨ ਦਾ ਰੱਬ ਨੇ ਠੇਕਾ ਲਿਆ। ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਸ਼ ਸਵਾਰ ਦਾ, ਜਿਨ ਜਿਨ ਨਾਮ ਤੇ ਆਇਆ ਤਿੰਨ ਕੇ ਕਾਸ਼ ਸਰੇ। 136 ਅੰਗ ਹੈ ਗੁਰਬਾਣੀ ਦਾ। ਸਤ ਸੰਗਤ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਿਹੜਾ ਨਾਮ ਨਹੀਂ ਜਪਦਾ, ਜਿਹੜਾ ਨਿਤਨੇਮ ਨਹੀਂ ਕਰਦਾ, ਜਿਹੜਾ ਸਿਮਰਨ ਨਹੀਂ ਕਰਦਾ, ਜਿਹੜਾ ਗੁਰੂ ਗੁਰੂ ਨਹੀਂ ਜਪਦਾ, ਉਹਦਾ ਕਾਜ ਸਿਰੇ ਚੜ੍ਹਨਾ ਕਿ ਨਹੀਂ ਚੜ੍ਹਨਾ ਇਹ ਤਾਂ ਰੱਬ ਦੇ ਹੱਥ ਹੈ। ਆਓ ਆਪਾਂ ਰੱਬ ਦੇ ਨਾਲ ਜੁੜਿਆਂ ਦੀ ਬਾਤ ਸੁਣੀਏ। ਭਾਈ ਸੁਰਿੰਦਰ ਸਿੰਘ ਸੋਢੀ ਬੜੇ ਮਾਰ ਕੇ ਮਾਰੇ ਇਹਨਾਂ ਨੇ, ਇੱਥੋਂ ਤੱਕ ਹਰਬੰਸ ਲਾਲ ਖੰਨਾ ਜਿਹੜਾ ਸਿੱਖਾਂ ਨੂੰ ਦੁਖੀ ਤਿੱਕੀ ਕਹਿੰਦਾ ਹੁੰਦਾ ਸੀ, ਉਹਦਾ ਪ੍ਰਸੰਗ ਇੰਟਰਨੈਟ ਦੇ ਉੱਤੇ ਸਾਡਾ ਗਾਇਆ ਪਿਆ, ਕਿਤੇ ਸੁਣਿਓ
ਅੱਤ ਦਾ ਅੰਤ, ਉਹ ਪ੍ਰਸੰਗ ਦਾ ਨਾਮ ਹੈ ਅੱਤ ਦਾ ਅੰਤ, ਯੂਟਿਊਬ ਦੇ ਉੱਤੇ ਪਿਆ। ਸਤ ਸੰਗਤ, ਹਰਵੰਸ ਲਾਲ ਖੰਨੇ ਹੁਣਾਂ ਨੂੰ ਸੁਰਿੰਦਰ ਸਿੰਘ ਸੋਢੀ ਹੁਣਾਂ ਨੇ, ਜਰਨਲ ਲਾਭ ਸਿੰਘ ਹੁਣਾਂ ਨੇ ਗੱਡੀ ਚਾੜਿਆ ਸੀ। ਇਹ ਜਿਹੜੇ ਸੱਤ ਸਿਤਾਰੇ ਨੇ, ਉਹਨਾਂ ਸੱਤਾਂ ਸਿਤਾਰਿਆਂ ਵਿੱਚੋਂ ਕੁਲਤਾਰਾ ਮਹੰਤ ਹੈ, ਇਹਦਾ ਵੀ ਸਤ ਸੰਗਤ ਬਿਨਾਂ ਸੇਵੀਆਂ ਗੁੱਗਾ ਸੋਢੀ ਨੇ ਪੂਜਣਾ। ਅਤੇ ਇੱਕ ਹੋਰ ਸਿਤਾਰਾ, ਉਹਦਾ ਨਾਮ ਹੈ ਰੋਸ਼ਨ ਸਿਓ, ਨੰਗਲਖਾਨਾ ਪਿੰਡ ਹੈ ਹੁਸ਼ਿਆਰਪੁਰ ਜ਼ਿਲ੍ਹੇ ਦਾ। ਨੰਗਲਖਾਨਾ ਪਿੰਡ ਦੇ ਵਿੱਚ ਉਹ ਸਿੱਖਾਂ ਦੇ ਬਰਖਿਲਾਫ, ਸਿੱਖੀ ਦੇ ਬਰਖਿਲਾਫ, ਬਾਣੀ ਦੇ ਬਰਖਿਲਾਫ, ਬਾਣੇ ਦੇ ਬਰਖਿਲਾਫ ਅਕਸਰ ਹੀ ਬਕਵਾਸ ਕਰਦਾ ਰਹਿੰਦਾ ਹੁੰਦਾ ਸੀ। ਅੱਜ ਆ ਗਏ ਸਤ ਸੰਗਤ ਪੱਕੀ ਦਵਾਈ ਦੇਣ ਵਾਲੇ। ਅੱਜ ਪੁਲਿਸ ਦੀਆਂ ਵਰਦੀਆਂ ਵਿੱਚ ਜਰਨਲ ਲਾਭ ਸਿੰਘ, ਭਾਈ ਸੁੱਖਾ ਸਿੰਘ ਕੱਕੜ, ਕੱਕੜ ਰਾਣੀਆਂ ਪਿੰਡ, ਉਹ ਪਾਕਿਸਤਾਨ ਦੇ ਬਾਰਡਰ ਦੇ ਉੱਤੇ ਜਾ ਕੇ ਪੈਂਦਾ ਹੈ। ਸਤ ਸੰਗਤ ਅਜਨਾਲੇ ਵਾਲੇ ਪਾਸੋਂ ਜਾਈਏ, ਲੋਪੋ ਕੇ ਚੁਗਾਵਾਂ ਲੰਘ ਕੇ ਕੱਕੜ ਰਾਣੀਆਂ ਪਿੰਡ ਆ, ਉੱਥੋਂ ਦਾ ਸੀ ਸੁੱਖਾ ਸਿੰਘ ਕੱਕੜ। ਜਰਨਲ ਲਾਭ ਸਿੰਘ, ਜਰਨਲ ਲਾਭ ਸਿੰਘ ਦਾ ਪੱਕਾ ਨਾਂ ਸੀ ਭਾਈ ਸੁਖਦੇਵ ਸਿੰਘ ਸੁੱਖਾ ਸਿਪਾਹੀ, ਪੰਜਵੜ ਦਾ ਰਹਿਣ ਵਾਲਾ ਸੀ, ਪੰਜਵੜ ਦਾ ਰਹਿਣ ਵਾਲਾ। ਅਤੇ ਤੀਸਰਾ ਭਾਈ ਸੁਰਿੰਦਰ ਸਿੰਘ ਸੋਢੀ, ਤਿੰਨੋਂ ਜਣੇ ਪੁਲਿਸ ਦੀਆਂ ਵਰਦੀਆਂ ਪਾ ਕੇ ਖੁੱਲ੍ਹੇ ਦਾੜੇ ਛੱਡ ਕੇ ਅੱਜ ਨੰਗਲਖਾਨਾ ਪਿੰਡ ਦੇ ਵਿੱਚ ਰੋਸ਼ਨ ਸਿਓ ਦੀ ਰੋਸ਼ਨੀ ਮੱਧਮ ਪਾਉਣ ਵਾਸਤੇ ਉਹਦੇ ਘਰ ਵਿੱਚ ਚਲੇ ਗਏ। ਦੁਪਹਿਰਾ ਟਿਕਿਆ ਪਿਆ ਅਤੇ ਜਦੋਂ ਪੁਲਿਸ ਦੀਆਂ ਵਰਦੀਆਂ ਪਾ ਕੇ ਇੱਕ ਦੇ ਹੱਥ ਵਿੱਚ ਕਾਪੀ ਫੜੀ ਹੋਈ ਹੈ, ਅੰਦਰ ਗਏ, ਜਾ ਕੇ ਰੋਸ਼ਨ ਸਿਓ ਨੂੰ ਕਹਿਣ ਲੱਗੇ, ਮਹਾਂਪੁਰਖੋ ਧੰਨ ਨਿਰੰਕਾਰ। ਉਹ ਵੀ ਚੌੜਾ ਹੋ ਕੇ ਆਖੇ ਧੰਨ ਨਿਰੰਕਾਰ। ਉਹਨੂੰ ਜਾਪਦਾ ਸੀ ਪੁਲਿਸ ਵਾਲੇ ਮੇਰੇ ਬੋਡੀਗਾਰਡ ਆਏ ਆ, ਮੇਰੇ ਸੇਵਾਦਾਰ, ਇਹ ਨਹੀਂ ਪਤਾ ਸੀ ਕਿ ਤੇਰਾ ਬਿਨਾਂ ਸੇਵੀਆਂ ਗੁੱਗਾ ਪੂਜਣ ਆਏ ਆ। ਸਤ ਸੰਗਤ, ਗੁਰੂ ਕੇ ਲਾਲ ਤਿੰਨੋਂ ਜਾਣੇ ਗਏ, ਜਾ ਕੇ ਕਹਿੰਦੇ ਮਹਾਂਪੁਰਖੋ ਕੀ ਹਾਲ ਹੈ। ਉਹਦੀ ਘਰਵਾਲੀ ਦਾ ਨਾਂ ਸੀ ਕਮਲ ਰਾਣੀ, ਅਤੇ ਉਹ ਕੇਸੀ ਇਸ਼ਨਾਨ ਕਰਕੇ ਨਾ ਕੁਰਸੀ ਦੇ ਉੱਤੇ ਬੈਠਾ, ਡੇਕਦੀ ਛਾਵੇਂ, ਧੁੱਪ ਬੜੀ ਕੜਕਮੀ ਲੱਗੀ ਹੋਈ ਹੈ, ਅਤੇ ਗੱਲਾਂ ਮਾਰ ਰਿਹਾ ਅਤੇ ਲਾਗੇ ਪੱਖਾ ਚੱਲਣ ਡਿਆ। ਦੋਨੋਂ ਜਣੇ ਪਤੀ ਪਤਨੀ ਬੈਠੇ, ਕਮਲ ਰਾਣੀ ਤਾਂ ਉੱਠ ਕੇ ਚਲੇ ਗਈ ਕਿ ਪੁਲਿਸ ਵਾਲੇ ਆ ਗਏ, ਅਤੇ ਆ ਕੇ ਇਹਦੇ ਗੋਡੀ ਹੱਥ ਲਾਇਆ। ਇਹ ਰਾਜਨੀਤੀ ਹੈ, ਰਾਜਨੀਤੀ ਅਪਣਾ ਕੇ ਸਿੰਘ ਗੋਡੀ ਹੱਥ ਲਾ ਕੇ ਕਹਿਣ ਲੱਗੇ, ਮਹਾਂਪੁਰਖੋ ਘਰ ਪਰਿਵਾਰ ਠੀਕ ਹੈ? ਕਹਿੰਦਾ, ਜੀ ਬੜੀ ਨਿਰੰਕਾਰ ਦੀ ਕਿਰਪਾ। ਉਹ ਕਹਿਣ ਲੱਗੇ, ਮਹਾਂਪੁਰਖੋ ਥੋੜ੍ਹਾ ਬਚ ਕੇ ਰਿਹਾ ਕਰੋ, ਭਿੰਡਰਾਂ ਵਾਲੇ ਸੰਤਾਂ ਦੀ ਹਿੱਟ ਲਿਸਟ 'ਤੇ ਹੋ ਤੁਸੀਂ, 1978 ਦੇ ਨਿਰੰਕਾਰੀ ਕਾਂਡ ਤੋਂ ਬਾਅਦ ਵਿੱਚ ਤੁਹਾਡਾ ਨਾਮ ਉੱਪਰਲੀ ਕਤਾਰ ਵਿੱਚ ਚੱਲਦਾ ਹੈ। ਸੰਤਾਂ ਦਾ ਨਾਮ ਸੁਣ ਕੇ ਇਹ ਭੜਕ ਉੱਠਿਆ, ਪੜਾਕਾ ਮਾਰਿਆ ਇਹਨੇ। ਇਹਨੇ ਕੀ ਕਿਹਾ, ਸਟੇਜ ਦੀ ਮਰਜ਼ਾਦਾ ਮੁਤਾਬਕ ਇੱਕ ਮਜ਼ਬੂਰੀ ਆ, ਮੈਂ ਦੱਸ ਨਹੀਂ ਸਕਾਂਗਾ, ਪਰ ਥੋੜ੍ਹੇ ਸ਼ਬਦਾਂ 'ਚ ਕਹਿ ਦਿਆਂ, ਇਹਨੇ ਬਹੁਤ ਬਕਵਾਸ ਕੀਤਾ ਸੰਤਾਂ ਬਾਰੇ। ਕਹਿਣ ਲੱਗਾ, ਅੱਛਾ ਉਹ ਮੁੰਡੂ ਜਿਹਾ ਹੈਗਾ, ਉਹ ਤਾਂ ਮੇਰੇ ਸਾਹਮਣੇ ਨਹੀਂ ਆਇਆ ਕਿਤੇ 13 ਅਪ੍ਰੈਲ 78 ਨੂੰ ਉਹ ਸਾਡੇ ਸਾਹਮਣੇ ਆਉਂਦਾ, ਉਹਦੀ ਗੋਲੀ ਕਹਿੰਦਾ ਮੈਂ ਮਾਰਨੀ ਸੀ, ਉਹ ਤਾਂ ਬਾਜ਼ੀ ਨਹੀਂ ਆਉਣ ਡਿਆ, ਜਿਹੜੀ ਹਿੱਟ ਲਿਸਟ 'ਤੇ ਅਸੀਂ ਹਾਂ ਤਾਂ ਸਾਡੀ ਹਿੱਟ ਲਿਸਟ 'ਤੇ ਉਹ ਹੈਗਾ। ਜਦੋਂ ਇੰਨੀ ਗੱਲ ਕਹੀ, ਸੁਰਿੰਦਰ ਸਿੰਘ ਸੋਢੀ ਦੇ ਡੌਲੇ ਫਰਕੇ, ਕਹਿਣ ਲੱਗੇ, ਰੋਸ਼ਨ ਸਿਆ ਮੂੰਹ ਬੰਦ ਕਰ ਲਾ। ਜਦੋਂ ਨਾਂ ਲੈ ਕੇ ਕਿਹਾ ਮੂੰਹ ਬੰਦ ਕਰ ਲਾ, ਰੋਸ਼ਨ ਸਿਓ ਦੇ ਤੋਤੇ ਉੱਡਣ ਲੱਗੇ ਆ, ਆਪਣੇ ਡੱਬ 'ਚ ਪਾਏ ਰਿਵਾਲਵਰ ਨੂੰ ਹੱਥ ਹਾਲੇ ਪਾਉਣਾ ਸੀ ਉਹਨੇ, ਸਿੰਘਾਂ ਨੇ ਪਹਿਲਾਂ ਡੱਬ ਵਿੱਚੋਂ ਬੰਦੇ ਖਾਣੇ ਰਿਵਾਲਵਰ ਕੱਢ ਕੇ ਇਹਦੀ ਛਾਤੀ ਵੱਲੋਂ ਕਰਕੇ ਸਿੱਧੇ ਕਾੜ ਕਾੜ ਕਰਕੇ ਚਲਾ ਕੇ ਗੋਲੀਆਂ। ਇਹਦਾ ਸਤ ਸੰਗਤ ਦਿਨ ਦਿਹਾੜੇ ਪਾਪੀ ਦਾ ਉੱਥੇ ਘੁੱਗਾ ਚਿੱਤ ਕਰਨ ਵਾਸਤੇ ਸਿੰਘਾਂ ਨੇ ਭਰਮਾ ਕਹਿਰ ਦਾ ਵਾਰ ਹੇ ਇਉਂ ਕਰ ਦਿੱਤਾ।
ਬਾਜ਼ੀਆਂ ਲੱਗ ਗਈਆਂ, ਸਿੰਘਾਂ ਪੱਗ ਨੂੰ ਹੱਥ ਨਾ ਪਾਉਣ ਦਿੱਤਾ। ਜਿਹਨੇ ਜਿਹਨੇ ਵੀ ਕੌਮ ਨਾਲ ਲਾਇਆ ਮੱਥਾ ਉਹਨੂੰ ਚੈਨ ਦੀ ਨੀਂਦ ਨਾ ਸੌਣ ਦਿੱਤਾ। ਅਸੀਂ ਅਣਖ ਤੇ ਧਰਮਲੇ ਮਰਦੇ ਰਹੇ, ਅਸੀਂ ਸਿੱਖਿਆ ਗੁਰੂ ਤੋਂ ਡਰਨਾ ਏ। ਜਿਹਨੇ ਜਿਹਨੇ ਵੀ ਕੌਮ ਨਾਲ ਲਿਆ ਪੰਗਾ ਉਹਨੇ ਕੁੱਤੇ ਦੀ ਮੌਤ ਹੀ ਮਰਨਾ ਏ। ਕੁੱਤੇ ਦੀ ਮੌਤੇ ਮਰ ਗਿਆ ਰੋਸ਼ਨ ਸਿੰਘ ਸਤਾਰਾ। ਜਦੋਂ ਗੋਲੀਆਂ ਚੱਲੀਆਂ ਤੇ ਉਹ ਡੇਕ ਦੇ ਉੱਤੇ ਬੈਠੇ ਪੰਛੀਆਂ ਨੇ ਉਡਾਰ ਭਰੀ ਤੇ ਨਾਲ ਹੀ ਇਹਦਾ ਭੌਰ ਵੀ ਉਡਾਰੀ ਮਾਰ ਗਿਆ। ਸਤ ਸੰਗਤ, ਗੁਰੂ ਕੇ ਸਿੱਖਾਂ ਨੇ ਦਿਨ ਦਿਹਾੜੇ ਪਿਟੜੇ ਪਾ ਦਿੱਤੇ ਉਹਨਾਂ ਪਾਪੀਆਂ ਦੇ ਘਰ, ਜਿਨ੍ਹਾਂ ਜਿਨ੍ਹਾਂ ਨੇ ਸਿੱਖੀ ਨਾਲ ਮੱਥਾ ਲਾਇਆ ਸੀ। ਗੁਰੂ ਘਰ ਮੱਥਾ ਟੇਕਣ ਵਾਲੇ ਬਣੀਏ, ਮੱਥਾ ਲਾਉਣ ਵਾਲੇ ਭੁੱਲ ਕੇ ਬਿਨਾਂ ਬਣੀਏ। ਸਾਰੀ ਸੰਗਤ ਨੇ ਸਾਰੇ ਪ੍ਰੋਗਰਾਮ ਨੂੰ ਬਹੁਤ ਪਿਆਰ ਨਾਲ ਸੁਣਿਆ। ਮੈਂ ਆਪ ਜੀ ਦਾ ਕਰਜ਼ਦਾਰ ਹਾਂ। ਸਭਨਾਂ ਵੱਲੋਂ ਬਹੁਤ ਵੱਡਾ ਸਤਿਕਾਰ ਆਇਆ। ਅਮਰੀਕਾ ਦੇ ਵਿੱਚ ਛੋਟਾ ਬੱਚਾ ਅਮਤੋਸ਼ ਸਿੰਘ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉੱਚੇ ਤੌਰ 'ਤੇ ਪਰਿਵਾਰ ਨੇ ਅਰਦਾਸ ਕਰਵਾਉਣੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਬਾਬਾ ਸੱਜਣ ਸਾਹਿਬ ਜੀ ਕਿਰਪਾ ਕਰਨ ਕਿ ਬੱਚੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਗੁਰਬਾਣੀ ਦਾ ਪਿਆਰ ਦੇਣ। ਅਸੀਂ ਜਿੱਥੇ ਇੱਥੇ ਬੱਚਿਆਂ ਦੀਆਂ ਦਾਤਾਂ ਮੰਗਦੇ ਹਾਂ, ਉੱਥੇ ਇਹ ਨਾ ਕਿਹਾ ਕਰੋ ਕਿ ਸਾਨੂੰ ਬੱਚੇ ਚਾਹੀਦੇ, ਇਹ ਕਿਹਾ ਕਰੋ ਸਾਨੂੰ ਗੁਰਸਿੱਖ ਬੱਚੇ ਚਾਹੀਦੇ ਆ। ਗੁਰਸਿੱਖ ਬੱਚੇ ਸਾਡੇ ਘਰਾਂ 'ਚ ਹੋਣ। ਬੱਚੇ ਤਾਂ ਅਸੀਂ ਲੈਂਦੇ ਇੱਥੋਂ ਹੈ ਅਤੇ ਬਾਅਦ ਵਿੱਚ ਪਤਾ ਨਹੀਂ ਲੱਗਦਾ ਉਹ ਕਿੱਧਰ ਬਣ ਜਾਂਦੇ ਨੇ। ਉਹ ਕਦੇ ਕਬਰਾਂ ਦੇ ਚੇਲੇ ਬਣ ਜਾਂਦੇ ਨੇ, ਪਤਾ ਨਹੀਂ ਕਿੱਥੇ ਕਿੱਥੇ ਜਾਈ ਜਾਂਦੇ ਨੇ। ਆਮ ਤੌਰ 'ਤੇ ਸਿਆਣੇ ਲੋਕਾਂ ਦੀ ਕਹਾਵਤ ਸੀ ਭਈ ਖਾਣਾ ਗੁਰਦੁਆਰੇ ਅਤੇ ਭੌਂਕਣਾ ਮਸੀਤੇ। ਅੱਜ ਇਹ ਹਾਲ ਬਹੁਤੇ ਲੋਕਾਂ ਦਾ ਬਣ ਗਿਆ। ਦਾਤਾਂ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਅਤੇ ਸ਼ੁਕਰਾਨੇ ਕਬਰਾਂ ਦੇ ਉੱਤੇ ਜਾ ਕੇ ਕੀਤੇ ਜਾਂਦੇ ਨੇ। ਪਰਮਾਤਮਾ ਮਿਹਰ ਕਰੇ। ਪੰਜਾਬੀ ਦੀ ਕਹਾਵਤ ਹੈ ਜਿਹਦਾ ਖਾਈਏ ਉਹਦਾ ਹੀ ਗਾਈਏ। ਅਸੀਂ ਜਿਹਦਾ ਦਿੱਤਾ ਖਾਂਦੇ ਉਸ ਦਰਬਾਰ ਦੇ ਨਾਲ ਆਪਾਂ ਜੁੜੇ ਰਹੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜਾ ਨਰਕਧਾਰੀ ਮਿਸ਼ਨ ਹੈ ਉਹ ਸਿੱਖਾਂ ਨੇ ਉਹਦਾ ਬਾਈਕਾਟ ਕੀਤਾ ਹੋਇਆ ਹੈ। ਇਕੱਲੇ ਉਹਨਾਂ ਦਾ ਨਹੀਂ, ਜਿਹੜਾ ਬੰਦਾ ਵੀ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਅਸੀਂ ਤਾਂ ਮੰਨਦੇ ਨਹੀਂ ਉਹਨੂੰ। ਮਹਾਰਾਜ ਦੀ ਬਾਣੀ ਦੇ ਵਿੱਚ ਲਿਖਿਆ ਗੁਰ ਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ। ਭਾਈ ਅਸੀਂ ਨਹੀਂ ਮੰਨਦੇ ਉਹਨਾਂ ਨੂੰ ਜਿਹੜਾ ਆਪਣੇ ਆਪ ਨੂੰ ਗੁਰੂ ਅਖਵਾਉਂਦਾ। ਪੰਜਾਬ ਦੀ ਧਰਤੀ ਦੇ ਉੱਤੇ ਬੜੇ ਦੇਹਧਾਰੀ ਗੁਰੂ ਅੱਜ ਪੈਦਾ ਹੁੰਦੇ ਜਾਂਦੇ ਆ। ਮੈਨੂੰ ਆਹ ਸ਼ੇਰ ਕਹਿਣ ਦਾ ਹੁਕਮ ਸੀ, ਇਹ ਸ਼ੇਰ ਕਹਿ ਕੇ ਮੈਂ ਫਤਿਹ ਬੁਲਾਉਂਦਾ। ਗਾਡਰ ਪਟੜੀ ਦੇ ਭਾਵੇਂ ਰਹਿਣ ਇਕੱਠੇ, ਫਿਰ ਵੀ ਦੋ ਤੋਂ ਇੱਕ ਨਹੀਂ ਹੋ ਸਕਦੇ। ਰੇਲ ਗੱਡੀ ਦੇ ਗਾਡਰ, ਗਾਡਰ ਪਟੜੀ ਦੇ ਭਾਵੇਂ ਰਹਿਣ ਇਕੱਠੇ, ਫਿਰ ਵੀ ਦੋ ਤੋਂ ਇੱਕ ਨਹੀਂ ਹੋ ਸਕਦੇ। ਤਾਰੇ ਲੱਖਾਂ ਨੇ ਭਾਵੇਂ ਪ੍ਰਕਾਸ਼ ਵਾਲੇ ਸਾਵੇਂ ਸੂਰਜ ਦੇ ਨਹੀਂ ਖਲੋ ਸਕਦੇ। ਸ਼ਿਕਾਰੀ ਕੁੱਤੇ ਭਾਵੇਂ ਹੋਣ ਲੱਖਾਂ, ਪਰ ਬੱਬਰ ਸ਼ੇਰ ਨੂੰ ਕਦੇ ਨਹੀਂ ਕੋਹ ਸਕਦੇ। ਦੇਹਧਾਰੀ ਗੁਰੂ ਭਾਵੇਂ ਹੋਣ ਅਨੇਕਾਂ, ਪਰ ਉਹ ਸਾਡੇ ਗੁਰੂਆਂ ਦੀ ਤਾਂ ਜੁੱਤੀ ਵਰਗੇ ਵੀ ਨਹੀਂ ਹੋ ਸਕਦੇ। ਸਾਡੇ ਗੁਰੂ ਸਾਹਿਬ ਨੇ ਇਤਿਹਾਸ ਬਣਾਏ ਹੈ। ਗੁਰੂ ਸਾਹਿਬ ਅਤੇ ਗੁਰੂ ਸਾਹਿਬ ਦੇ ਪਿਆਰਿਆਂ ਦੇ ਇਤਿਹਾਸ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ। ਆਏ ਸਾਲ ਸੈਦੇਵਾਲਾ ਨਗਰ ਦੇ ਵਿੱਚ ਬੜੇ ਪੰਥ ਦੇ ਪ੍ਰਸਿੱਧ ਬੁਲਾਰਿਆਂ ਨੂੰ ਆਪ ਜੀ ਦੇ ਸਨਮੁੱਖ ਪੇਸ਼ ਕੀਤਾ ਜਾਂਦਾ ਹੈ। ਮੈਂ ਆਪਣੇ ਆਪ ਨੂੰ ਵਡਭਾਗਾ ਸਮਝਦਾ ਕਿ ਇਸ ਸਮਾਗਮ ਦਾ ਮੈਂ ਹਿੱਸਾ ਬਣਿਆ। ਪਿਛਲੇ ਸਾਲ ਵੀ ਤੁਸੀਂ ਬੁਲਾਇਆ ਸੀ, ਪਰ ਪਿਛਲੇ ਸਾਲ ਅਸੀਂ ਇੰਗਲੈਂਡ ਸੀਗੇ। ਉਦੋਂ ਪਿਛਲੇ ਸਾਲ ਸਾਹਿਬ ਸਿੰਘ ਦਾ ਫੋਨ ਆਇਆ, ਉਦੋਂ ਮੇਰੇ ਕੋਲ ਬੁਕਿੰਗ ਹੋਈ ਹੋਈ ਸੀ। ਐਤਕੀ ਗੁਰੂ ਸਾਹਿਬ ਦਾ ਧੰਨਵਾਦ ਕਿ ਦੋ ਦੀਵਾਨਾਂ ਵਿੱਚ ਆਪ ਜੀ ਨੇ ਦਰਸ਼ਨ ਕੀਤੇ ਹੈ। ਸਤਿਗੁਰੂ ਜੀ ਸਾਡੀ ਤੁਹਾਡੀ ਗੁਰਮਤਿ ਦੀ ਸਾਂਝ ਬਣਾਈ ਰੱਖਣ। ਇੱਧਰਲੇ ਪਾਸੇ ਢਾਡੀ ਸਾਥੀ ਸ਼ਰਮਜੀਤ ਸਿੰਘ ਕੰਗ, ਇੱਧਰਲੇ ਪਾਸੇ ਕਰਮਜੀਤ ਸਿੰਘ ਕੰਗ, ਦੋਨੋਂ ਸਕੇ ਭਾਈ ਹਨ ਮਖੂ ਸ਼ਹਿਰ ਤੋਂ। ਸਰੰਗੀ ਮਾਸਟਰ ਗੁਰਚਰਨ ਸਿੰਘ ਚੰਨ ਜਿੰਦੜਾ ਪਿੰਡ ਧਰਮਕੋਟ ਦੇ ਲਾਗੇ ਮੋਗਾ ਜ਼ਿਲ੍ਹੇ ਵਿੱਚ ਪੈਂਦਾ ਹੈ। ਅਤੇ ਦਾਸ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਸਰੂਪ ਸਿੰਘ ਕੜਿਆਣਾ ਪਿੰਡ ਅਤੇ ਡਾਕਖਾਨਾ ਕੜਿਆਣਾ, ਤਹਿਸੀਲ ਫਲੌਰ, ਜ਼ਿਲ੍ਹਾ ਜਲੰਧਰ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿੰਨੀਆਂ ਗਲਤੀਆਂ ਹੋਈਆਂ ਉਹਨਾਂ ਦੀ ਹੱਥ ਜੋੜ ਕੇ ਮਾਫ਼ੀ ਮੰਗਦੇ ਹਾਂ। ਗੱਜ ਵੱਜ ਕੇ ਫਤਿਹ ਬੁਲਾਓ, ਢਿੱਲੀ ਫਤਿਹ ਨਾ ਬੁਲਾਇਓ।
ਲਾਈਵ ਕਰਨ ਵਾਲੀ ਟੀਮ ਦਾ, ਆਜ਼ਾਦ ਵੈਬ ਟੀਵੀ ਵਾਲੇ ਸਮੁੱਚੇ ਪਰਿਵਾਰ ਦਾ ਦਿਲੋਂ ਸਤਿਕਾਰ, ਸਾਊਂਡ ਵਾਲੇ ਵੀਰ ਦਾ ਬਹੁਤ ਧੰਨਵਾਦ, ਸਾਰੇ ਸੇਵਾਦਾਰਾਂ ਦਾ ਧੰਨਵਾਦ, ਸੰਗਤਾਂ ਦਾ ਧੰਨਵਾਦ, ਗ੍ਰੰਥੀ ਸਿੰਘਾਂ ਦਾ ਧੰਨਵਾਦ, ਭਾਈ ਸਾਹਿਬ ਸਿੰਘ ਜੀ ਦਾ ਇਸ ਗੱਲੋਂ ਬਹੁਤ ਧੰਨਵਾਦ ਕਿ ਉਹਨਾਂ ਨੇ ਟੈਲੀਫੋਨ ਬਹੁਤ ਕੀਤੇ, ਭਾਈ ਸਾਹਿਬ ਸਿੰਘ ਜੀ ਉਹਨਾਂ ਨੇ ਬੜੇ ਫੋਨ ਕੀਤੇ ਪ੍ਰੋਗਰਾਮ ਵਾਸਤੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਭ ਤੋਂ ਜ਼ਿਆਦਾ ਧੰਨਵਾਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ, ਜਿਹਨਾਂ ਕਿਰਪਾ ਕਰਕੇ ਆਪ ਜੀ ਦੇ ਦਰਸ਼ਨ ਦੀਦਾਰ ਕਰਵਾਏ ਹੈ। ਇੱਕ ਅਸੀਂ ਗਲਤੀ ਕਰਾਂਗੇ ਫਤਿਹ ਬੁਲਾ ਕੇ ਨਾਲ ਹੀ ਤੁਰ ਜਾਣ ਦੀ, ਕਈ ਵਾਰ ਸੰਗਤ ਵਿੱਚ ਚਰਚਾ ਹੋ ਜਾਂਦਾ, ਵੇਖੋ ਜੀ ਆਪ 10 ਮਿੰਟ ਵੀ ਨਹੀਂ ਰੁਕੇ, ਚਿੱਤ ਕਰਦਾ ਹੁੰਦਾ ਰੁਕੀਏ, ਪਰ ਪੰਥ ਬੜਾ ਲੰਬੀਰਾ ਹੈ ਅਤੇ ਸਵੇਰੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਦੀਵਾਨ ਹੈ, ਇਸ ਲਈ ਮੈਂ ਫਤਿਹ ਬੁਲਾ ਕੇ ਨਾਲ ਹੀ ਤੁਰਨ ਦੀ ਗਲਤੀ ਕਰਾਂਗਾ। ਆਸ ਕਰਦਾ ਤੁਸੀਂ ਕੋਈ ਚਰਚਾ ਨਹੀਂ ਕਰੋਗੇ। ਸਾਰੀ ਸੰਗਤ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।